ਇਸ ਪੋਡਕਾਸਟ ਤੇ ਤੁਹਾਡਾ ਸਵਾਗਤ ਤੇ ਮੈਂ ਤੁਹਾਡਾ ਆਪਣਾ ਸ਼ਾਇਰੀ ਯਾਰ। ਅੱਜ ਦੇ ਇਸ ਪ੍ਰੋਗਰਾਮ ਤੁਸੀਂ ਸੁਣੋਗੇ ਪੰਜਾਬੀ ਦੇ ਮਕਬੂਲ ਕਹਾਣੀਕਾਰ ਮਰਹੂਮ ਮਨਿੰਦਰ ਕਾਂਗ ਦੀ ਲਿਖੀ ਹੋਈ ਕਹਾਣੀ ਦੋ ਤਲਵਾਰਾਂ ਬੱਧੀਆਂ। ਜਿਸ ਦਿਨ ਦਾ ਤੋਤੀ ਪੈਂਚ ਉਹਦੀ ਬਾਹਰਲੀ ਹਵੇਲੀ ਹੋ ਕੇ ਗਿਆ ਸੀ, ਉਸ ਤੋਂ ਬਾਅਦ ਘੜੀ ਵੀ ਉਹ ਆਰਾਮ ਨਾਲ ਬਹਿ ਨਾ ਸਕਿਆ। ਕਿੱਥੇ ਤਾਂ ਪਿਸ਼ਾਬ ਕਰਨ ਲਈ ਵੀ ਉਹ ਕਈ ਵਾਰ ਪੂਰਬੀਏ ਕੋਲੋਂ ਬਾਲਟਾ ਮੰਗਵਾ ਲੈਂਦਾ ਸੀ, ਕਿੱਥੇ ਹੁਣ ਉਹ ਹਰ ਘੰਟੇ ਡੂਢ ਘੰਟੇ ਬਾਅਦ ਉੱਠ ਕੇ ਗਲੀ ਵਿੱਚ ਆ ਜਾਂਦਾ, ਐਵੇਂ ਬੇਮਤਲਬ ਗਲੀ ਦਾ ਗੇੜਾ ਦਿੰਦਾ, ਦੂਰ ਤੱਕ ਨਿਗਾਹ ਮਾਰਦਾ ਤੇ ਸਾਹਮਣੇ ਨਜ਼ਰ ਆਉਂਦੀ ਇੱਟਾਂ ਵਾਲੀ ਸੜਕ ਉੱਪਰ ਨਿਗਾਹ ਗੱਡੀ ਰੱਖਦਾ। ਦੂਰੋਂ ਉਹਨੂੰ ਬੜੀਆਂ ਬਸਤਾਂ ਦਾ ਝੌਲਾ ਪੈਂਦਾ, ਕਦੀ ਲੱਗਦਾ ਕਿਸਾਨ ਟਰਾਂਸਪੋਰਟ ਵਾਲਿਆਂ ਦੀ ਬੱਸ ਲੰਘ ਰਹੀ ਹੈ, ਕਦੀ ਪੁਲਿਸ ਦੀ ਜਿਪਸੀ ਦਾ, ਕਦੇ CRP ਦੇ ਟਰੱਕਾਂ ਦਾ, ਕਦੇ ਆਪਣਿਓ ਪੁਰਾਣੀ ਅੰਬੈਸਡਰ ਕਾਰ ਆਉਂਦੀ ਹੋਣ ਦੇ ਭੁਲੇਖੇ ਪੈਂਦੇ। ਅੱਕ ਕੇ ਉਹ ਹੌਲੀ ਹੌਲੀ ਤੁਰਦਾ ਵਾਪਸ ਆਪਣੀ ਬੈਠਕ ਕੋਲ ਅੱਪੜ ਜਾਂਦਾ। ਉਹ ਬਾਹਰਲੀ ਹਵੇਲੀ ਦੇ ਵੱਡੇ ਲੋਹੇ ਵਾਲਾ ਦਰਵਾਜ਼ਾ ਕਦੀ ਨਾ ਖੋਲ੍ਹਦਾ, ਸਗੋਂ ਹਮੇਸ਼ਾ ਹੀ ਬੈਠਕ ਦਾ ਗਲੀ ਵੱਲ ਖੁੱਲ੍ਹਦਾ ਬੂਹਾ ਵਰਤਦਾ। ਉਸੇ ਬੂਹੇ ਥਾਣੀ ਉਹ ਅੰਦਰ ਬਾਹਰ ਜਾਈ ਜਾਂਦਾ ਤੇ ਬਾਰੀ ਖੁੱਲ੍ਹੀ ਰੱਖ ਕੇ ਗਲੀ ਦੀ ਬਿੜਕ ਰੱਖਦਾ। ਅੱਜ ਲਗਭਗ 7 ਹੋਣ ਲੱਗਾ ਸੀ। ਉਹਨੂੰ ਇੱਦਾਂ ਦੀ ਹੀ ਬੇਚੈਨੀ ਵਿੱਚ ਫਿਰਦਿਆਂ ਤੇ ਅੱਗੇ ਇਹਦਾ ਕੋਈ ਅੰਤ ਵੀ ਨਹੀਂ ਸੀ ਦਿਸਦਾ। ਅੱਜ ਵੀ ਉਹ ਸਵੇਰੇ ਮਨੇਰੇ ਦਾ ਹੀ ਅੰਦਰ ਬਾਹਰ ਹੋਈ ਜਾ ਰਿਹਾ ਸੀ। ਢਾਡੀ ਪੂਰਨ ਸਿੰਘ ਜੋਸ਼ ਉਹਨੇ ਘਰ ਦੇ ਬਾਹਰ ਕੰਧ ਤੇ ਰੋਗਨ ਨਾਲ ਲਿਖਿਆ ਵੱਡਾ ਸਾਰਾ ਆਪਣਾ ਨਾਂ ਪੜਿਆ, ਢਾਡੀ ਪੂਰਨ ਸਿੰਘ ਜੋਸ਼। ਉਸ ਮੂੰਹ ਵਿੱਚ ਬੁੜਬੁੜ ਕੀਤੀ, ਫਿਰ ਪਤਾ ਨਹੀਂ ਉਹਨੂੰ ਕਿਹੜੀ ਗੱਲੋਂ ਕਚੀਚੀ ਆਈ, ਉਹ ਬੁੜਬੁੜ ਕਰਦਾ ਅੰਦਰ ਬੈਠਕ ਵਿੱਚ ਆ ਵੜਿਆ। ਕਿੰਨੀ ਦੇਰ ਮਗਰੋਂ ਉਹਦੀ ਸੁਰਤ ਪਰਤੀ ਤਾਂ ਉਹ ਆਪਣੇ ਆਪੇ ਤੇ ਹੈਰਾਨ ਹੋ ਗਿਆ। ਭਈ ਉਹ ਤਾਂ ਆਪਣੇ ਨਾਂ ਨੂੰ ਹੀ ਗਾਲਾਂ ਦੇ ਜਾਂਦਾ ਸੀ। ਵਾਹ ਓਏ ਪੂਰਨਾ, ਟੋਕਿਆ, ਕਹਿਣ ਨੂੰ ਤਾਂ ਕਦੀ ਤੂੰ ਸਾਰੀ ਦੁਨੀਆ ਅੱਗੇ ਲਾਈ ਰੱਖੀ, ਅੱਜ ਤੈਥੋਂ ਆਪਣਾ ਆਪ ਨਹੀਂ ਸਾਂਭ ਹੁੰਦਾ। ਉਹਨੇ ਆਪਣੇ ਆਪ ਨੂੰ ਲਾਣਤ ਪਾਈ। ਬੈਠਕ ਉਹਦੀ ਮਿਲੇ ਸਨਮਾਨਾਂ ਨਾਲ ਭਰੀ ਪਈ ਸੀ। ਮੱਥੇ ਵਾਲੀ ਕੰਧ ਵਿੱਚ ਬੰਨੀਆਂ ਬਣੀਆਂ ਹੋਈਆਂ ਸਨ, ਉਹ ਸਾਰੀਆਂ ਉਹਨੂੰ ਮਿਲੇ ਮਾਣ ਸਨਮਾਨਾਂ ਵਾਲੀਆਂ ਬਸਤਾਂ ਨਾਲ ਭਰੀਆਂ ਪਈਆਂ ਸਨ। ਇਹਦੋਂ ਇਲਾਵਾ ਮੇਜ਼, ਕੰਧਾਂ, ਅਲਮਾਰੀਆਂ ਸਭੇ ਉਹਦੀਆਂ ਸਮੇਂ ਸਮੇਂ ਖਿੱਚੀਆਂ ਫੋਟੋਆਂ ਨਾਲ ਅੱਟੀਆਂ ਪਈਆਂ ਸਨ। ਅਜੇ ਕੱਲ੍ਹ ਪਰਸੋਂ ਤੱਕ ਤਾਂ ਉਹਨੂੰ ਇਹ ਵੇਖ ਵੇਖ ਨਸ਼ਾ ਚੜ੍ਹ ਜਾਂਦਾ ਰਿਹਾ ਸੀ, ਅੱਜ ਉਹਨੂੰ ਇਹ ਸਭ ਨਾਗ ਵਾਂਗ ਡੰਗਦੀਆਂ ਪਈਆਂ ਸਨ। ਓਏ ਇਹ ਪੰਥ ਦੀਆਂ ਬਖਸ਼ਿਸ਼ਾਂ ਨੇ, ਕਦੀ ਉਹ ਬੜਾ ਹੁੱਬ ਕੇ ਆਪਣੇ ਚੇਲੇ ਬਾਲਕਿਆਂ ਨੂੰ ਦੱਸਿਆ ਕਰਦਾ ਸੀ, ਅੱਜ ਉਹ ਬਸਤਾਂ ਜਿਵੇਂ ਉਹਨੂੰ ਖਾਣ ਨੂੰ ਆ ਡਈਆਂ ਸਨ। ਅਤੀਤ ਬੜਾ ਸ਼ਾਨਦਾਰ ਸੀ, ਪਰ ਦੁੱਧ ਵਿੱਚ ਕਾਂਜੀ ਕਦੋਂ ਪਈ। ਅੱਜ ਤੇ ਭਾਊ ਕੀ ਦੱਸਾਂ, ਮੈਂ ਤੇ ਗਾੜੀ ਨਵਿਓਂ ਗੱਲ ਸੁਣੀ ਹੋ, ਤੋਤੀ ਪੈਂਚ ਨੇ ਅੰਦਰ ਵੜਦਿਆਂ ਹੀ ਉਹਨੂੰ ਕਿਹਾ ਸੀ। ਤੋਤੀ ਦੀ ਆਦਤ ਦਾ ਉਹਨੂੰ ਪਤਾ ਸੀ, ਭਈ ਉਹ ਗੱਲ ਕਰਨ ਲੱਗਾ ਅਸਲ ਗੱਲ ਬੜੀ ਦੇਰ ਮਗਰੋਂ ਕਰਦਾ ਤੇ ਐਵੇਂ ਵਲ ਫੇਰ ਪਾਈ ਜਾਂਦਾ। ਉਹ ਹੱਸ ਪਿਆ ਤੇ ਤੋਤੀ ਨੂੰ ਬੈਠਕ ਅੰਦਰ ਆਇਆ ਜਾਣ ਕੇ ਮੰਜੇ ਤੋਂ ਉੱਠ ਬੈਠਾ ਤੇ ਢੋਲ ਆ ਲਈ। ਕੀ ਸੁਣ ਬੈਠਾ, ਕਹਿੰਦਾ ਉਹ ਢੋਲ ਆਈ ਹੀ ਮਾੜਾ ਮਾੜਾ ਹਿੱਲਣ ਲੱਗ ਪਿਆ।
ਆਪਣੀ ਜਾਣੀ ਉਹ ਤੋਤੀ ਨੂੰ ਉਤਸੁਕਤਾ ਵਿਖਾ ਰਿਹਾ ਸੀ ਤਾਂ ਜੋ ਉਹ ਗੱਲ ਨਾ ਲਮਕਾਵੇ। ਭਾਊ ਐਤਕੀ ਲੱਖ ਦਾਤੇ ਵਾਲੇ ਮੇਲੇ 'ਤੇ, ਭਾਊ ਐਤਕੀ ਮੇਲੇ 'ਤੇ ਨਾ, ਜਿਹੜਾ ਕੌਡੀ ਵਾਲਾ ਟੂਰਨਾਮੈਂਟ ਹੀ ਨਾ, ਉਹ ਹਟਕੋਰੇ ਵਰਗੀ ਆਵਾਜ਼ ਕੱਢੀ ਗਿਆ। ਉਹ ਗੱਲ ਕਰ ਪਰਾਂ ਜਿਹੜੀ ਕਰਨ ਵਾਲੀ ਊ, ਉਹ ਬੋਲਿਆ, ਉਹ ਭਾ ਉਸ ਟੂਰਨਾਮੈਂਟ ਦੀ ਅਤੇ ਨਾਲੇ ਮੇਲੇ ਦੇ ਸਾਵੀਂ ਵਾਸਤੇ ਇਹਨਾਂ ਕੰਜਰਾਂ ਜੀਤ ਬਿੱਲੇ ਨੂੰ ਸੱਦਿਆ ਈ। ਕੀ ਦੱਸਾਂ ਤੈਨੂੰ, ਕੀ ਦੱਸਾਂ ਮੈਂ, ਮੈਂ ਤਾਂ ਉਦੋਂ ਦਾ ਹੀ ਤੜਪੀ ਜਾਂਦਾ ਭਈ ਮੈਂ ਕਿਹੜਾ ਵੇਲਾ ਹੋਵੇ ਅਤੇ ਤੈਨੂੰ ਦੱਸਾਂ। ਤੋਤੀ ਪੈਂਚ ਆਪਣੇ ਲੋਰ ਵਿੱਚ ਹੀ ਬੋਲੀ ਗਿਆ। ਉਹਨੇ ਇਹ ਵੀ ਨੋਟ ਨਾ ਕੀਤਾ ਕਿ ਜਥੇਦਾਰ ਜੋਸ਼ ਦਾ ਚਿਹਰਾ ਜੀਤ ਬਿੱਲੇ ਦਾ ਨਾਂ ਸੁਣ ਕੇ ਤੋਰੀ ਵਾਂਗ ਲਟਕ ਗਿਆ ਸੀ। ਇਹ ਸੱਚ ਸੀ ਕਿ ਜਥੇਦਾਰ ਪੂਰਨ ਸਿੰਘ ਜੋਸ਼, ਜਿਹੜਾ ਘੜੀ ਕੁ ਪਹਿਲਾਂ ਟਿਕਾ ਵਿੱਚ ਸੀ, ਹੁਣ ਤੋਤੀ ਦੇ ਮੂੰਹੋਂ ਜੀਤ ਬਿੱਲੇ ਦਾ ਨਾਂ ਸੁਣ ਕੇ ਅੰਤਾਂ ਦਾ ਬੇਚੈਨ ਹੋ ਗਿਆ ਸੀ। ਪਹਿਲਾਂ ਉਹ ਹਲਦੀ ਵਰਗਾ ਪੀਲਾ ਵਿਸਾਰ ਹੋ ਗਿਆ, ਮੁੜ ਗੁੱਸੇ ਵਿੱਚ ਉਹਦਾ ਮੂੰਹ ਸੁਰਖ ਹੋ ਗਿਆ, ਖੂਨ ਸਾਰਾ ਸਿਰ ਨੂੰ ਚੜ੍ਹ ਕੇ ਚਿਹਰੇ ਵੱਲ ਆ ਗਿਆ ਸੀ। ਉਹਨੇ ਗੱਲਾਂ ਕਰਦੇ ਤੋਤੀ ਵੱਲ ਵੇਖਿਆ। ਤੋਤੀ ਅਜੇ ਵੀ ਆਪਣੀਆਂ ਹੀ ਟਰਪੋਲੀਆਂ ਮਾਰਨ ਡਿਆ ਸੀ। ਉਹਨੂੰ ਤੋਤੀ ਦਾ ਹਿਲਦਾ ਮੂੰਹ, ਉਹਦੀ ਝੱਬਰ ਦਾੜ੍ਹੀ, ਉਹਦਾ ਪੱਗੜ ਅਤੇ ਉਹਦੀ ਮੈਲ ਖਾਧੀ ਉਂਗਲ, ਜਿਹਨੂੰ ਹਿਲ ਹਿਲਾ ਕੇ ਤੋਤੀ ਗੱਲਾਂ ਪਿਆ ਕਰਦਾ ਸੀ ਜਿਵੇਂ ਕਿਸੇ ਮਸ਼ੀਨਰੀ ਕਰਤੱਬ ਵਰਗੀਆਂ ਜਾਪੀਆਂ। ਉੱਧਰ ਤੋਤੀ ਉਹਨੂੰ ਜਿਵੇਂ ਦੇਖਣੋਂ ਹਟ ਗਿਆ ਸੀ ਅਤੇ ਉਹਦੀ ਥਾਵੇਂ ਜਿਵੇਂ ਪਰਛਾਵਾਂ ਹਿਲਦੇ ਜਾਪਦੇ ਸਨ। ਤੋਤੀ ਦੀ ਆਵਾਜ਼ ਜਿਵੇਂ ਉਹਨੂੰ ਉੱਪਰੋਂ ਜਾਪੇ, ਲਗਾਤਾਰ ਕਦੇ ਹੌਲੀ ਕਦੇ ਉੱਚੀ, ਜਿਵੇਂ ਜਿਵੇਂ ਟੀਣ ਦੀ ਛੱਤ 'ਤੇ ਮੀਂਹ ਪੈ ਰਿਹਾ ਹੋਵੇ। ਭਾ ਬੋਲਦਾ ਨਹੀਂ ਜੇ, ਮਖਾਂ ਕੀ ਗੱਲ? ਉਹ ਹੋਸ਼ ਵਿੱਚ ਆਇਆ ਕਿਉਂਕਿ ਤੋਤੀ ਉਹਨੂੰ ਕੁਝ ਪੁੱਛ ਹੀ ਜਾਂਦਾ ਸੀ। ਫਿਰ ਉਹਨੇ ਤੋਤੀ ਵੱਲ ਵੇਖਿਆ, ਉੱਥੇ ਤਾਂ ਤੋਤੀ ਦੀਆਂ ਜਿਵੇਂ ਅੱਖਾਂ ਹੀ ਹੋਰ ਸਨ। ਉੱਥੇ ਉਹਨੂੰ ਜਾਪੇ ਕਿ ਤੋਤੀ ਦੀਆਂ ਅੱਖਾਂ ਜਿਵੇਂ ਜੀਤ ਬਿੱਲੇ ਦੀਆਂ ਅੱਖਾਂ ਬਣ ਗਈਆਂ ਹੋਣ। ਕਦੇ ਤੋਤੀ ਦਾ ਚਿਹਰਾ ਤੋਤੀ ਦਾ ਰਹਿੰਦਾ, ਕਦੀ ਜੀਤ ਬਿੱਲੇ ਦਾ ਬਣ ਜਾਂਦਾ। ਹਾਰ ਕੇ ਉਹਨੇ ਅੱਖਾਂ ਬੰਦ ਕਰ ਲਈਆਂ। ਹੁਣ ਤੂੰ ਜਾ ਤੋਤੀ, ਅੱਕ ਕੇ ਉਹਨੇ ਕਿਹਾ। ਫਿਰ ਤੋਤੀ ਦੀ ਪਰਵਾਹ ਕੀਤੇ ਬਿਨਾਂ ਉਹ ਲੇਟ ਗਿਆ। ਫਿਰ ਜਦ 10-15 ਮਿੰਟਾਂ ਬਾਅਦ ਉਹਦੀ ਸੁਰਤ ਟਿਕਾਣੇ ਆਈ ਤਾਂ ਉਹ ਬੈਠਦਾ ਹੋ ਗਿਆ। ਬੂਹਾ ਅੱਧਾ ਖੁੱਲ੍ਹਾ ਸੀ। ਉਹ ਸ਼ੁਕਰਿਆ, ਤੋਤੀ ਆਪੇ ਤੁਰ ਗਿਆ, ਨਹੀਂ ਮੈਥੋਂ ਵੱਜ ਜਾਣੀ ਸੀ ਇੱਕ ਅੱਧੀ ਉਹਨੂੰ। ਉਹਨੇ ਆਪਣੇ ਅੰਦਰਲੇ ਨਾਲ ਗੱਲ ਕੀਤੀ, ਪਰ ਉਹਦਾ ਕੀ ਕਸੂਰ? ਉਹਦੇ ਅੰਦਰਲੇ ਨੇ ਜਿਵੇਂ ਵਿਰੋਧ ਕੀਤਾ। ਦੁਖੀ ਮਾਣ ਉਹਨੇ ਮੁੜ ਅੱਖਾਂ ਮੀਟ ਕੇ ਪਲੰਘ ਦੀ ਵਾਹੀ ਨਾਲ ਢੋ ਲਾ ਲਈ। ਡਿੰਗ ਡੰਗ, ਡਿੰਗ ਡੰਗ, ਠੱਕ, ਸਟੇਜ 'ਤੇ ਚੜ੍ਹਿਆ ਉਹ ਪੂਰੇ ਵਜਦ ਵਿੱਚ ਹੁੰਦਾ। ਜਦ ਢੱਡ ਵੱਜਦੀ ਅਤੇ ਤਾਲ ਪੂਰਾ ਹੋਣ 'ਤੇ ਵਜੰਤਰੀ ਅੰਗੂਠੇ ਨਾਲ ਪੋਲੇ ਜਿਹੇ ਠੱਕ ਕਰਕੇ ਤਾਲ ਪੂਰਦਾ, ਉਹਨੂੰ ਮਾਣੋ ਖੁਸ਼ੀ ਚੜ੍ਹ ਜਾਂਦੀ। ਉਹ ਇੱਕ ਪੈਰ ਅੱਗੇ ਪੁੱਟ ਕੇ ਕਵਿੱਤ ਪੂਰੇ ਜ਼ੋਰ ਨਾਲ ਉਚਾਰਦਾ, ਕਦੀ ਪ੍ਰਸੰਗ ਦੱਸ ਕੇ ਜਿਵੇਂ ਦ੍ਰਿਸ਼ ਬੰਨ ਦਿੰਦਾ, ਕਦੀ ਵਿਆਖਿਆ ਵਿੱਚ ਪੈਂਦਾ, ਕਦੀ ਕਦੀ ਤਾਂ ਬਹੁਤਾ ਹੀ ਭਾਵੁਕ ਹੋ ਜਾਂਦਾ ਤਾਂ ਆਪ ਹੀ ਵਾਰੀ ਦੇਣ ਤੋਂ ਪਹਿਲਾਂ ਅਤੇ ਵਿੱਚ ਵੀ ਜ਼ੋਰ ਜ਼ੋਰ ਦੀ ਸਿਰ ਹਿਲਾਉਂਦਾ, ਮਾਣੋ ਜਿਵੇਂ ਪ੍ਰਸੰਗ ਦੀ ਆਤਮਾ ਪੂਰੇ ਅਰਥਾਂ ਸਮੇਤ ਉਹਦੇ ਵਜੂਦ, ਉਹਦੀ ਆਤਮਾ ਵਿੱਚ ਲੈ ਗਈ ਹੋਵੇ। ਨਾਲ ਵੱਜਦੀ ਸਰੰਗੀ ਜਿਵੇਂ ਉਸ ਨਾਲ ਗੱਲਾਂ ਕਰਨ ਲੱਗ ਪੈਂਦੀ। ਜਦ ਢੱਡ ਸਰੰਗੀ ਵਿਆਖਿਆ ਵੇਲੇ ਰੁਕ ਜਾਂਦੀਆਂ, ਉਹਦੇ ਕੰਨ ਤਾਂ ਵੀ ਉਹਨਾਂ ਦੀ ਤਾਣ ਸੁਣਦੇ ਰਹਿੰਦੇ। ਉਹ ਬੋਲਦਾ ਜਾਂਦਾ, ਵਾਰੀ ਦੇਣ ਵਾਲੇ ਚੇਲੇ ਵੀ ਮਗਰ ਬੋਲਦੇ ਜਾਂਦੇ, ਹੁਣ ਪਤਾ ਹੀ ਨਾ ਲੱਗਦਾ, ਸਿਰਫ ਆਪਣੇ ਅਤੇ ਆਪਣੇ ਸਾਥੀਆਂ ਦੇ ਬੁੱਲ ਹਿਲਦੇ ਦਿਸਦੇ। ਉਹ ਆਪ ਅਤੇ ਸਰੰਗੀ ਨਾਲ, ਉਹਦੀਆਂ ਤਾਰਾਂ 'ਤੇ ਫਿਰਦੇ ਗਜ਼ ਨਾਲ ਇੱਕ ਮਿੱਕ ਹੋਇਆ ਹੁੰਦਾ।
ਗੁਰੂ ਆਪ ਨਾਲ ਹੁੰਦਾ ਜਦੋਂ ਵਾਰ ਸ਼ੁਰੂ ਕਰੀਦੀ ਹੈ। ਉਹ ਅਕਸਰ ਸਾਰਿਆਂ ਨੂੰ ਇਹ ਗੱਲ ਕਹਿੰਦਾ। ਨਾਲੇ ਉਸਤਾਦ ਨਜ਼ੀਰ ਹੁਰੀ ਕਿਹਾ ਕਰਦੇ ਸਨ ਕਿ ਪੁੱਤ, ਜਦੋਂ ਸਰੰਗੀ ਦੇ ਗਜ਼ 'ਤੇ ਤੇਰੀਆਂ ਉਂਗਲਾਂ ਆਪੋ ਵਿੱਚ ਗੱਲੀ ਪੈਣ ਲੱਗ ਪਈਆਂ, ਸਮਝੀ ਅੱਲਾ ਮਿਹਰਬਾਨ ਹੋ ਗਿਆ। ਉਹ ਅਕਸਰ ਆਪਣੀ ਮੁੱਛਫੁੱਟ ਉਮਰ ਦੇ ਮੁੱਢਲੇ ਉਸਤਾਦ ਨਜ਼ੀਰ ਮੀਆਂ ਦੀ ਨਸੀਹਤ ਨੂੰ ਯਾਦ ਕਰਦਾ ਚੇਲਿਆਂ ਨੂੰ ਦੱਸਦਾ। ਮੀਆਂ ਨਜ਼ੀਰ ਨੂੰ ਲੋਕ ਨਜ਼ੀਰ ਬੱਕਰੀਆਂ ਵਾਲਾ ਵੀ ਕਹਿੰਦੇ ਸਨ। ਪਹਿਲਿਆਂ ਵੇਲੇ ਦਾ ਬੰਦਾ ਸੀ ਉਹ। ਬੱਕਰੀਆਂ ਦਾ ਚੋਖਾ ਵੱਡਾ ਵੱਗ ਸੀ ਉਹਦੇ ਕੋਲ, ਪਰ ਉਹ ਆਪਣਾ ਸਰੰਗੀ ਦਾ ਸ਼ੌਕ ਨਾਲੋਂ ਨਾਲ ਕਾਇਮ ਰੱਖੀ ਤੁਰੀ ਜਾਂਦਾ। ਵੱਗ ਭਾਵੇਂ ਉਹਦੇ ਪੁੱਤਰਾਂ ਸਾਂਭ ਲਏ, ਪਰ ਕਹਿੰਦੇ ਨੇ ਜਵਾਨੀ ਪਹਿਰੇ ਵੀ ਜਦ ਉਹ ਚਰਾਂਦੀ ਇੱਜੜ ਲੈ ਆਉਂਦਾ, ਇੱਜੜ ਛੱਡ ਦਿੰਦਾ ਅਤੇ ਬੋਲਦੀ ਦੁਪਹਿਰ ਵਿੱਚ ਕਿਸੇ ਕਿੱਕਰ ਥੱਲੇ ਜਾਂ ਨਿੰਮ ਹੇਠਾਂ ਸਰੰਗੀ ਵਜਾਉਣ ਬਹਿ ਜਾਂਦਾ। ਲੋਕਾਂ ਗੱਲ ਬਣਾਈ ਹੋਈ ਸੀ ਕਿ ਮੀਏ ਦੀਆਂ ਬੱਕਰੀਆਂ ਉਹਦੀ ਸਰੰਗੀ 'ਤੇ ਗਿੱਝੀਆਂ ਹੋਈਆਂ ਨੇ, ਕਿਧਰੇ ਦੂਰ ਜਾਂਦੀਆਂ ਹੀ ਨਹੀਂ। ਮੁੱਛਫੁੱਟ ਪੂਰਨ ਵੀ ਜਦੋਂ 16ਵੇਂ 17ਵੇਂ ਵਿੱਚ ਘਰੋਂ ਭੱਜਾ ਤਾਂ ਸਿੱਧਾ ਮੀਆਂ ਨਜ਼ੀਰ ਕੋਲ ਆਇਆ ਸੀ। ਉਦੋਂ ਗਾਉਣ ਵਾਲਿਆਂ ਵਿੱਚ ਰੁਲਦੂ ਅਤੇ ਕਿਸ਼ੋਰੀ ਪੰਡਿਤ ਦਾ ਚਰਚਾ ਸੀ। ਵਜੰਤਰੀਆਂ ਵਿੱਚੋਂ ਮੀਆਂ ਨਜ਼ੀਰ ਅਤੇ ਗੁਰਮੀਤ ਦੀਆਂ ਗੱਲਾਂ ਘਰ ਘਰ ਹੁੰਦੀਆਂ ਸਨ। ਗੁਰਮੀਤ ਮਰਦਾਨੇਕਿਆਂ ਵਿੱਚੋਂ ਸੀ, ਪਰ ਹੁਣ ਅੰਮ੍ਰਿਤ ਛੱਕ ਕੇ ਤਿਆਰ ਬਰ ਤਿਆਰ ਸਿੰਘ ਸੀ। ਉਹ ਢੋਲਕੀ ਅਤੇ ਜੋੜੀ ਦਾ ਕਰਿੰਦਾ ਸੀ। ਉਨੀ ਦਿਨੀ ਦੀਨੂ ਪਾਖਰਪੁਰੀਏ ਦਾ ਵੀ ਬੜਾ ਨਾਂ ਸੀ। ਕਹਿੰਦੇ ਪੱਟੀ ਸ਼ਹਿਰ ਵਿੱਚੋਂ ਕਲੰਦਰੀ ਬਾਬੇ ਦੇ ਉਰਸ 'ਤੇ ਅਲਗੋਜੇ ਵਜਾਉਂਦਾ ਤਾਂ ਇੱਕ ਸਮਾਂ ਅਜਿਹਾ ਵੀ ਆਉਂਦਾ ਜਦੋਂ ਹਵਾ ਵੀ ਜਿਵੇਂ ਰੁਕ ਜਾਂਦੀ, ਲੋਕ ਚੜਾਵਾ ਭੁੱਲ ਜਾਂਦੇ, ਮਜੌਰ ਖੜ੍ਹੇ ਸੁਣਦੇ ਰਹਿ ਜਾਂਦੇ। ਪਰ ਇਹ ਗੱਲਾਂ ਤਾਂ ਬਹੁਤ ਬੀਤੇ ਦੀਆਂ ਗੱਲਾਂ ਸਨ। ਪੂਰਨ ਸਿੰਘ ਉਰਫ ਬਾਬਾ ਜੋਸ਼ ਹੁਣ ਤੇ ਇਹਨਾਂ ਯਾਦਾਂ ਯੋਗਾ ਹੀ ਸੀ। ਉਸ ਵੇਲੇ ਜਵਾਨੀ ਦਾ ਅੰਨਾ ਜ਼ੋਰ ਸੀ ਜਦੋਂ ਉਹ ਸਰੰਗੀ ਵਾਲੇ ਪਾਸੇ ਤੁਰ ਗਿਆ ਸੀ। ਉਹਨੂੰ ਪਤਾ ਨਹੀਂ ਕਿਉਂ ਸਰੰਗੀ ਆਪਣੇ ਵੱਲ ਖਿੱਚਦੀ ਸੀ। ਜਦੋਂ ਵੱਜਦੀ ਉਹਨੂੰ ਲੱਗਦਾ ਜਿਵੇਂ ਕੋਈ ਧੂਪ ਆਉਂਦੀ ਸੀ। ਉਹਨੂੰ ਪਤਾ ਹੀ ਨਹੀਂ ਸੀ ਲੱਗਾ ਕਦੋਂ ਉਹ ਘਰੋਂ ਖਿਸਕਿਆ ਅਤੇ ਸਿੱਧਾ ਮੀਏ ਨਜ਼ੀਰ ਕੋਲ ਆ ਬੈਠਾ ਸੀ। ਅੱਗੋਂ ਮੀਆਂ ਵੀ ਐਸਾ ਅੱਲਾ ਲੋਕ ਸੀ, ਬਿਨਾਂ ਕੋਈ ਅੱਗਾ ਪਿੱਛਾ ਤਕਾਇਆ ਉਸ ਪੂਰਨ ਵੱਲੋਂ ਲਿਆਂਦਾ ਗੁੜ ਆਜੜੀਆਂ ਵਿੱਚ ਵੰਡ ਦਿੱਤਾ। ਉਸੇ ਵੇਲੇ ਪੱਗ ਦਾ ਲੜ ਪਾੜ ਕੇ ਲੀਰ ਪੂਰਨ ਦੇ ਗੁੱਟ 'ਤੇ ਬੰਨ ਦਿੱਤੀ ਅਤੇ ਉਹਨੂੰ ਆਪਣਾ ਸ਼ਾਗਿਰਦ ਪਾ ਲਿਆ। ਉਦੋਂ ਇੱਕ ਤਾਂ ਪੂਰਨ ਦੇ ਟਿੰਡ ਕਿਤਿਓ ਹੁੰਦੀ ਸੀ, ਦੂਸਰਾ ਸਿਰ 'ਤੇ ਮਲਮਲ ਦਾ ਦੂਹਰਾ ਸਾਫਾ ਵੱਧਾ ਹੁੰਦਾ ਸੀ। ਬਾਕੀ ਸ਼ਾਗਿਰਦਾਂ ਵਿੱਚ ਬੈਠਾ ਪੂਰਨ ਉਹਨਾਂ ਜਿਹਾ ਹੀ ਲੱਗਦਾ। ਜੱਟ ਪੁਣੇ ਵਾਲੀ ਤੜ ਉਨੀ ਦਿਨੀ ਉਸ ਵਿੱਚੋਂ ਲੁਪਤ ਹੋ ਗਈ ਸੀ। ਇਹ ਵੀ ਸ਼ੁਕਰ ਸੀ ਕਿ ਉਸਤਾਦ ਜੀ ਨੂੰ ਉਹਦਾ ਪਿੱਛਾ ਪਤਾ ਸੀ, ਉਹਨਾਂ ਪੁਚਕਾਰ ਕੇ ਪੁੱਛ ਲਿਆ ਸੀ। ਇਸੇ ਲਈ ਉਹਨਾਂ ਨੇ ਕਦੀ ਵੀ ਪੂਰਨ ਨੂੰ ਹੁੱਕਾ ਰਵਾਂ ਕਰਨ ਲਈ ਨਹੀਂ ਸੀ ਕਿਹਾ। ਨਹੀਂ ਤਾਂ ਦੂਜੇ ਸ਼ਾਗਿਰਦ ਦਿਹਾੜੀ ਵਿੱਚ 3-4 ਵਾਰ ਹੁੱਕਾ ਰਵਾਂ ਕਰਕੇ ਉਸਤਾਦ ਜੀ ਨੂੰ ਦਿੰਦੇ ਸਨ। ਕੁਛ ਚਿਰ ਮਗਰੋਂ ਬਾਪ ਨੂੰ ਪਤਾ ਲੱਗਾ ਅਤੇ ਉਹ ਆ ਕੇ ਲੈ ਗਿਆ। ਉਸਤਾਦ ਹੋਰਾਂ ਨੇ ਨਾ ਤਾਂ ਗੰਢਾਂ ਬਣਾਈ ਵੇਲੇ ਕੁਝ ਕਿਹਾ ਅਤੇ ਨਾ ਹੀ ਬਾਪੂ ਨਾਲ ਜਾਣ ਵੇਲੇ ਕੁਝ ਕਿਹਾ ਸੀ। ਉਹ ਤਾਂ ਅਲਮਸਤ ਸਨ, ਪਰ ਇੰਨਾ ਫਾਇਦਾ ਜ਼ਰੂਰ ਹੋਇਆ ਸੀ ਕਿ ਸਰੰਗੀ ਉਹਦੀ ਆਤਮਾ ਵਿੱਚ ਲੈ ਗਈ ਸੀ। ਮਗਰੋਂ ਜਾ ਕੇ ਉਹ ਦੁਬਾਰਾ ਉਸਤਾਦ ਹੋਰਾਂ ਦੀ ਸੰਗਤ ਵਿੱਚ ਕੁਝ ਚਿਰ ਬੈਠਾ ਰਿਹਾ। ਜਦੋਂ ਉਹ ਬਾਪੂ ਦੇ ਕਹਿਣ ਮੂਜਬ ਉਹਦੇ ਵਾਕੋਂ ਵਾਰਾ ਹੋ ਗਿਆ ਸੀ, ਮੁੜ ਤਾਂ ਉਹ ਸਰੰਗੀ ਦਾ ਉਸਤਾਦ ਹੋ ਨਿਬੜਿਆ ਸੀ। ਇਹ ਤਾਂ ਬੜੇ ਭਲੇ ਵੇਲੇ ਦੀਆਂ ਗੱਲਾਂ ਨੇ, ਉਦੋਂ ਦੀਆਂ
ਜਦੋਂ ਲੋਕੀ ਗੁੜ ਦੀ ਭੇਲੀ ਨਾਲ ਰੋਟੀ ਖਾ ਛੱਡਦੇ ਸਨ ਜਾਂ ਲੱਸੀ ਵਿੱਚ ਲਾਲ ਮਿਰਚਾਂ ਤੇ ਲੂਣ ਘੋਲ ਕੇ ਰੋਟੀ ਲੰਘਾ ਛੱਡਦੇ ਸਨ। ਅੱਜ ਵੀ ਜਦ ਉਹ ਕਦੇ ਬੱਕਰੀਆਂ ਦੇ ਵੱਗ ਕਿਤੇ ਚਰਦੇ ਵੇਖਦਾ ਜਾਂ ਦਰਖਤ ਥੱਲੇ ਬੈਠੇ ਕਿਸੇ ਆਜੜੀ ਨੂੰ ਤੱਕਦਾ, ਉਹਦਾ ਜੀ ਕਰਦਾ ਕਾਰ ਵਿੱਚੋਂ ਉਤਰ ਕੇ ਉਸ ਕੋਲ ਜਾ ਬੈਠੇ। ਕਿਧਰੇ ਪਿੰਡਾਂ ਵੱਲ ਪ੍ਰੋਗਰਾਮ ਕਰਨ ਜਾਂਦਾ ਤਾਂ ਉਹਦਾ ਇਹੀ ਮਨ ਕਰਦਾ ਕਿ ਕਿਧਰੇ ਕਿਸੇ ਪੈਲੀ ਵਿੱਚ ਮੋਰ ਨੱਚਦਾ ਮਿਲ ਪਵੇ, ਨਹੀਂ ਤਾਂ ਘੱਟੋ ਘੱਟ ਤਿਲੀਅਰ ਜਾਂ ਕਾਲੀ ਚਿੜੀ ਹੀ ਜ਼ਮੀਨ 'ਤੇ ਫੁਰਕਦੀ ਦਿਸੇ। ਪਰ ਹੁਣ ਇਹ ਵੇਲਾ ਬੀਤ ਚੁੱਕਾ ਸੀ। ਅੱਜ ਉਹਨੂੰ ਇਉਂ ਜਾਪ ਰਿਹਾ ਸੀ ਜਿਵੇਂ ਉਹਦਾ ਬੀਤਿਆ ਜ਼ਮਾਨਾ ਸਿਰਫ ਉਸੇ ਲਈ ਹੀ ਕੋਈ ਅਹਿਮੀਅਤ ਰੱਖਦਾ ਹੋਵੇ। ਹੋਰ ਕੋਈ ਵੀ ਸ਼ਖਸ ਉਹਦੀ ਕਹਾਣੀ ਵਿੱਚ ਜਿਵੇਂ ਦਿਲਚਸਪੀ ਲੈਣੋਂ ਹਟ ਗਿਆ ਸੀ। ਪੁੱਤਰ, ਧੀਆਂ, ਲੋਕ, ਚਾਲੇ, ਬਾਲ ਕੇ ਸਭ ਜਿਵੇਂ ਬੇਗਾਨੇ ਹੋ ਗਏ ਸਨ। ਫਿਰ ਉਹਨੂੰ ਜਾਪਦਾ ਕਿ ਉਹ ਐਵੇਂ ਵਾਹਿਆਤ ਗੱਲਾਂ ਬਾਬਤ ਸੋਚਦਾ ਰਹਿੰਦਾ ਹੈ। ਯਾਰ ਦੋਸਤ, ਪੁਰਾਣੇ ਖੁੰਡ, ਬੇਲੀ, ਸਰੋਤੇ, ਧੀਆਂ, ਪੁੱਤ, ਚੇਲੇ ਸਭ ਉਸੇ ਤਰ੍ਹਾਂ ਆ ਜਾ ਰਹੇ ਨੇ, ਅਕਸਰ ਮਿਲਦੇ ਗਿਲਦੇ ਰਹਿੰਦੇ ਨੇ। ਬੈਠਕ ਵਿੱਚ ਦਿਹਾੜੀ ਵਿੱਚ ਇੱਕ ਵਾਰ ਜ਼ਰੂਰ ਰੌਣਕ ਲੱਗਦੀ ਹੈ। ਥੋੜ੍ਹਾ ਸਮਾਂ ਹੀ ਬੀਤਦਾ ਫਿਰ ਉਹਨੂੰ ਡੋਬੂ ਪੈਣ ਲੱਗਦੇ। ਜਾਪਦਾ ਜਿਵੇਂ ਉਹ ਕਿਸੇ ਅੰਨੇ ਖੂਹ ਵਿੱਚ ਪੁੱਠਾ ਲਟਕਾਇਆ ਹੋਵੇ ਅਤੇ ਉੱਤੋਂ ਤਸੀਹੇ ਵੱਖਰੇ ਮਿਲ ਰਹੇ ਹੋਣ। ਅਸਲ 'ਚ ਉਹਦੀ ਇਹ ਹਾਲਤ ਜੀਤ ਬਿੱਲੇ ਨੇ ਕੀਤੀ ਸੀ। ਜਦੋਂ ਤੋਂ ਜੀਤ ਬਿੱਲੇ ਨੇ ਉਹਨੂੰ ਕੱਚੀ ਫਾਂਸੀ ਲਾ ਲਾ ਕੇ ਉਹਦਾ ਜੋੜ ਜੋੜ ਹਿਲਾਇਆ ਸੀ, ਉਹਨੂੰ ਅਕਸਰ ਰਾਤਾਂ ਨੂੰ ਨੀਂਦ ਵਿੱਚ, ਫਿਰ ਕਈ ਵਾਰ ਦਿਨੇ ਵੀ ਖਿਆਲਾਂ ਵਿੱਚ ਖੂਹ ਵਿੱਚ ਲਟਕੇ ਹੋਣ ਦੇ ਝੌਲੇ ਪੈਂਦੇ ਰਹਿੰਦੇ। ਜੀਤ ਬਿੱਲੇ ਦੇ ਬੁੱਚੜ ਸਿਪਾਹੀ ਤਾਰਾਂ 'ਤੇ ਕਿੱਲੀ ਉਹਦੇ ਹੁਕਮ ਨਾਲ ਕਿੰਨੀ ਕਿੰਨੀ ਦੇਰ ਉਹਨੂੰ ਪੁੱਠਾ ਲਟਕਾਈ ਰੱਖਦੇ। ਵਿਰਧ ਸਰੀਰ ਜਦੋਂ ਸੁੱਜ ਜਾਂਦਾ, ਉਹਦੀ ਜੀਭ ਬਾਹਰ ਨਿਕਲ ਆਉਂਦੀ, ਉਦੋਂ ਕਿੱਲੀ ਨਾਲੋਂ ਲਾਉਂਦੇ ਸਨ। ਉਦੋਂ ਤੋਂ ਲੈ ਕੇ ਹੁਣ ਤੱਕ ਉਹ ਇਹਨਾਂ ਨਰਕੀ ਘੜੀਆਂ ਨੂੰ ਭੁੱਲ ਨਹੀਂ ਸੀ ਸਕਿਆ। ਖੂਹ ਉਹਨੂੰ ਸ਼ੁਰੂ ਤੋਂ ਹੀ ਡਰਾਉਣੇ ਜਾਪਦੇ ਸਨ। ਬਚਪਨ ਵਿੱਚ ਵੀ ਜਦ ਕਦੀ ਉਹ ਤਿੱਖੜ ਦੁਪਹਿਰੇ ਹਾਲੀਆਂ ਨਾਲ ਤੌੜਾ ਭਰਦਾ, ਉਹ ਕਦੀ ਵੀ ਖੂਹ 'ਚ ਝਾਤੀ ਨਹੀਂ ਸੀ ਪਾਉਂਦਾ ਹੁੰਦਾ। ਉਹਨੂੰ ਆਪਣੇ ਬਚਪਨ ਦੀ ਪੂਰੀ ਪੂਰੀ ਸੋਝੀ ਸੀ ਕਿ ਕਿਵੇਂ ਜਦ ਕਦੀ ਖੂਹ ਵਿੱਚ ਝਾਤੀ ਪੈ ਵੀ ਜਾਂਦੀ, ਉਹ ਡੂੰਘਾਈ ਤੋਂ ਡਰ ਕੇ ਤਰਹਿ ਜਾਂਦਾ। ਖੂਹ ਦੀਆਂ ਅੰਦਰਲੀਆਂ ਇੱਟਾਂ ਵਿੱਚ ਉੱਗੇ ਪਿੱਪਲ ਦੇ ਟੂਸੇ ਉਹਨੂੰ ਜਿਵੇਂ ਸੱਪ ਲਟਕਦੇ ਜਾਪਦੇ। ਕਈ ਵਾਰ ਆਂਡਿਆਂ 'ਤੇ ਬੈਠੀਆਂ ਕੁੱਕੀਆਂ ਕਬੂਤਰੀਆਂ ਵਿੱਚੋਂ ਫਰਰ ਕਰਕੇ ਉੱਡ ਜਾਂਦੀਆਂ, ਉਹ ਸਹਿ ਜਾਂਦਾ। ਇਸੇ ਲਈ ਉਹਨੇ ਜਦ ਕਦੀ ਵੀ ਸਰੰਗੀ ਜਾਂ ਗਾਉਣ ਦਾ ਰਿਆਜ਼ ਕੀਤਾ, ਖੂਹ 'ਤੇ ਨਹੀਂ ਸਗੋਂ ਪਰੇ ਉੱਗੇ ਸੰਘਣੇ ਬੋਰਡ ਥੱਲੇ ਬਹਿ ਕੇ ਕੀਤਾ, ਭਾਵੇਂ ਖੂਹ 'ਤੇ ਛਾਂ ਵੱਧ ਹੁੰਦੀ ਸੀ। ਇਹ ਗੱਲਾਂ ਬੀਤ ਚੁੱਕੀਆਂ ਸਨ। ਜਵਾਨੀ ਪਹਿਰ ਹੀ ਉਹ ਇੱਕ ਮਸ਼ਹੂਰ ਢਾਡੀ ਬਣ ਚੁੱਕਾ ਸੀ। ਜਾਂ ਤਾਂ ਹੁਣ ਰਿਆਜ਼ ਸੀ ਜਿਹੜਾ ਹੁਣ ਸਵੇਰੇ 4 ਤੋਂ 6 ਘਰ ਹੀ ਹੁੰਦਾ ਸੀ, ਜਾਂ ਫਿਰ ਪ੍ਰੋਗਰਾਮਾਂ ਦੀ ਰੇਲ ਸੀ ਚੱਲ ਸੋ ਚੱਲ। ਉਹਦੇ ਚੇਤਿਆਂ ਵਿਚਲੇ ਇਹ ਕਾਲੇ ਧੱਬੇ ਇੱਕਦਮ ਗਾਇਬ ਹੋ ਚੁੱਕੇ ਸਨ। ਇਹ ਤੇ ਜੀਤ ਬਿੱਲੇ ਦੀ ਬੇੜੀ ਬੈਠੀ ਸੀ ਜਿਹਨੇ ਉਹਨੂੰ ਅੱਧੀ ਰਾਤੀ ਘਰੋਂ ਚੁੱਕ ਲਿਆ ਸੀ ਤੇ ਤਰਨ ਤਾਰਨ ਦੇ ਟਾਰਚਰ ਸੈਂਟਰ ਵਿੱਚ ਮਹੀਨਾ ਪੂਰਾ ਸੰਵਾਰ ਕੇ ਕੁੱਟਿਆ ਸੀ। ਹੁਣ ਇਹ ਧੱਬੇ ਮੁੜ ਉੱਭਰ ਆਏ ਸਨ। ਜੀਤ ਬਿੱਲਿਆ, ਭੈਣ ਚੋਦਾ, ਤੇਰੇ ਕੀੜੇ ਚੱਲਣੇ ਇੱਕ ਦਿਨ। ਉਹ ਕਈ ਵਾਰ ਅਚੇਤ ਹੀ ਜੀਤ ਬਿੱਲੇ ਨੂੰ ਹਵਾ ਵਿੱਚ ਸੰਬੋਧਿਤ ਹੋ ਕੇ ਗਾਲਾਂ ਕੱਢੀ ਜਾਂਦਾ। ਜਿਹੜੇ ਉਹਦੀ ਸੰਗਤ ਵਿੱਚ ਬੈਠੇ ਸਾਰੀ ਸੋਝੀ ਰੱਖਦੇ ਸਨ, ਉਹ ਤੇ ਚੁੱਪ ਕਰ ਜਾਂਦੇ। ਕਈ ਅਣਜਾਣ ਉਹਨੂੰ ਹਵਾ ਵਿੱਚ ਹੀ ਵਗਦਿਆਂ ਤੱਕ ਕੇ ਹੈਰਾਨ ਹੋ ਜਾਂਦੇ। ਉਂਝ ਤਕਰੀਬਨ ਸਾਰਾ ਇਲਾਕਾ ਹੀ ਜੀਤ ਬਿੱਲੇ ਤੋਂ ਪ੍ਰਸ਼ਾਦ ਲੈ ਚੁੱਕਾ ਸੀ
ਇਸ ਲਈ ਬਹੁਤੇ ਭਾਊ ਇੱਕ ਦੂਸਰੇ ਦੇ ਦੁੱਖਾਂ ਦੀ ਨਬਜ਼ ਪਛਾਣਦੇ ਸਨ। ਜਦੋਂ ਉਹਦਾ ਪਿਓ ਉਹਨ ਸਰੰਗੀ ਸਿੱਖ ਦੇ ਨੂੰ ਉਸਤਾਦ ਨਜ਼ੀਰ ਦੇ ਡੇਰਿਓਂ ਲੈ ਆਇਆ ਸੀ, ਉਦੋਂ ਰਾਹ ਵਿੱਚ ਤੇ ਉਹਨੂੰ ਕੁਝ ਨਾ ਕਿਹਾ, ਪਰ ਘਰ ਆ ਕੇ ਉਹਦੀ ਜੁੱਤੀ ਨਾਲ ਚੰਡਾਈ ਕੀਤੀ ਸੀ। ਉਹਦੀ ਬੰਦ ਖਲਾਸੀ ਬਾਬੇ ਨੇ ਕਰਵਾਈ, ਜਿਹੜਾ ਉਹਦੇ ਪਿਓ ਦੇ ਮੰਦੇ ਭਾਗਾਂ ਨੂੰ ਖੂਹ 'ਤੇ ਨਹੀਂ ਸੀ ਗਿਆ, ਅਜੇ ਕਿਰਪੇ ਖੱਤਰੀ ਦੀ ਹੱਟੀ 'ਤੇ ਬੈਠਾ ਸੀ। ਉਹਨੂੰ ਮਾਰ ਪੈਂਦੀ ਵੇਖ ਕੇ ਦੌੜਾ ਕਿਰਪੇ ਦੀ ਹੱਟੀ ਵੱਲ ਭੱਜਿਆ ਆਇਆ ਅਤੇ ਜਾ ਕੇ ਬਾਬੇ ਨੂੰ ਦੱਸ ਆਇਆ। ਬਾਬਾ ਉਦੋਂ ਵਾਹੋ ਦਾ ਹੀ ਭੱਜ ਆਇਆ, ਪੋਤਰੇ ਵਿੱਚ ਤੇ ਉਹਦੀ ਜਾਨ ਸੀ। ਹੱਥ ਵਾਲਾ ਖੁੰਡਾ ਜਿਹਦੀ ਟੋਪੀ ਉਹਨੇ ਕਿਲੋ ਵਾਲਾ ਪਿੱਤਲ ਦਾ ਥਾਲ ਭੰਨ ਕੇ ਬਣਵਾਈ ਸੀ ਅਤੇ ਕੋਕੇ ਉਹਦੇ ਕਾਲੇ ਲੋਹੇ ਦੇ ਸਨ, ਉਹ ਉਹਦੇ ਹੱਥ ਵਿੱਚ ਸੀ। ਹਫਿਆ ਪਿਓ ਉਹਨੂੰ ਲੱਤਾਂ ਨਾਲ ਕੁੱਟਣ ਡਿਆ ਸੀ। ਬਾਬੇ ਨੇ ਜਦੋਂ ਪੋਤੇ ਨੂੰ ਪੈਂਦੀਆਂ ਵੇਖੀਆਂ, ਗੁੱਸਾ ਉਹਦੇ ਸਿਰ ਨੂੰ ਹਨੇਰੀ ਵਾਂਗ ਚੜ੍ਹਿਆ ਅਤੇ ਉਹਨੇ ਭੱਜੇ ਆਉਂਦੇ ਨੇ ਹੀ ਬਗਾਹੀ ਡਾਂਗ ਆਪਣੇ ਪੁੱਤ ਦੇ ਲੱਕ ਵਿੱਚ ਧਰੀ। ਕੜੱਚ ਦੀ ਆਵਾਜ਼ ਆਈ ਅਤੇ ਉਹਦਾ ਪਿਓ, ਜਿਹੜਾ ਘੜੀ ਪਲ ਪਹਿਲਾਂ ਉਹਨੂੰ ਕੁੱਟਣ ਡਿਆ ਸੀ, ਚਫਾਲ ਡਿੱਗ ਪਿਆ ਸੀ। ਡਿੱਗੇ ਪਏ ਦੇ ਉਹਦੇ ਬਾਬੇ ਨੇ ਪੂਰੇ ਜ਼ੋਰ ਨਾਲ ਇੱਕ ਹੋਰ ਲੱਕ 'ਚ ਧਰੀ। ਜਦ ਤੀਜੀ ਉੱਗਰੀ, ਲੰਮਾ ਪਿਆ ਉਹਦਾ ਪਿਓ ਹੱਥ ਜੋੜ ਗਿਆ, ਹੋਰ ਨਾ ਮਾਰੀ, ਹਾਏ ਮੈਂ ਮਰ ਜੂੰਗਾ। ਪਿਓ ਦੀਆਂ ਡਾਡਾਂ ਨਿਕਲ ਗਈਆਂ। ਤੇਰੀ ਮੈਂ ਨਿੱਕੀ ਨਾਲ ਕੁੜੀ ਜਾਵਿਆ ਨੱਚਿਆ ਜਿਹਾ, ਲਾਹ ਹੁਣ ਹੱਥ ਮੇਰੇ ਪੁੱਤ ਨੂੰ। ਬਾਬਾ ਅੱਤ ਦੇ ਗੁੱਸੇ ਵਿੱਚ ਸੀ। ਉੱਧਰ ਪਿਓ ਬੇਹੋਸ਼ ਹੋ ਚੁੱਕਾ ਸੀ। ਉਹਨੂੰ ਇੰਨਾ ਤੇ ਪਤਾ ਸੀ ਕਿ ਉਹਦਾ ਪਿਓ ਆਪਣੇ ਪਿਓ ਯਾਨੀ ਬਾਬੇ ਕੋਲੋਂ ਬਹੁਤ ਡਰਦਾ ਸੀ। ਬਾਬੇ 'ਚ ਅੰਨੀ ਜਾਨ ਸੀ, ਮਾਲੀ ਸਾਂਝ ਜਿੰਨੀ। ਕਹਿੰਦੇ ਸਨ ਜਵਾਨੀ ਵੇਲੇ ਕਿਤੇ ਤਰਨ ਤਾਰਨ ਦੀ ਮੱਸਿਆ ਨਹਾਉਣ ਗਏ ਦੀ ਦੁਲਚੀਵਾਲ ਦੇ ਢੱਗੇ ਬਦਮਾਸ਼ ਨਾਲ ਕਿਸੇ ਗੱਲੋਂ ਟਾਈ ਪੈ ਗਈ। ਢੱਗੇ ਨੇ ਕਿਤੇ ਬਾਬੇ ਨੂੰ ਭੈਣ ਦੀ ਨੰਗੀ ਗਾਲ ਕੱਢੀ। ਕ੍ਰੋਧੀ ਹੋਏ ਉਹਦੇ ਬਾਬੇ ਨੇ ਜਿਹੜਾ ਘਸੁੰਨ ਵੱਟ ਕੇ 7 ਫੁੱਟੀਏ ਢੱਗੇ ਨੂੰ ਮਾਰਿਆ, ਉਹ ਉੱਥੇ ਹੀ ਢੇਰੀ ਹੋ ਗਿਆ। ਉਹਦੇ ਜਬਾੜੇ ਦੀਆਂ ਅੰਦਰਲੀਆਂ ਸਾਰੀਆਂ ਹੱਡੀਆਂ ਟੁੱਟ ਗਈਆਂ। ਸੁਰਤ ਆਉਣ 'ਤੇ ਢੱਗੇ ਦੇ ਬੰਦੇ ਉਹਨੂੰ ਲੈ ਗਏ ਸਨ, ਪਰ ਉਹ ਮੁੜ ਕੇ ਕਈ ਮਹੀਨੇ ਫੱਟਵੰਨ ਕੋਲੋਂ ਜਵਾੜਾ ਬਣਵਾਉਂਦਾ ਰਿਹਾ ਸੀ। ਉਦੋਂ ਮਗਰੋਂ ਬਾਬੇ ਦੀ ਆਸੇ ਪਾਸੇ ਦੇ ਪਿੰਡਾਂ ਵਿੱਚ ਪੂਰੀ ਭੱਲ ਬਣ ਗਈ ਸੀ ਅਤੇ ਲੱਗਦੀ ਵਾ ਕੋਈ ਕਹਿੰਦਾ ਕਹਾਂਦਾ ਬਦਮਾਸ਼ ਵੀ ਬਾਬੇ ਦਾ ਰਾਹ ਨਹੀਂ ਸੀ ਕੱਟਦਾ। ਨਹੀਂ ਤੇ ਪੱਟੀ ਤੋਂ ਲੈ ਕੇ ਹਰੀ ਕੇ ਤੱਕ ਇੱਕ ਤੋਂ ਇੱਕ ਚੜ੍ਹਦਾ ਬਦਮਾਸ਼ ਸੀ। ਉਦੋਂ ਵੀ ਬਾਬੇ ਦਾ ਮਨ ਪਸੀਜ ਗਿਆ ਸੀ। ਨਹੀਂ ਤੇ ਇੱਕ ਡਾਂਗ ਹੋਰ ਵੱਜਦੀ ਬਾਬੇ ਦੀ ਤਾਂ ਉਹਦੇ ਪਿਓ ਦੀ ਹਵਾ ਨਿਕਲ ਜਾਣੀ ਸੀ। ਉੱਤੋਂ ਉਹਦੀ ਮਾਂ ਭੱਜ ਕੇ ਆ ਗਈ, ਜਿਹੜੀ ਪਹਿਲਾਂ ਪਤੀ ਨੂੰ ਪੁੱਤ ਕੁੜਦਾ ਵੇਖ ਕੇ ਰੋ ਕਲਪ ਰਹੀ ਸੀ, ਪਰ ਹੁਣ ਚਫਾਲ ਡਿੱਗੇ ਪਏ ਪਤੀ ਲਈ ਤਰਸ ਨਾਲ ਭਰ ਗਈ ਸੀ। ਉੱਤੋਂ ਰੌਲਾ ਸੁਣ ਕੇ ਪਿਛਲੀ ਕੋਠੜੀ ਵਿੱਚੋਂ ਬਾਬੇ ਦਾ ਸਭ ਤੋਂ ਵੱਡਾ ਭਰਾ ਮਿਲਖੀ ਸਾਧੂ, ਜਿਹੜਾ 100 ਦੇ ਨੇੜੇ ਸੀ ਅਤੇ ਸਾਰੀ ਉਮਰ ਨਿਰਮਲਿਆਂ ਨਾਲ ਰਿਹਾ ਸੀ, ਬਾਹਰ ਆ ਗਿਆ। ਉਹਨੇ ਸਾਰਿਆਂ ਨੂੰ ਲਾਣਤ ਪਾਈ ਅਤੇ ਬਾਬਾ ਉਹਦੀ ਸ਼ਰਮ ਮੰਨ ਕੇ ਪਰੇ ਹੋ ਗਿਆ, ਪਰ ਜਾਣ ਲੱਗਾ ਵੀ ਪੋਤਰੇ ਦੀ ਬਾਂਹ ਫੜ ਕੇ ਲੈ ਗਿਆ। ਮਗਰੋਂ ਉਹਦੀ ਮਾਂ ਨੇ ਅਤੇ ਪੱਤੀ ਵਾਲਿਆਂ ਨੇ ਉਹਦੇ ਪਿਓ ਨੂੰ ਸਾਂਭਿਆ ਸੀ। ਹੱਡ 'ਤੇ ਕੋਈ ਨਹੀਂ ਸੀ ਟੁੱਟਾ, ਪਰ ਮਾਸ ਦੋਵੇਂ ਥਾਵਾਂ ਤੋਂ ਪਾਟ ਗਿਆ ਸੀ। ਘਿਓ ਮਿਲਾਉਂਦਾ ਪਿਓ ਲੀਰਾਂ ਮਾਰਦਾ ਅਤੇ ਕਈ ਤਰ੍ਹਾਂ ਦੀਆਂ ਆਵਾਜ਼ਾਂ ਕੱਢਦਾ ਸੀ। ਬਾਬਾ ਤਾਂ ਕਈ ਦਿਨ ਮੁੜ ਕੇ ਉਹਦੇ ਮੱਥੇ ਨਾ ਲੱਗਾ। ਪਿਓ ਉਹਦੀ ਹਾਜ਼ਰੀ ਵਿੱਚ ਡਰਦਾ ਸੀ, ਬਰੜਾਉਣ ਲੱਗ ਪੈਂਦਾ ਸੀ। ਬਾਬੇ ਦਾ ਵੱਡਾ ਭਰਾ ਮਿਲਖੀ, ਜਿਹਨੇ ਬਾਲ ਬ੍ਰਹਮਚਾਰਜ ਨਵਾਇਆ ਸੀ, ਸਾਰੀ ਉਮਰ ਨਿਰਮਲਿਆਂ ਨਾਲ ਘੁੰਮ ਕੇ ਅੰਤ 80ਆਂ ਦੇ ਆਸ ਪਾਸ ਹੋ ਕੇ ਛੋਟੇ ਭਰਾ ਕੋਲ ਪਰਤ ਆਇਆ ਸੀ। ਉਹਨੇ ਬਾਬੇ ਨੂੰ ਉੱਕਾ ਵਰਜ ਦਿੱਤਾ ਸੀ
ਕਿ ਤੂੰ ਹੁਣ ਕਿਸੇ ਨੂੰ ਕੁਝ ਨਹੀਂ ਕਹਿਣਾ। ਬਾਬਾ ਵੱਡੇ ਭਰਾ ਤੋਂ ਉਹਦੇ ਸਰਾਪ ਤੋਂ ਭੈ ਖਾਂਦਾ ਸੀ, ਸੋ ਉਹਨੇ ਅੰਦਰਲੇ ਘਰ ਆਉਣਾ ਛੱਡ ਦਿੱਤਾ ਸੀ ਤੇ ਸਾਹਮਣੇ ਹਵੇਲੀ ਵਿੱਚ ਪੱਕਾ ਮੰਜਾ ਡਾਹ ਲਿਆ। ਫਿਰ ਵੀ ਜਾਂਦਾ ਜਾਂਦਾ ਉਹ ਮਿਲਕੀ ਬਾਬੇ ਹੱਥ ਸੁਨੇਹਾ ਦੇ ਗਿਆ ਕਿ ਮੇਰੇ ਪੋਤੇ ਨੂੰ ਉੱਚੀ ਆਵਾਜ਼ ਵਿੱਚ ਨਹੀਂ ਕੂਣਾ। ਮਹੀਨੇ ਕੁ ਦੀ ਸੇਵਾ ਮਗਰੋਂ ਪਿਓ ਪੂਰੀ ਤਰ੍ਹਾਂ ਠੀਕ ਹੋ ਗਿਆ। ਮੁੜ ਉਸਨੇ ਆਪਣੇ ਪੁੱਤਰ ਨੂੰ ਕੁਝ ਨਾ ਕਿਹਾ। ਜ਼ਿੰਦਗੀ ਫਿਰ ਉਸੇ ਰਫ਼ਤਾਰ 'ਤੇ ਚੱਲ ਪਈ ਅਤੇ ਉਹ ਮੁੜ ਕੇ ਮੱਝੀਆਂ ਦਾ ਛੇੜੂ ਬਣ ਗਿਆ। ਪਰ ਉਹਨੂੰ ਸਰੰਗੀ ਨਾ ਵਿਸਰਦੀ ਅਤੇ ਉਹ ਹਾਲੀਆਂ ਪਾਲੀਆਂ ਵਿੱਚ ਬੈਠਾ ਵੀ ਕਿਧਰੇ ਹੋਰ ਅਪੜਿਆ ਹੁੰਦਾ। ਰਾਤ ਨੂੰ ਉਹ ਪੂਰੀ ਤਰ੍ਹਾਂ ਸੌਂਦਾ ਨਾ, ਸਗੋਂ ਜਿਉਂ ਹੀ ਅੱਖ ਲੱਗਦੀ ਸਰੰਗੀ ਦੀਆਂ ਤਾਰਾਂ ਬਿਨਾਂ ਗਜ਼ ਫੇਰਿਆਂ ਉਹਦੀ ਅੰਤਰ ਆਤਮਾ ਵਿੱਚ ਵੱਜ ਪੈਂਦੀਆਂ। ਪਹਿਲੇ ਪਹਿਰ ਦਾ ਜਾਗਿਆ ਕਈ ਵਾਰ ਉਹ ਸੂਰਜ ਚੜ੍ਹਨ ਨਾਲ ਵੀ ਜਗਰਾਤੇ ਵਿੱਚ ਹੀ ਹੁੰਦਾ। ਫਿਰ ਸਾਰਾ ਦਿਨ ਉਹ ਡੈਂਬਰਿਆਂ ਵਾਂਗ ਫਿਰਦਾ। ਅੰਤ ਉਸ ਬਾਬੇ ਨਾਲ ਦਿਲ ਦੀ ਖੁੰਡੀ ਖੋਲ੍ਹੀ। ਬਾਬੇ ਨਾਲ ਹੀ ਉਹਦੀ ਬੁੱਕਲ ਸਾਂਝੀ ਸੀ। ਬਾਬਾ ਵੀ ਉਹਦੀ ਆਤਮਾ ਵਿੱਚ ਵਸੀ ਸਰੰਗੀ ਨੂੰ ਸਮਝ ਵੇਖ ਚੁੱਕਾ ਸੀ। ਬਾਬੇ ਨੇ ਅੱਗੋਂ ਮਿਲਕੀ ਭਰਾ ਨਾਲ ਗੱਲ ਤੋਰੀ। ਮਿਲਕੀ ਵੀ ਪੋਤੇ ਨਾਲ ਅੰਦਰੋਂ ਤੇ ਕਰਦਾ ਸੀ, ਪਰ ਉਹ ਅੰਦਰੋਂ ਪੋਤੇ ਦੇ ਮੁਸਲਮਾਨਾਂ ਜਾਂ ਮਰਾਸੀਆਂ ਕੋਲ ਜਾ ਕੇ ਸਿੱਖਣ ਤੋਂ ਔਖਾ ਸੀ। ਆਪ ਭਾਵੇਂ ਉਹ ਰੋੜ ਭੋੜ ਸਾਧੂ ਨਿਰਮਲਾ ਸੀ, ਪਰ ਸਿੱਖੀ ਉਹਦੇ ਅੰਦਰ ਸੀ। ਉਧਰ ਛੋਟਾ ਬਾਬਾ ਵੀ ਵੱਡੇ ਬਾਬੇ ਵਾਲੇ ਵਿਚਾਰਾਂ ਦਾ ਸੀ। ਕਦੀ ਉਹਨਾਂ ਦੇ ਬਾਬੇ ਨੇ ਸ਼ਹੀਦੀ ਸਿੰਘਾਂ ਦੇ ਜੱਥੇ ਕੋਲੋਂ ਅੰਮ੍ਰਿਤ ਪਾਨ ਕੀਤਾ ਸੀ। ਜਦੋਂ ਮੁਲਤਾਨ ਦੀ ਜੰਗ ਲੱਗੀ ਸੀ ਉਦੋਂ ਉਹਦੀ ਉਮਰ 17 ਦੇ ਕੋਲ ਹੋ ਚੁੱਕੀ ਸੀ। ਉਹ ਆਪ ਬੜਾ ਹੁੱਬ ਕੇ ਦੱਸਦਾ ਹੁੰਦਾ ਸੀ ਕਿ ਉਹਨਾਂ ਦਾ ਪਿਓ ਅਕਾਲੀ ਫੂਲਾ ਸਿੰਘ ਦੇ ਜੱਥੇ ਵਿੱਚ ਸੀ ਅਤੇ ਮੁਲਤਾਨ ਦੀ ਜੰਗ ਵੇਲੇ ਫੂਲਾ ਸਿੰਘ ਨੇ ਅੰਮ੍ਰਿਤ ਪਾਨ ਕਰਵਾ ਕੇ ਇਸ ਘਰ ਵਿੱਚ ਸਿੱਖੀ ਦੀਆਂ ਜੜ੍ਹਾਂ ਲਾਈਆਂ ਸਨ। ਇਸੇ ਲਈ ਦੋਹੇ ਬਾਬੇ ਉਹਨੂੰ ਕਿਸੇ ਐਸੇ ਪਾਸੇ ਲਾਉਣ ਦੇ ਅਮਾਦਾ ਸਨ ਜਿੱਥੇ ਸਿੱਖੀ ਦਾ ਬੂਟਾ ਹਮੇਸ਼ਾ ਖਿੜਿਆ ਰਹੇ। ਇੰਨੀ ਦਿਨੀ ਜਦੋਂ ਦੋਹੇ ਬਾਬੇ ਸਿਰ ਜੋੜ ਕੇ ਉਹਦੇ ਲਈ ਕੋਈ ਰਾਹ ਲੱਭ ਰਹੇ ਸਨ, ਕੁਦਰਤੀ ਉਹਦੇ ਚੰਗੇ ਭਾਗਾਂ ਨੂੰ ਬਾਬਾ ਵਿਸ਼ਨ ਸਿੰਘ ਦੀ 96 ਕਰੋੜੀ ਮਿਸਲ ਉਹਨਾਂ ਦੇ ਪਿੰਡਾਂ ਵੱਲ ਕਣਕ ਤੇ ਰਸਦ ਉਗਰਾਹਣ ਆ ਗਈ। ਉਹ ਪੰਥ ਦਾ ਚੱਲਦਾ ਵਹੀਰ ਸੀ ਤੇ ਉਹਨਾਂ ਦਾ ਪੱਕਾ ਟਿਕਾਣਾ ਬਾਬੇ ਬਕਾਲੇ ਸੀ। ਇਲਾਕੇ ਵਿੱਚ ਬਾਬਾ ਵਿਸ਼ਨ ਸਿੰਘ ਨੂੰ ਰੱਬ ਵਾਂਗ ਪੂਜਿਆ ਜਾਂਦਾ ਸੀ। ਉਹ ਬਹੁਤ ਵੱਡੀ ਉਮਰ ਦੇ ਮਹਾਂਪੁਰਖ ਸਨ ਤੇ ਸਾਰੀਆਂ ਨਿਹੰਗ ਜਥੇਬੰਦੀਆਂ ਉਨੀ ਦਿਨੀ ਉਹਨਾਂ ਦੀ ਤਾਬਿਆ ਵਿੱਚ ਸਨ। ਦੋਹੇ ਬਾਬੇ ਇੱਕਦਮ ਸਲਾਹ ਕਰਕੇ ਉਹਨੂੰ ਬਾਬਾ ਬਿਸ਼ਨ ਸਿੰਘ ਹੋਰਾਂ ਕੋਲ ਲੈ ਗਏ। ਬਾਬਾ ਜੀ ਦੀ ਛਾਉਣੀ ਪੌਵਿੰਡ ਦੇ ਸ਼ਹੀਦੀ ਗੁਰਦੁਆਰੇ ਦੇ ਬਾਹਰਲੀ ਥਾਂ ਵਿੱਚ ਸੀ। ਉਹਨਾਂ ਦੇ ਪਿੰਡੋਂ ਪੌਵਿੰਡ ਸਾਰੀ 2.5 ਕੋਹ ਦੀ ਵਾਟ ਸੀ। ਮਾਰੋ ਮਾਰ ਕਰਦੇ ਤਿੰਨੇ ਪਹੁੰਚ ਗਏ। ਅੱਗੇ ਬਾਬਾ ਬਿਸ਼ਨ ਸਿੰਘ ਹੋਰੀ ਬੜੇ ਵੱਡੇ ਤਖ਼ਤ ਪੋਸ਼ ਤੇ ਬੈਠੇ ਸਨ। ਆਸ ਪਾਸ ਪਿੰਡਾਂ ਦੀ ਸੰਗਤ ਸੀ। ਪਰਾਂ ਨਿਹੰਗ ਸਿੰਘ ਪ੍ਰਸ਼ਾਦੇ ਬਣਾ ਰਹੇ ਸਨ। ਕਈਆਂ ਕੋਲ ਬਾਂਦਰ ਵੀ ਸਨ ਜਿਹੜੇ ਆਪੋ ਆਪਣੇ ਮਾਲਕ ਨਿਹੰਗ ਸਿੰਘਾਂ ਕੋਲ ਖੇਡ ਰਹੇ ਸਨ। ਗੱਡੇ ਝੋਟੇ ਦਰਖਤਾਂ ਨਾਲ ਬੱਧੇ ਹੋਏ ਸਨ, ਪਰ ਇਹ ਸਿੰਘਾਂ ਦੇ ਘੋੜੇ ਖੜ੍ਹੇ ਸਨ। ਉਹ ਸਾਰਾ ਕੁਝ ਵੇਖਦਾ ਆਪਣੇ ਬਾਬਿਆਂ ਨਾਲ ਅੱਗੇ ਲੰਘ ਗਿਆ ਅਤੇ ਮੱਥਾ ਟੇਕ ਕੇ ਬੈਠ ਗਿਆ। ਬਾਬੇ ਬਿਸ਼ਨ ਸਿੰਘ ਦੇ ਮੰਜੇ ਦੇ ਪਾਵੇ ਨਾਲ ਰੱਸੀ ਨਾਲ ਨੂੜਿਆ ਇੱਕ ਬੰਦਾ ਬੈਠਾ ਸੀ, ਸਿਰੋਂ ਨੰਗਾ। ਉਹ ਬੜੀ ਅਜ਼ੀਜ਼ੀ ਨਾਲ ਤੇ ਰੋਣ ਵਾਲੀ ਅੱਖ ਨਾਲ ਸੰਗਤ ਵੱਲ ਵੇਖੀ ਜਾਂਦਾ ਸੀ ਤੇ ਉਹ ਜਿਵੇਂ ਕੀਲਿਆ ਗਿਆ। ਸਾਰਾ ਵਾਤਾਵਰਨ ਹੀ ਬੜਾ ਕੌਤਕੀ ਸੀ
ਉਹਦੇ 'ਤੇ ਬੜਾ ਰਹੱਸਮਈ ਪ੍ਰਭਾਵ ਪਿਆ ਭਈ ਇਹ ਕੋਈ ਬੜੀ ਭਾਰੀ ਥਾਂ ਹੈ। ਉੱਧਰ ਉਹਦੇ ਦੋਹੇ ਬਾਬੇ ਬਿਲਕੁਲ ਸਥਿਰ ਸਨ, ਜਿਵੇਂ ਕੋਈ ਖਾਸ ਨਾ ਵੇਖਿਆ ਹੋਵੇ। ਇੱਥੋਂ ਤੱਕ ਕਿ ਜਦੋਂ ਵੱਡੇ ਬਾਬੇ ਨੇ, ਜਿਹੜਾ ਨਿਰਮਲਾ ਸੀ, ਬਾਬੇ ਬਿਸ਼ਨ ਸਿੰਘ ਨੂੰ ਮੱਥਾ ਟੇਕਿਆ ਤਾਂ ਬਾਬੇ ਹੋਰਾਂ ਨਾਂ ਲੈ ਕੇ ਕਿਹਾ, ਮਿਲਖੀ ਕੀ ਹਾਲ ਹੈ ਭਾਈ? ਛੋਟੇ ਬਾਬੇ ਨੂੰ ਵੀ ਉਹਨਾਂ ਨਾਂ ਲੈ ਕੇ ਅਸੀਸ ਦਿੱਤੀ। ਉਹਦੇ 'ਤੇ ਬੜਾ ਪ੍ਰਭਾਵ ਪਿਆ ਕਿ ਉਹਦੇ ਬਾਬਿਆਂ ਦੀ ਪਹੁੰਚ ਬੜੀ ਦੂਰ ਤੱਕ ਸੀ। ਘੜੀ ਕੁ ਮਗਰੋਂ ਬਾਬੇ ਮਿਲਖੀ ਨੇ ਬਾਬਾ ਜੀ ਦੇ ਚਰਨਾਂ ਵਿੱਚ ਬਹਿ ਕੇ ਉਹਦੇ ਲਈ ਅਰਜ਼ ਕੀਤੀ। ਉਹ ਬੜੇ ਧਿਆਨ ਨਾਲ ਸੁਣਦੇ ਰਹੇ ਅਤੇ ਵਿੱਚ ਵਿੱਚ ਬੜੇ ਗੌਰ ਨਾਲ ਉਹਦਾ ਚਿਹਰਾ ਪੜ੍ਹਦੇ ਰਹੇ। ਛੋਟਾ ਬਾਬਾ ਵੀ ਬੜਾ ਇਕਾਗਰ ਚਿੱਤ ਹੋ ਬੈਠਾ ਸੀ। ਕੁਝ ਦੇਰ ਮਗਰੋਂ ਹੀ ਜਿਵੇਂ ਉਹਦੇ ਭਾਗ ਜਾਗ ਪਏ। ਬਾਬਾ ਬਿਸ਼ਨ ਸਿੰਘ ਹੋਰੀ ਹਲਕਾ ਜਿਹਾ ਹੱਸੇ ਅਤੇ ਉਹਨਾਂ ਤਿੰਨਾਂ ਨੂੰ ਸੰਬੋਧਨ ਕਰਦੇ ਕਹਿਣ ਲੱਗੇ, ਲੈ ਬਈ ਮਿਲਖੀ, ਪੋਤਰੇ ਦਾ ਹੁਣ ਸਮਝ ਲੈ ਪੱਕਾ ਹੀ ਗੁਰੂ ਘਰ ਨਾਲ ਜੋੜ ਮੇਲ ਹੋਣ ਲੱਗਾ। ਢਾਡੀ ਹਰਸਾ ਸਿਉਂ ਦੇ ਜੱਥੇ ਨੇ ਪਰਸੋਂ ਇੱਥੇ ਆਉਣਾ, ਕਿਉਂਕਿ ਅੱਜ ਭਲਕ 'ਚ ਪੌਵਿੰਡ ਦੇ ਸਿੰਘਾਂ ਨੇ ਦੀਵਾਨ ਸਜਾਉਣੇ ਆ। ਤੂੰ ਆ ਜਾ ਚਿਰਾਗਾਂ ਵਾਲੇ ਦਿਨ, ਬੱਚੇ ਦੀ ਬਾਂਹ ਹਰਸੇ ਨੂੰ ਫੜਾ ਦਿਆਂਗੇ, ਉਹ ਸਾਡਾ ਹੀ ਬਾਲਕ ਹੈ। ਹੋਰ ਦੱਸ ਹੁਣ। ਬਾਗੋ ਬਾਗ ਹੋਏ ਦੋਹਾਂ ਬਾਬਿਆਂ ਨੇ ਬਿਸ਼ਨ ਸਿੰਘ ਦੇ ਚਰਨ ਫੜੇ ਅਤੇ ਜਾਣ ਦੀ ਆਗਿਆ ਮੰਗੀ। ਉਹਨੇ ਵੀ ਚਰਨ ਬੰਧਣਾ ਕੀਤੀ, ਪਰ ਜਦੋਂ ਉਹ ਤਿੰਨੇ ਪਰਤਣ ਲੱਗੇ ਉਹਦਾ ਹਿਰਦਾ ਜਿਵੇਂ ਪਸੀਜਿਆ ਪਿਆ ਸੀ, ਉਸ ਤੋਂ ਕਦਮ ਨਾ ਪੁੱਟੇ ਗਏ। ਕੀ ਗੱਲ ਏ ਪੁੱਤਰਾ? ਬਾਬੇ ਹੋਰਾਂ ਉਹਦਾ ਜਿਵੇਂ ਅੰਦਰ ਬੁੱਝ ਲਿਆ ਸੀ। ਚੁੱਪ ਤੇ ਦੱਸ ਮੇਰਾ ਪੁੱਤਰ, ਬਾਬੇ ਹੋਰਾਂ ਫੇਰ ਕਿਹਾ। ਉਹਦੇ ਆਪਣੇ ਦੋਹੇ ਬਾਬੇ ਅਵਾਕ ਖੜ੍ਹੇ ਸਨ। ਉਹਨਾਂ ਨੂੰ ਪੂਰਾ ਪਤਾ ਵੀ ਨਹੀਂ ਸੀ ਲੱਗ ਰਿਹਾ ਕਿ ਕੀ ਹੋਇਆ। ਬਾਬਾ ਜੀ, ਬਸ ਇਸ ਸੰਗਲੀ ਬੱਧੇ ਬੰਦੇ ਨੂੰ ਛੱਡ ਦਿਓ, ਉਸ ਇੱਕੋ ਅਰਜ਼ ਗੁਜ਼ਾਰੀ। ਇਹ ਅਸੀਂ ਨਹੀਂ ਬੱਧਾ ਕਾਕਾ, ਇਹ ਤੇ ਅਕਾਲੀ ਸਿੰਘਾਂ ਦੀ ਫੌਜ ਬੰਨ ਗਈ ਸੀ, ਗੁਰਦੁਆਰੇ ਦੀ ਰਸਤ ਚੁੱਕਦਾ ਫੜ ਲਿਆ ਸੀ ਉਹਨਾਂ। ਲਓ ਖੋਲੋ ਭਾਈ ਇਹਨੂੰ। ਬਾਬੇ ਹੋਰਾਂ ਉਹਦੀ ਗੱਲ ਭੁੰਜੇ ਨਾ ਪੈਣ ਦਿੱਤੀ। ਬਾਬਾ ਜੀ ਦੇ ਹੁਕਮ 'ਤੇ ਅਮਲ ਹੋਇਆ ਅਤੇ ਦੋ ਸਿੰਘਾਂ ਨੇ ਆ ਕੇ ਚੋਰ ਸੰਗਲੀ ਖੋਲ੍ਹ ਦਿੱਤੀ। ਜਾ ਭਾਈ, ਹੁਣ ਮੁੜ ਕੋਈ ਕਰਮ ਨਾ ਕਰੀਂ, ਬਾਬੇ ਹੋਰਾਂ ਕਿਹਾ। ਡਰਿਆ ਚੋਰ ਕੁਝ ਦੇਰ ਸਹਿਮੀ ਅੱਖ ਨਾਲ ਬੈਠਾ ਵੇਖਦਾ ਰਿਹਾ, ਫਿਰ ਉੱਠ ਕੇ ਹੌਲੇ ਕਦਮੇ ਪਿੰਡ ਨੂੰ ਤੁਰ ਗਿਆ। ਵੇਖ ਨਾ ਮਿਲਖੀ, ਬਾਬੇ ਹੋਰਾਂ ਫਿਰ ਆਵਾਜ਼ ਮਾਰ ਕੇ ਕਿਹਾ, ਪੋਤਰਾ ਤੇਰਾ ਪ੍ਰਭੂ ਰੂਪ ਹੈ, ਦਿਲ ਇਹਦਾ ਦਰਿਆ ਹੈ, ਤੇਰੀ ਸੋਭਾ ਕਰਾਓ। ਮਿਲਖੀ ਬਾਬਾ ਅਤੇ ਛੋਟਾ ਬਾਬਾ ਗਦਗਦ ਹੋ ਗਏ। ਉਹਨਾਂ ਮੁੜ ਕੇ ਬਾਬਾ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ ਅਤੇ ਭਰਪੂਰ ਖੇੜੇ ਨਾਲ ਘਰਾਂ ਨੂੰ ਪਰਤ ਗਏ। ਉਹਨੂੰ ਪੁਲਿਸ ਨੇ ਜਦੋਂ ਚੁੱਕਿਆ ਸੀ, ਉਦੋਂ ਪੰਜਾਬ ਵਿੱਚ ਨਵੀਂ ਬਣੀ ਸਰਕਾਰ ਦਾ ਪਹਿਲਾ ਸਾਲ ਸੀ। ਮੁੱਖ ਮੰਤਰੀ ਨੇ ਆਪਣੇ ਚਹੇਤੇ ਪੁਲਿਸ ਮੁਖੀ ਨੂੰ ਮੰਗ ਕੇ ਲਿਆ ਸੀ। ਉੱਧਰ ਦਿੱਲੀ ਸਰਕਾਰ ਨੇ ਫੈਸਲਾ ਕਰ ਲਿਆ ਸੀ ਕਿ ਹੁਣ ਸਮਾਂ ਆ ਗਿਆ ਹੈ ਪੰਜਾਬ ਵਿੱਚ ਅੱਤਵਾਦ ਦਾ ਭੂਤਣਾ ਫੇਰਨਾ ਬੰਦ ਕਰ ਦੇਈਏ। ਕੇਂਦਰ ਦੀਆਂ, ਪੰਜਾਬ ਦੀਆਂ ਅਤੇ ਬਾਕੀ ਹੋਰ ਮੁਲਕਾਂ ਦੀਆਂ ਏਜੰਸੀਆਂ ਦੇ ਏਜੰਟਾਂ ਨੂੰ ਤਾਰ ਫੇਰ ਦਿੱਤੀ ਗਈ ਕਿ ਆਪਣੇ ਬੰਦੇ ਵਾਪਸ ਬੁਲਾ ਲਓ ਅਤੇ ਜਿਹੜੇ ਨਾਮੀ ਖਾੜਕੂ ਬਚਦੇ ਹਨ ਉਹਨਾਂ ਦਾ ਟਿਕਟ ਕੱਟੋ। ਏਜੰਸੀਆਂ ਲਈ ਪੰਜਾਬ ਦੇ ਅੱਤਵਾਦ 'ਤੇ ਬੜੀ ਸੌਖੀ ਪ੍ਰੈਕਟਿਸ ਸੀ। 70% ਦੀ ਖਾੜਕੂਆਂ ਦੀ ਭਰਤੀ ਏਜੰਸੀਆਂ ਦੀ ਆਪਣੀ ਸੀ, ਬਾਕੀ ਬਚਦੇ ਹਾਰਡ ਕੋਰ 30% ਜਿਹੜੇ ਪੰਥ ਦੇ ਨਾਂ 'ਤੇ ਟਿਕੇ ਹੋਏ ਸਨ। ਹੋਇਆ ਵੀ ਇੱਦਾਂ ਹੀ
ਏਜੰਸੀਆਂ ਦੇ ਬੰਦੇ ਲਹਿਰ ਵਿੱਚੋਂ ਬਾਹਰ ਆ ਗਏ ਅਤੇ ਖਾੜਕੂ ਸਾਰੇ ਮੁੱਖ ਮੰਤਰੀ ਅਤੇ ਪੁਲਿਸ ਮੁਖੀ ਦੀ ਜੋੜੀ ਨੇ ਮਹੀਨੇ ਵਿੱਚ ਹੀ ਗੱਡੀ ਚਾੜ ਦਿੱਤੀ। ਉੱਤੋਂ ਸੈਂਟਰ ਦਾ ਇਹ ਹੁਕਮ ਸੀ ਕਿ ਪਿੰਡਾਂ ਵਿੱਚ ਛਿੱਤਰ ਪੋਲਾ ਚੰਗਾ ਫੇਰੋ ਤਾਂ ਕਿ ਸਰਕਾਰ ਪਾਪੂਲਰ ਹੋ ਸਕੇ। ਛਿੱਤਰ ਪੈਣ 'ਤੇ ਲੋਕ ਆਪੋ ਆਪਣੇ MLA ਮੰਤਰੀਆਂ ਵੱਲ ਆਪੇ ਭੱਜਣਗੇ। ਦੂਸਰਾ, ਸੈਂਟਰ ਨੂੰ ਇਹ ਵੀ ਪਤਾ ਲੱਗ ਗਿਆ ਸੀ ਕਿ ਪੰਜਾਬੀ ਜਿਹਦੇ ਕੋਲੋਂ ਵੱਧ ਛਿੱਤਰ ਖਾਣ ਉਸੇ ਨੂੰ ਹੀ ਜੀਜਾ ਆਉਂਦੇ ਨੇ, ਸੋ ਉਹਨਾਂ ਉਹੀ ਕੀਤਾ। ਇੰਨੀਆਂ ਗੱਲਾਂ ਦਾ ਉਹਨੂੰ ਢੱਡ ਸਰੰਗੀ ਵਜਾਉਣ ਅਤੇ ਪੰਥ ਦੀਆਂ ਸਟੇਜਾਂ 'ਤੇ ਗਾਉਣ ਵਾਲੇ ਨੂੰ ਕਿੱਥੋਂ ਪਤਾ ਲੱਗਣਾ ਸੀ। ਉਹ ਤੇ ਭਲਾ ਹੋਵੇ ਪੁਲਿਸ ਮੁਖੀ ਦੇ ਹੁਕਮਾਂ ਦਾ, ਜਿਹਨੇ ਸਾਰੇ ਪੇਂਡੂ ਥਾਣਿਆਂ ਵਿੱਚ ਕਹਿ ਛੱਡਿਆ ਸੀ ਕਿ ਲੰਗਰ ਛਕਾਉਣ ਵਾਲੇ, ਕੱਪੜੇ ਧੋ ਕੇ ਦੇਣ ਵਾਲੇ, ਟਰੈਕਟਰ 'ਤੇ ਛੱਡ ਕੇ ਆਉਣ ਵਾਲੇ ਅਤੇ ਮਾਇਆ ਨਾਲ ਮਦਦ ਕਰਨ ਵਾਲੇ ਮਦਦਗਾਰਾਂ ਦਾ ਵੀ ਕਟਾਪਾ ਕਰੋ। ਵਧੇਰੇ ਪੱਕੇ ਬੰਦਿਆਂ ਨੂੰ ਮਾਰ ਕੇ ਗਾਇਬ ਕਰ ਦਿਓ, ਸੈਂਟਰ ਵੱਲੋਂ ਖੁੱਲ੍ਹੀ ਛੁੱਟੀ ਹੈ, ਬਾਕੀ ਅਸੀਂ ਆਪੇ ਸਾਂਭ ਲਵਾਂਗੇ। ਇਹਨਾਂ ਹੁਕਮਾਂ ਤਹਿਤ ਹੀ ਉਹਨੂੰ ਰਾਤ ਨੂੰ ਪੱਟੀ ਥਾਣੇ ਦੀ ਪੁਲਿਸ ਨੇ ਚੁੱਕਿਆ ਅਤੇ ਰਾਤੋਂ ਰਾਤ ਸਰਹਾਲੀ ਪੁਲਿਸ ਨੂੰ ਦੇ ਗਈ। ਸਰਹਾਲੀ ਵਾਲੇ ਪਹਿਲਾਂ ਉਹਨੂੰ ਬੀਕੋ ਸੈਂਟਰ ਬਟਾਲੇ ਲੈ ਗਏ। ਉੱਥੇ ਉਹਨੂੰ ਕਿਸੇ ਨੇ ਕੁਝ ਨਹੀਂ ਕਿਹਾ ਅਤੇ ਉਹ ਦੋ ਰਾਤਾਂ ਉੱਥੇ ਰਿਹਾ। ਦੂਸਰੀ ਰਾਤ ਉਹਨੂੰ ਬੜਾ ਭਿਆਨਕ ਤਜ਼ਰਬਾ ਹੋਇਆ। ਉਹਨੂੰ ਅਤੇ ਹੋਰ ਕਈਆਂ ਨੂੰ ਹੱਥ ਮੂੰਹ ਬੰਨ੍ਹ ਕੇ ਬੀਕੋ ਸੈਂਟਰ ਦੇ ਹਾਲ ਕਮਰੇ ਵਿੱਚ ਬਿਠਾ ਦਿੱਤਾ ਗਿਆ। ਫਿਰ ਦੋ ਮੁੰਡੇ ਲਿਆਂਦੇ ਗਏ। ਪਹਿਲੇ ਨੂੰ ਤਾਂ ਗਰਮ ਕਿੱਲਾਂ ਸਿਰ ਵਿੱਚ ਠੋਕ ਕੇ ਮਾਰਿਆ ਗਿਆ। ਦੂਸਰੇ ਦੀ ਮੌਤ ਹੋਰ ਵੀ ਭਿਆਨਕ ਸੀ। ਉਹਨੂੰ ਥਾਣੇਦਾਰ ਨੇ ਇੱਕ ਵੱਡੇ ਸਾਰੇ ਹੀਟਰ ਵਰਗੀ ਲੋਹੇ ਦੀ ਪਲੇਟ 'ਤੇ ਬਿਠਾ ਦਿੱਤਾ। ਉੱਧਰੋਂ ਬਿਜਲੀ ਦੀਆਂ ਤਾਰਾਂ ਲਾ ਕੇ ਕਰੰਟ ਛੱਡ ਦਿੱਤਾ। ਉਹ ਮੁੰਡਾ ਤੜਪਣ ਲੱਗਾ ਅਤੇ ਹੌਲੀ ਹੌਲੀ ਕੋਲੇ ਵਾਂਗ ਕਾਲਾ ਹੋ ਕੇ ਮਰ ਗਿਆ। ਥਾਣੇਦਾਰ ਉਹਦੇ ਆਲੇ ਦੁਆਲੇ ਗੇੜੇ ਦੇ ਕੇ ਕਹੀ ਜਾਏ, ਉਹ ਮੈਂ ਅਜੈਬਾ ਸ਼ੁਦਾਈ ਹਾਂ, ਤੁਹਾਡੀ ਮੈਂ ਨੂੰ ਕਰੂੰ ਰਾਜੀ। ਉਹਨਾਂ ਦੇ ਮੂੰਹ ਵੱਧੇ ਸਨ ਅਤੇ ਹੱਥ ਪਿੱਛੇ ਵੱਧੇ ਹੋਏ ਸਨ। ਸ਼ਾਇਦ ਇੱਕ ਅੱਧਾ ਬੇਹੋਸ਼ ਵੀ ਹੋ ਗਿਆ ਸੀ ਉਹ ਨਰਕੀ ਸਿੰਘ ਵੇਖ ਕੇ, ਪਰ ਬੋਲ ਨਹੀਂ ਸੀ ਸਕਦਾ ਕੋਈ ਵੀ, ਬਸ ਅੱਖਾਂ ਡੈਂਬਰ ਗਈਆਂ ਸਨ। ਬਾਅਦ ਵਿੱਚ ਪਤਾ ਲੱਗਾ ਕਿ ਉਹਦੇ ਨਾਲ ਬੰਨ੍ਹ ਕੇ ਬਿਠਾਏ ਬੰਦੇ ਇੱਕੋ ਟੱਬਰ ਦੇ ਸਨ। ਜਿਹੜੇ ਮਾਰੇ ਗਏ ਸਨ ਉਹ ਇਹਨਾਂ ਕੋਲ ਹੀ ਪਨਾਹ ਲੈਂਦੇ ਰਹੇ ਸਨ। ਜਿਹੜਾ ਥਾਣੇਦਾਰ ਆਪਣੇ ਆਪ ਨੂੰ ਅਜੈਬਾ ਸ਼ੁਦਾਈ ਕਹਿੰਦਾ ਰਿਹਾ ਸੀ, ਉਹ ਵਾਕਿਆ ਹੀ ਨੀਮ ਪਾਗਲ ਸੀ। ਜਿਸ ਨਿਰਦਈ ਕੰਮ ਨੂੰ ਨੀਚ ਤੋਂ ਨੀਚ ਸਿਪਾਹੀ ਵੀ ਕਰਨੋਂ ਰੁਕ ਜਾਂਦਾ, ਅਜੈਬਾ ਸ਼ੁਦਾਈ ਦੰਦ ਕਰੀਚ ਕੇ ਕਰ ਦਿੰਦਾ ਸੀ। ਇਸੇ ਕੰਮ ਵਿੱਚ ਉਹ ਸਿਪਾਹੀ ਤੋਂ ਤਰੱਕੀ ਕਰਦਾ ਕਰਦਾ ਥਾਣੇਦਾਰ ਬਣ ਗਿਆ ਸੀ। ਉਦੋਂ ਮਗਰੋਂ ਉਹਨੂੰ ਕੋਠੜੀ ਵਿੱਚ ਭੇਜ ਦਿੱਤਾ ਗਿਆ ਸੀ। ਉਹਨੇ ਮੂੰਹ ਖੁੱਲਦਿਆਂ ਹੀ ਉਲਟੀ ਕੀਤੀ। ਮਰੇ ਬੰਦੇ ਜਿਵੇਂ ਉਹਦੀ ਆਤਮਾ ਵਿੱਚ ਲੈ ਗਏ ਸਨ। ਅਗਲੇ ਦਿਨ ਸਵੇਰੇ ਹੀ ਉਹਨੇ ਬੜਾਉਣਾ ਸ਼ੁਰੂ ਕਰ ਦਿੱਤਾ। ਰਾਤ ਉਹਦੀ ਬੇਚੈਨੀ ਹੋਰ ਵੀ ਵੱਧ ਗਈ। ਬੀਕੋ ਵਾਲਿਆਂ ਦੇ ਕਹਿਣ 'ਤੇ ਤਰਨ ਤਾਰਨ ਪੁਲਿਸ ਆ ਕੇ ਉਹਨੂੰ ਲੈ ਗਈ ਅਤੇ DSP ਜੀਤ ਬਿੱਲੇ ਦੀ ਪਾਰਟੀ ਨੂੰ ਸੌਂਪ ਗਈ। ਜੀਤ ਬਿੱਲੇ ਦੀ ਇਹੀ ਮਸ਼ਹੂਰੀ ਸੀ ਭਈ ਜਿਸ ਬੰਦੇ ਨੂੰ ਏਜੰਸੀਆਂ ਨਾ ਮਾਰ ਸਕਦੀਆਂ ਅਤੇ ਨਾ ਹੀ ਰੱਖ ਸਕਦੀਆਂ, ਉਹ ਜੀਤ ਬਿੱਲੇ ਤਰਨ ਤਾਰਨ ਵਾਲੇ ਨੂੰ ਸੌਂਪ ਦਿੱਤਾ ਜਾਂਦਾ ਸੀ। 3 ਕੁ ਦਿਨ ਉਹਦੀ ਮਾਰ ਖਾ ਕੇ ਬੰਦਾ ਅੰਦਰੋਂ ਮੁੱਕ ਜਾਂਦਾ ਸੀ। ਮੁੜ ਪੁਲਿਸ ਉਹਦਾ ਕੇਸ ਰਜਿਸਟਰ ਕਰਕੇ ਰਿਮਾਂਡ ਲੈਂਦੀ ਸੀ ਅਤੇ 1-2 ਦਿਨ ਬਾਅਦ ਜੇਲ੍ਹ ਭੇਜ ਦਿੱਤਾ ਜਾਂਦਾ ਸੀ। 2 ਹਫ਼ਤੇ ਬਾਅਦ ਕੈਦੀ ਮਰ ਜਾਂਦਾ
ਕਿਉਂਕਿ ਉਹਦੇ ਅੰਦਰ ਤੇ ਕੁਝ ਬਚਿਆ ਨਹੀਂ ਸੀ ਹੁੰਦਾ। ਸੱਟਾਂ ਦਾ ਭੰਨਿਆ ਬੰਦਾ ਕਈ ਵਾਰ ਹਫ਼ਤਾ ਵੀ ਨਹੀਂ ਸੀ ਕੱਟਦਾ। ਇਸੇ ਜੀਤ ਬਿੱਲੇ ਨੇ ਉਹਨੂੰ ਵੀ ਕੋਇਆ ਸੀ। ਪਹਿਲੇ ਦਿਨ ਤੇ ਜਾਂਦਿਆਂ ਕੁਝ ਨਾ ਕਿਹਾ, ਉਹਨੂੰ ਵੀ ਕੋਈ ਸੁਰਤ ਨਹੀਂ ਸੀ। ਤਕਰੀਬਨ 2 ਦਿਨ ਤੋਂ ਢਿੱਡੋਂ ਖਾਲੀ ਸੀ। ਜੋ ਵੀ ਉਹ ਖਾਂਦਾ ਉਲਟੀ ਨਾਲ ਬਾਹਰ ਨਿਕਲ ਜਾਂਦਾ। ਉੱਤੋਂ ਦਿਮਾਗ ਬੌਂਦਲ ਗਿਆ ਸੀ। ਪਰ ਰਾਤ ਪੈਂਦਿਆਂ ਹੀ ਜੀਤ ਬਿੱਲਾ ਆ ਗਿਆ। ਨਾਲ ਉਹਦੇ ਦੋਹੇ ਬੁੱਚੜ ਕਿੱਲੀ ਤੇ ਤਾਰਾ ਸਨ। ਉਹ ਦੋਹੇ ਉਹਨੂੰ ਕੋਠੜੀ ਵਿੱਚੋਂ ਬਾਹਰ ਲਿਆਏ। ਉਹਨੇ ਆਲਾ ਦੁਆਲਾ ਪਛਾਣਨ ਦੀ ਕੋਸ਼ਿਸ਼ ਕੀਤੀ, ਪਰ ਸਭ ਬੇਅਰਥ। ਬਾਹਰ ਬਰਾਂਡੇ ਵਿੱਚ ਉਹਨੂੰ ਇਦੋਂ ਪਹਿਲਾਂ ਕੁਝ ਸਮਝ ਆਉਂਦੀ, ਕਿੱਲੀ ਤੇ ਤਾਰੇ ਨੇ ਉਹਨੂੰ ਭੁੰਜੇ ਸੁੱਟ ਲਿਆ ਤੇ ਦੋਵੇਂ ਲੱਤਾਂ ਖਿੱਚ ਕੇ ਵਿਚਕਾਰੋਂ ਮਾਸ ਪਾੜ ਦਿੱਤਾ। ਉਹਦਾ ਬਿਰਧ ਸਰੀਰ ਝੋਲ ਖਾ ਗਿਆ ਤੇ ਉਹ ਬੇਹੋਸ਼ ਹੋ ਗਿਆ। ਮੁੜ ਉਹਨੂੰ ਹੋਸ਼ ਵਿੱਚ ਲਿਆ ਕੇ ਕਈ ਵਾਰ ਇਹੀ ਕਰਮ ਦੁਹਰਾਇਆ ਗਿਆ। ਹਰ ਰਾਤ ਜੀਤ ਬਿੱਲਾ ਆਖਦਾ, ਸਟੇਜ 'ਤੇ ਤਾਂ ਚੋਰਿਆ ਬੜਾ ਗਾਉਂਦਾ ਹੁੰਦਾ ਹੈ। ਅਖੇ 3 ਮੋਟਰਸਾਈਕਲ ਵਾਲਿਆਂ ਨੇ ਡਿਪਟੀ ਦਾ ਫਸਤਾ ਵੜਤਾ ਸੀ। ਹੁਣ ਬੁਲਾ ਆਪਣੇ ਭਿੰਡਰਾਂ ਵਾਲੇ ਨੂੰ, ਮਾਮਾ ਤੇਰੀ ਭੈਣ ਨੂੰ ਓਏ, ਮੈਂ ਜੀਤ ਸਿੰਘ ਗਿੱਲਾਂ, ਐਵੇਂ ਨਹੀਂ ਮੈਨੂੰ ਜੀਤ ਬਿੱਲਾ ਆਉਂਦੇ, ਤੇਰੇ ਤਾਂ ਮੈਂ ਸੁਪਨਿਆਂ 'ਚ ਆ ਕੇ ਡਰਾਉਂ, ਵੱਡਾ ਢਾਡੀ। ਹਫ਼ਤਾ ਪਰ ਉਹ ਉਹਨੂੰ ਸੰਵਾਰ ਕੇ ਕੁੱਟਦੇ ਰਹੇ। ਸਰੀਰ 'ਤੇ ਵਗਦੇ ਲਹੂ ਨਾਲ ਖਲੇਪੜ ਵੱਜ ਗਏ। ਅੰਦਰ ਕੁਝ ਜਾਂਦਾ ਨਹੀਂ ਸੀ। ਜਦ ਉਹਨਾਂ ਨੂੰ ਯਕੀਨ ਹੋ ਗਿਆ ਹੁਣ ਇਹ ਨਹੀਂ ਬਚਦਾ, ਤਦ ਕਿਤੇ ਜਾ ਕੇ ਉਹਨਾਂ ਉਹਦੀ ਗ੍ਰਿਫਤਾਰੀ ਪਾ ਕੇ ਰਿਮਾਂਡ ਲਿਆ। ਪਰ ਬਚ ਉਹ ਫਿਰ ਵੀ ਗਿਆ। ਇਹ ਸਭ ਨਿੰਦਰ ਹੌਲਦਾਰ ਦੀ ਕਿਰਪਾ ਸੀ। ਐਸਾ ਸਾਈ ਲੋਕ ਉਸ ਪੁਲਿਸ ਵਿੱਚ ਕੀ, ਬਾਹਰ ਜਨਤਕ ਤੌਰ 'ਤੇ ਵੀ ਸ਼ਾਇਦ ਹੀ ਡਿੱਠਾ ਸੀ। ਹਰ ਰਾਤ ਜਦੋਂ ਕਿੱਲੀ ਅਤੇ ਤਾਰਾ ਉਹਨੂੰ ਜੀਤੇ ਬਿੱਲੇ ਦੀ ਹਾਜ਼ਰੀ ਵਿੱਚ ਮੱਛੀਓਂ ਮਾਸ ਕਰਦੇ, ਉਹਨਾਂ ਦੇ ਜਾਣ ਤੋਂ ਮਗਰੋਂ ਨਿੰਦਰ ਹੌਲਦਾਰ ਉਹਨੂੰ ਘੁੱਟਦਾ। ਸਵੇਰੇ ਉਹ ਦੁੱਧ ਪੱਤੀ ਲਿਆਉਂਦਾ, ਨਾਲ ਉਹਨੂੰ 1-2 ਬਿਸਕਟ ਖਵਾ ਕੇ ਮੁੜ ਬੀਕਾਸੋਲ ਅਤੇ ਐਮਪੀਸਲੀਨ ਦੇ ਕੈਪਸੂਲ ਖਵਾ ਦਿੰਦਾ। ਉਹ ਟੁੱਟੇ ਦੰਦਾਂ ਕਰਕੇ ਅਤੇ ਮੁੜੀਆਂ ਬਾਹਾਂ ਨਾਲ ਉਹਦਾ ਧੰਨਵਾਦ ਨਾ ਕਰ ਸਕਦਾ, ਪਰ ਉਹਦੀਆਂ ਅੱਖਾਂ ਉਹਦਾ ਸ਼ੁਕਰਾਨਾ ਕਰਦੀਆਂ। ਅੱਗੋਂ ਨਿੰਦਰ ਉਹਨੂੰ ਮੂੰਹ 'ਤੇ ਉਂਗਲ ਰੱਖ ਕੇ ਚੁੱਪ ਵੱਟੀ ਰੱਖਣ ਦਾ ਇਸ਼ਾਰਾ ਕਰਦਾ, ਆਪਣਾ ਕੰਮ ਕਰੀ ਤੁਰੀ ਜਾਂਦਾ। ਇੱਕ ਵਾਰ ਤੇ ਉਹਨੇ ਜੀਤ ਬਿੱਲੇ ਹੋਰਾਂ ਦੀ ਮਾਰ ਨਾਲ ਮਰ ਰਹੇ ਮੁੰਡੇ ਦੀ ਸੇਵਾ ਕਰਨ ਦੀ ਹੱਦ ਕਰ ਦਿੱਤੀ। ਜਦ ਤੱਕ ਉਹਨੂੰ ਯਕੀਨ ਨਾ ਹੋ ਗਿਆ ਕਿ ਮੁੰਡਾ ਮਰ ਗਿਆ, ਉਹ ਮੁੰਡੇ ਦੀਆਂ ਤਲੀਆਂ ਝੱਸੀ ਗਿਆ। ਮੁੰਡੇ ਦੇ ਮਰਨ ਤੋਂ ਪਹਿਲਾਂ ਵਿੱਚ ਇਹ ਟੱਟੀ ਪਿਸ਼ਾਬ ਨਿਕਲ ਗਿਆ ਸੀ। ਨਿੰਦਰ ਨੇ ਲੋਥ ਨੂੰ ਹੱਥੀਂ ਧੋ ਕੇ ਸਾਫ਼ ਕੀਤਾ ਸੀ। 8ਵੇਂ 9ਵੇਂ ਦਿਨ ਜਦੋਂ ਉਹਨੂੰ ਰਿਮਾਂਡ ਲੈ ਕੇ ਪੱਟੀ ਭੇਜਣ ਲੱਗੇ, ਉਹਨੇ ਚੋਰੀ ਨਿੰਦਰ ਨੂੰ ਕੋਲ ਸੱਦ ਲਿਆ। ਪੁੱਤਰਾ, ਲੰਮਾ ਸਮਾਂ ਇਹਨਾਂ ਵਿੱਚ ਨਾ ਰਹੀ, ਨਹੀਂ ਤਾਂ ਤੂੰ ਛੇਤੀ ਮਰ ਜਾਏਗਾ। ਸੱਚੇ ਪਾਤਸ਼ਾਹ ਨੇ ਤੇਰਾ ਦਿਲ ਬਹੁਤ ਹੀ ਨਰਮ ਬਣਾਇਆ। ਨਿੰਦਰ ਜਵਾਬ ਵਿੱਚ ਹੱਥ ਜੋੜ ਸਕਿਆ ਸੀ ਬਸ, ਅਤੇ ਫਿਰ ਉਹ ਪਿੱਠ ਮੋੜ ਕੇ ਚਲਾ ਗਿਆ ਸੀ। ਰਿਮਾਂਡ 'ਚ ਆ ਕੇ 9ਵੇਂ ਕੁ ਦਿਨ ਕਿਧਰੇ ਉਹ ਨਹਾਤਾ ਸੀ। ਅਗਲੇ ਦਿਨ ਉਹਨੂੰ ਅੰਮ੍ਰਿਤਸਰ ਸੈਂਟਰਲ ਜੇਲ੍ਹ ਵਿੱਚ ਭੇਜ ਦਿੱਤਾ ਗਿਆ, ਪਰ 3ਕੁ ਦਿਨ ਹੀ ਉਹਦੀ ਜ਼ਮਾਨਤ ਹੋ ਗਈ ਕਿਉਂਕਿ ਅਕਾਲੀ ਦਲ ਦੇ ਵਕੀਲ ਨੇ ਹਾਈ ਕੋਰਟ ਵਿੱਚ ਉਹਦੇ ਨਾਂ ਦੀ ਪਟੀਸ਼ਨ ਪਾ ਦਿੱਤੀ ਸੀ। ਉਹਦਾ ਸਿੱਖਾਂ ਵਿੱਚ ਚੰਗਾ ਨਾਂ ਬੋਲਦਾ ਸੀ, ਇਸ ਲਈ ਸਰਕਾਰੀ ਵਕੀਲ ਵਿਰੋਧ ਨਾ ਕਰ ਸਕਿਆ। ਦੂਸਰਾ, ਉਹਦੀ ਪੈਰਵਾਈ ਕਰਦਿਆਂ ਤਾਰਾਂ 6-7 ਦਿਨ ਪਹਿਲਾਂ ਗਵਰਨਰ ਨੂੰ ਪਾ ਦਿੱਤੀਆਂ ਗਈਆਂ ਸਨ ਅਤੇ ਗ੍ਰਿਫਤਾਰੀ ਪੁਲਿਸ ਨੇ 9ਵੇਂ ਦਿਨ ਪਾਈ ਸੀ। ਇੱਥੇ ਵੀ ਸਰਕਾਰ ਕਸੂਤੀ ਫਸ ਗਈ ਸੀ ਅਤੇ ਜੱਜ ਨੂੰ ਜ਼ਮਾਨਤ ਮਨਜ਼ੂਰ ਕਰਨੀ ਪਈ ਸੀ। ਬਾਹਰ ਆ ਕੇ ਉਹ ਮਹੀਨਾ ਪੱਕਾ ਮੰਜੇ 'ਤੇ ਪਿਆ ਰਿਹਾ ਸੀ। ਮੁੜ ਥੋੜ੍ਹੀ ਦੇਰ ਲਈ ਉਹ ਖੜ੍ਹਾ ਹੋਇਆ
ਪਰ ਫਿਰ ਉਤੋਂ ਸਟੇਜ 'ਤੇ ਉਹ ਰੰਗ ਨਹੀਂ ਵੱਜਾ। ਹੌਲੀ ਹੌਲੀ ਪੈਂਦਾ ਪੈਂਦਾ ਉਹ ਪੱਕਾ ਹੀ ਮੰਜਾ ਮੱਲ ਬੈਠਾ। ਹੱਡਾਂ ਵਿੱਚ ਤਾਂ ਜਿਵੇਂ ਪਾਕ ਪੈ ਗਈ ਸੀ, ਸਰੀਰ ਉੱਠਦਾ ਨਹੀਂ ਸੀ। ਬਸ ਹੁਣ ਉਹ ਬਾਹਰਲੀ ਬੈਠਕ ਵਿੱਚ ਬੈਠਾ ਰਹਿੰਦਾ, ਚੇਲੇ ਬਾਲ ਕੇ ਆਉਂਦੇ ਜਾਂਦੇ ਰਹਿੰਦੇ, ਪੁੱਤਰ ਨੂੰਹਾਂ ਦੋ ਟਾਈਮ ਚੱਕਰ ਮਾਰਦੇ। ਦੋਹਾਂ ਪੁੱਤਰ ਸਾਊ ਅਤੇ ਕਹਿਣੇ ਵਿੱਚ ਸਨ। ਢਾਡੀ ਪਰੰਪਰਾ ਦੋਹਾਂ ਵਿੱਚੋਂ ਕਿਸੇ ਨੇ ਨਹੀਂ ਸੀ ਸਾਂਭੀ। ਖੇਤੀ ਕਰਾਉਂਦੇ ਸਨ, ਉਹਦੀ ਹਰ ਫਰਮਾਇਸ਼ ਦਾ ਧਿਆਨ ਰੱਖਦੇ। ਚੇਲੇ ਵੀ ਵਾਹ ਲੱਗਦੀ, ਉਹਦੀ ਕੋਈ ਨਹੀਂ ਸੀ ਮੋੜਦਾ। ਫਿਰ ਉਹ ਕਿਹੜਾ ਕੰਡਾ ਸੀ ਜਿਹੜਾ ਪਿਛਲੇ 7 ਸਾਲਾਂ ਤੋਂ ਉਹਨੂੰ ਸੌਣ ਨਹੀਂ ਸੀ ਦਿੰਦਾ? ਉਹ ਤੇ ਤੋਤੀ ਨੇ ਉਦਣ ਆ ਕੇ ਅਹਿਸਾਸ ਕਰਾਇਆ ਕਿ ਉਹ ਕੰਡਾ ਜੀਤ ਬਿੱਲਾ ਸੀ ਜਿਹੜਾ 7 ਸਾਲਾਂ ਤੋਂ ਉਹਦੀ ਰੂਹ ਵਿੱਚ ਪੁੜਿਆ ਹੋਇਆ ਸੀ। ਜਿੱਦਣ ਦੇ ਉਹਦਾ ਬਾਬਾ ਮਿਲਕੀ, ਛੋਟਾ ਬਾਬਾ ਅਤੇ ਉਹ ਪੌ ਪਿੰਡੋਂ ਆਏ ਸਨ, ਉਹਨੂੰ ਚੈਨ ਨਹੀਂ ਸੀ ਪੈਂਦਾ। ਉਹ ਦਿਨ ਗਿਣਦਾ ਰਿਹਾ ਕਿ ਕਦ ਚਿਰਾਗਾਂ ਵਾਲਾ ਦਿਹਾੜਾ ਆਉਣਾ ਏ ਅਤੇ ਉਹਨਾਂ ਬਾਬੇ ਕਿਆਂ ਜਾਣਾ ਏ। ਚਿਰਾਗਾਂ ਵਾਲੀ ਸਵੇਰ ਉਹ ਹਨੇਰੇ ਹੀ ਉੱਠ ਕੇ ਤਿਆਰ ਹੋ ਗਿਆ। ਬਾਬੇ ਮਿਲਕੀ ਤੋਂ ਪਹਿਲੋਂ ਘਰ ਵਿੱਚੋਂ ਕੋਈ ਨਹੀਂ ਸੀ ਜਾਗਦਾ, ਪਰ ਉਸ ਉਦਣ ਇਹ ਰਿਕਾਰਡ ਵੀ ਤੋੜ ਦਿੱਤਾ। ਬਾਬਾ ਮਿਲਕੀ ਜਦੋਂ ਬਾਹਰ ਹੋ ਕੇ ਆਇਆ ਅਤੇ ਉਹਨੂੰ ਬਾਹਰ ਕੁੱਕਣਾ ਮਗਰ ਫਿਰਦਾ ਵੇਖਿਆ ਤਾਂ ਹੱਸ ਪਿਆ। ਥੋੜ੍ਹੀ ਦੇਰ ਮਗਰੋਂ ਉਹ ਤਿਆਰ ਹੋ ਕੇ ਬਾਹਰਲੀ ਹਵੇਲੀਓਂ ਛੋਟੇ ਬਾਬੇ ਨੂੰ ਵੀ ਬੁਲਾ ਲਿਆਇਆ। ਉਹ ਤਾਂ ਪਹਿਲਾਂ ਦਾ ਹੀ ਤਿਆਰ ਬੈਠਾ ਸੀ। ਸਵੇਰ ਦਾ ਦੀਵਾਨ ਅਜੇ ਚੱਲਦਾ ਪਿਆ ਸੀ ਜਦ ਉਹ ਪੌ ਪਿੰਡ ਅੱਪੜ ਗਏ। ਦੀਵਾਨ ਦੀ ਸਮਾਪਤੀ 'ਤੇ ਬਾਬੇ ਬਾਹਰ ਤਖ਼ਤ ਪੋਸ਼ 'ਤੇ ਆ ਬੈਠੇ। ਉਹਨਾਂ ਵੀ ਜਾ ਕੇ ਹਾਜ਼ਰੀ ਭਰੀ। ਬਾਬਿਆਂ ਉਸ ਵੇਲੇ ਸੇਵਕ ਭੇਜ ਕੇ ਹਰਸਾ ਸੋਨੂੰ ਬੁਲਾ ਲਿਆ। ਲੈ ਬਈ ਬਾਲਕਾ ਤੇਰੇ ਹਵਾਲੇ ਹੈ, ਇਹਨੂੰ ਵੀ ਗੁਰਾਂ ਦੇ ਚਰਨੀ ਲਾ, ਬਾਬਿਆਂ ਬਿਨਾਂ ਕਿਸੇ ਭੂਮਿਕਾ ਦੇ ਕਿਹਾ। 7 ਵਜਣ ਹਰਸਾ ਸੌਂ ਨੇ ਵੀ ਅਗਲਾ ਬੋਲਣਾ ਬੋਲਿਆ। ਲੈ ਬਈ ਟੇਕ ਗੁਰੂ ਨੂੰ ਮੱਥਾ। ਬਾਬੇ ਮਿਲਕੀ ਨੇ ਚਿੱਟੀ ਪੱਗ 'ਤੇ ਗੁੜ ਉਹਨੂੰ ਫੜਾ ਦਿੱਤਾ। ਹਰਸਾ ਸੌਂ ਨੇ ਪੱਗ ਉਹਤੋਂ ਲੈ ਲਈ, ਗੁੜ ਲੈ ਕੇ ਸੰਗਤ 'ਚ ਵਰਤਾ ਦਿੱਤਾ। ਉਹਦੇ ਸਿਰ 'ਤੇ ਹੱਥ ਰੱਖਿਆ, ਅਸੀਸ ਦਿੱਤੀ ਅਤੇ ਜੈਕਾਰੇ ਗਜਾ ਦਿੱਤੇ। ਮਗਰੇ ਸਾਰੀ ਸੰਗਤ ਨੇ ਜੈਕਾਰੇ ਛੱਡ ਦਿੱਤੇ, ਕੋਈ ਉਚੇਚ ਨਾ ਹੋਈ। ਜਿਸ ਘੜੀ ਲਈ ਉਹ ਵਰ੍ਹਿਆਂ ਤੋਂ ਲਿਸ਼ਕ ਰਿਹਾ ਸੀ, ਉਹ ਮਿੰਟਾਂ ਸਕਿੰਟਾਂ ਵਿੱਚ ਆਈ ਅਤੇ ਉਹ ਗਈ। ਲੈ ਵੀ ਪੁੱਤਰਾ, ਹੁਣ ਬਾਬੇ ਨੂੰ ਭੁੱਲ ਜਾ ਅਤੇ ਗੁਰੂ ਦੀ ਸ਼ਾਗਿਰਦੀ ਵਿੱਚ ਹੋ ਜਾ, ਬਾਬਾ ਬਿਸ਼ਨ ਸਿੰਘ ਨੇ ਹੁਕਮ ਲਾਇਆ। ਹੁਣ ਲੰਮਾ ਸਮਾਂ ਮੇਰੇ ਜੱਥੇ ਵਿੱਚ ਹੀ ਰਹੂ ਏ ਬਾਲਕਾ, ਵਿੱਚ ਕਿਤੇ ਕਿਤੇ ਆਊ ਘਰ ਵੀ, ਸਾਡਾ ਵੀ ਚੱਲਦਾ ਵੀ ਰਹਿ, ਤੁਹਾਡੇ ਪਿੰਡਾਂ ਵੱਲ ਚੱਕਰ ਲੱਗਦਾ ਰਹਿਣਾ, ਹਰਸਾ ਸਿਉਂ ਕਹਿਣ ਲੱਗਾ। ਜੀ ਹੁਣੇ ਤੁਹਾਡਾ ਹੀ ਹੈ, ਛੋਟਾ ਬਾਬਾ ਕਹਿਣ ਲੱਗਾ। ਉਹਨੇ ਛੋਟੇ ਬਾਬੇ ਦੀ ਆਵਾਜ਼ ਵਿਚਲੇ ਭਾਰੀਪਨ ਨੂੰ ਬੁਝ ਲਿਆ। ਉਹਨੂੰ ਪਤਾ ਸੀ ਬਾਬੇ ਦੇ ਦਿਲ 'ਤੇ ਤਾਂ ਮਣ ਮਣ ਭਾਰੇ ਪੱਥਰ ਟਿੱਕ ਗਏ ਹੋਣੇ ਨੇ। ਜਦੋਂ ਉਹਨੇ ਤੁਹਾਡਾ ਹੀ ਕਿਹਾ ਹੋਣਾ, ਇਹਦੇ ਕੱਪੜੇ ਲੀਤੇ, ਬਾਬੇ ਨੇ ਮਾੜਾ ਜਿਹਾ ਬੋਲ ਦੁਬਾਰਾ ਚੁੱਕਿਆ। ਕੱਪੜੇ ਹੁਣ ਕਿਹੜੇ, ਉਹ ਵੀ ਇੱਥੋਂ ਹੀ ਮਿਲਣੇ ਹੁਣ, ਸਾਡੇ ਕੱਪੜੇ ਹੁਣ ਕਈ ਵਾਰੀ ਇਹਨੂੰ ਨਸੀਬ ਨਹੀਂ ਹੋਣੇ, ਐਤਕੀ ਬਾਬੇ ਮਿਲਕੀ ਨੇ ਜਵਾਬ ਦਿੱਤਾ ਸੀ। ਉਹ ਇੰਨੇ ਵਰੇ ਨਿਰਮਲਿਆਂ ਵਿੱਚ ਰਿਹਾ ਸੀ, ਉਹਨੂੰ ਰਹਿਤ ਮਰਿਆਦਾ ਦਾ ਪਤਾ ਸੀ। ਕੱਪੜੇ ਕਾਹਦੇ ਜੀ, ਹੁਣ ਤਾਂ ਬਸ ਦੋ ਚੋਲੇ ਅਤੇ ਦੋ ਕਸ਼ਹਿਰੇ ਦੇਣੇ ਆ ਬਾਲਕੇ ਨੂੰ, ਦੋ ਸਿਰ 'ਤੇ ਬੰਨਣ ਵਾਲੀਆਂ ਕੇਸਕੀਆਂ ਦਿਆਂਗੇ, ਇੱਕ ਧੋ ਅਤੇ ਦੂਜੀ ਪਾਓ। ਹੁਣੇ ਕਾਰ ਸੇਵਾ ਵਾਲੇ ਬਾਲਕੇ ਆਉਣੇ ਨੇ, ਉਹਨਾਂ ਲਈ ਜੋੜੇ ਸੀਤੇ ਹੋਏ ਨੇ, ਦੋ ਜੋੜੇ ਇਹਨੂੰ ਦੇ ਦਿਆਂਗੇ। ਹੁਣ ਤਾਂ ਬਸ ਅਭਿਆਸ ਹੋ ਅਤੇ ਇਹ ਹੋ।
ਲੀੜੇ ਭੁੱਲ ਜੂ ਹੁਣੇ। ਹਰਸਾ ਸਿਉਂ ਕਹਿਣ ਲੱਗਾ। ਹਰਸਾ ਸਿਉਂ ਬਾਲ ਬ੍ਰਹਮਚਾਰੀ ਸੀ। ਜਨਮ ਤੋਂ ਹੀ ਮਾਪੇ ਉਹਨੂੰ ਗੁਰੂ ਘਰ ਚੜ੍ਹਾ ਆਏ ਸਨ। ਬਾਬਾ ਬਿਸ਼ਨ ਸਿੰਘ ਦੇ ਚੱਲਦੇ ਬਹੀਰ ਨੇ ਉਹਨੂੰ ਪਾਲਿਆ ਸੀ। ਚੱਲਦੇ ਬਹੀਰ ਵਿੱਚ ਅਨੇਕਾਂ ਸਿੰਘਣੀਆਂ ਅਤੇ ਭੁਚੰਗੀ ਸਨ। ਤਰਨਾ ਦਲ ਨਾਲ ਖੇਡਦਾ ਉਹ ਵੀ ਪਲ ਗਿਆ ਸੀ। ਪਜਾਮਾ ਨੂੰ ਢੁੱਕਿਆ ਉਹ ਬਾਬੇ ਬਿਸ਼ਨ ਸਿੰਘ ਨੂੰ ਪੂਰਾ ਲੰਮਾ ਪੈ ਕੇ ਦੰਡਵਤ ਮੱਥਾ ਟੇਕਦਾ। ਬਾਬਿਆਂ ਨੂੰ ਉਹ ਪੁੱਤਰਾਂ ਵਾਂਗ ਪਿਆਰਾ ਸੀ। ਬਾਬਿਆਂ ਜਵਾਨ ਹੋਣ 'ਤੇ ਉਹਨੂੰ ਢਾਡੀ ਬਣਾ ਦਿੱਤਾ ਸੀ। ਕਈ ਵਾਰ ਉਹ ਮਹੀਨਾ ਮਹੀਨਾ ਬਾਹਰ ਰਹਿੰਦਾ। ਆਪਣੇ ਜੱਥੇ ਨਾਲ ਥਾਂ ਥਾਂ ਢਾਡੀ ਦਰਬਾਰਾਂ ਵਿੱਚ ਸ਼ਾਮਲ ਹੁੰਦਾ। ਪਿੱਛੋਂ ਕਈ ਵਾਰ ਬਾਬਾ ਬਿਸ਼ਨ ਸਿੰਘ ਹੋਰੀ ਉੱਧਰ ਵੀ ਜਾਂਦੇ। ਫਿਰ ਉਹ ਜਦ ਵੀ ਸੁਨੇਹਾ ਭੇਜਦੇ ਹਰਸਾ ਸਿਉਂ ਉੱਡਦਾ ਆਉਂਦਾ। ਬਾਬਾ ਜੀ ਵਾਂਗ ਉਹ ਵੀ ਪੱਕੀ ਦੇਖਦਾ ਆਦੀ ਸੀ। ਬਾਕੀ ਨਿਹੰਗ ਸਿੰਘ ਦੂਜੇ ਚੌਥੇ ਦਿਨ ਸੁੱਖ ਨਿਧਾਨ ਦੇ ਗੱਫੇ ਲਾਉਂਦੇ। ਉਹ ਬਾਬਾ ਬਿਸ਼ਨ ਸਿੰਘ ਹੋਰਾਂ ਵਾਂਗ ਸਵੇਰੇ 9 ਕੁ ਵਜੇ ਨੇਮ ਨਾਲ ਪੱਕੀ ਦੇਗ ਛੱਕਦਾ। ਫਿਰ ਸਾਰਾ ਦਿਨ ਤਰਾਰੇ ਵਿੱਚ ਰਹਿੰਦਾ। ਉਹ ਬੜਾ ਪੀੜਾ ਅਤੇ ਸਖ਼ਤ ਅਨੁਸ਼ਾਸਨ ਵਾਲਾ ਗੁਰੂ ਸਾਬਤ ਹੋਇਆ। ਜਿਸ ਦਿਨ ਉਹਦੇ ਬਾਬੇ ਉਹਨੂੰ ਛੱਡ ਕੇ ਆਏ, ਉਹ ਖੁਸ਼ ਹੋਣ ਦੇ ਨਾਲ ਨਾਲ ਥੋੜ੍ਹਾ ਜਿਹਾ ਦਿਲ ਵੀ ਛੱਡ ਗਿਆ ਸੀ। ਖਾਸ ਕਰ ਉਦੋਂ ਜਦੋਂ ਉਹਨੇ ਛੋਟੇ ਬਾਬੇ ਨੂੰ ਜਾਂਦੇ ਜਾਂਦੇ ਮੋਢੇ ਵਾਲੇ ਪਰਨੇ ਨਾਲ ਅੱਖਾਂ ਪੂੰਝਦੇ ਡਿੱਠਾ ਸੀ। ਪਰ ਇਹ ਦੁੱਖ ਚੰਦ ਘੜੀਆਂ ਦਾ ਸੀ। ਅਜੇ ਬਾਬੇ ਹੋਰੀ 4 ਖੇਤ ਵੀ ਨਹੀਂ ਗਏ ਹੋਣੇ ਕਿ ਗੁਰੂ ਹਰਸਾ ਸਿੰਘ ਹੋਰਾਂ ਆਪਣੇ ਚੇਲੇ ਨੂੰ ਫਾਲਣ ਕਰ ਲਿਆ। ਅੱਜ ਤਾਂ ਤੂੰ ਇਹੀ ਕੱਪੜੇ ਪਾਈ ਰੱਖ, ਸੰਥਿਆ ਲੈ ਲੈ ਅਤੇ ਅਭਿਆਸ ਸ਼ੁਰੂ ਕਰ, ਪਰ ਕੱਲ੍ਹ ਤੋਂ ਚੋਲੇ, ਕਸ਼ਹਿਰਾ ਅਤੇ ਪਰਨਾ ਲੈ ਆਏ, ਉਹਨਾਂ ਕਿਹਾ। ਉਸ ਸੱਤ ਬਚਨ ਕਿਹਾ ਅਤੇ ਉਹਨਾਂ ਵਾਲੀ ਛੰਨ ਨੂੰ ਤੁਰ ਪਿਆ। ਛੰਨ ਕਾਹਦੀ ਸੀ? ਆਰਜੀ ਜਿਹੀ ਝੁੱਗੀ ਸੀ ਜਿਹੜੀ ਲੋੜ ਪੈਣ 'ਤੇ ਕਿਸੇ ਵੇਲੇ ਇਕੱਠੀ ਕੀਤੀ ਜਾ ਸਕਦੀ ਸੀ। ਨਾਲ ਹੀ ਸਰੋਵਰ ਕੰਢੇ ਨਿੰਮ ਥੱਲੇ ਉਹਨਾਂ ਦੇ 10-12 ਚੇਲੇ ਬੈਠੇ ਸਨ। ਬਹੁਤੇ ਢੱਡ ਦਾ ਅਭਿਆਸ ਕਰ ਰਹੇ ਸਨ। ਸਰੰਗੀ ਵਾਲਾ ਕਿਧਰੇ ਨਹੀਂ ਸੀ ਦਿਸਦਾ। 1-2 ਭੁਚੰਗੀ ਅਲਾਪ ਲੈ ਰਹੇ ਸਨ। ਉਮਰ ਸਾਰਿਆਂ ਦੀ ਤਕਰੀਬਨ ਉਹਦੀ ਜਿੰਨੀ ਸੀ, ਸਿਵਾਏ ਗੁਰੂ ਜੀ ਦੇ ਜੋੜੀਦਾਰਾਂ ਦੇ, ਕਿਉਂਕਿ ਉਹ ਪੱਕੀ ਉਮਰ ਦੇ ਸਨ। ਮੈਨੂੰ ਪਤਾ ਲੱਗਾ ਤੂੰ ਸਰੰਗੀ ਵਜਾ ਲੈਂਦਾ, ਗੁਰੂ ਜੀ ਉਹਨੂੰ ਬੈਠਦਿਆਂ ਹੀ ਕਹਿਣ ਲੱਗੇ। ਚਿੱਤ ਵਿੱਚ ਉਹ ਪ੍ਰਸੰਨ ਹੋ ਗਿਆ ਕਿ ਗੁਰੂ ਕੋਲ ਪਹਿਲਾਂ ਹੀ ਇਹ ਮਹਿਮਾ ਪੁੱਜ ਗਈ। ਹਾਂਜੀ, ਮੈਂ 2 ਵਾਰੀ ਸਮਾਂ ਲਾਇਆ ਉਸਤਾਦ ਨਜ਼ੀਰ ਹੋਰਾਂ ਕੋਲ, ਉਹਨੇ ਕਿਹਾ। ਲਓ ਬਈ ਪੁੱਤਰੋ, ਸਰੰਗੀ ਵਾਲਾ ਇੱਕ ਹੋਰ ਬਾਲਕਾ ਆ ਗਿਆ ਆਪਣੇ ਕੋਲ, ਇਹ ਵੀ ਹੁਣ ਰਹੂ ਤੁਹਾਡੇ ਨਾਲ। ਕੁਛ ਤੁਸੀਂ ਇਹਨੂੰ ਸਿਖਾਉਣਾ, ਕੁਛ ਇਹ ਤੋਂ ਸਿੱਖਣਾ, ਕੁਛ ਮੈਂ ਤੁਹਾਤੋਂ ਸਾਰਿਆਂ ਕੋਲੋਂ ਸਿੱਖਣਾ, ਗੁਰੂ ਜੀ ਹੱਸ ਕੇ ਕਹਿਣ ਲੱਗੇ। ਉਹਨੂੰ ਸ਼ੁਰੂ ਵਿੱਚ ਹੀ ਆਪਣਾ ਗੁਰੂ ਭਾਸ ਗਿਆ ਸੀ। ਬੰਦਾ ਚੰਗਾ ਜਾਪਦਾ, ਆਪਣੀ ਇਹਦੇ ਨਾਲ ਚੰਗੀ ਕੱਟੀ ਜਾਓ, ਉਹਨੇ ਦਿਲ 'ਚ ਸੋਚਿਆ। ਸੱਚ ਵੀ ਇਹੀ ਹੋਇਆ ਸੀ। ਉਹਦੀ ਆਪਣੇ ਗੁਰੂ ਨਾਲ ਸਭ ਤੋਂ ਚੰਗੀ ਤਰ੍ਹਾਂ ਕੱਟੀ ਵੀ ਸੀ। ਹਾਂ ਤੇ ਪੁੱਤਰਾ, ਸੁਣ ਹੁਣ, ਜਿੱਥੋਂ ਤੱਕ ਹੈ ਢੱਡ ਅਤੇ ਸਰੰਗੀ ਦਾ ਤਾਲੁਕ, ਇਹ ਤਾਂ ਹੈਗੇ ਹੀ ਨਾਦੀ ਬੱਚੇ ਗੁਰੂ ਦੇ। ਇਹਨਾਂ ਦਾ ਕੰਮ ਹੈ ਨਾਦ ਪੈਦਾ ਕਰਨਾ, ਗੁਰੂ ਦਾ ਜਸ ਗਾਉਣਾ ਅਤੇ ਦੇਵੀ ਸੁਰਸਤੀ ਦੀ ਅਰਾਧਨਾ। ਅਸਲ ਕੰਮ ਤਾਂ ਅਨਾਦੀ ਹੋਣ ਦਾ, ਉਹ ਗੁਰੂ ਦੀ ਕਿਰਪਾ ਨਾਲ ਹੀ ਹੁੰਦਾ। ਗੁਰੂ ਦਾ ਜਸ ਗਾਈ ਤੁਰੀ ਜਾਏਗਾ ਅਤੇ ਇੱਕ ਦਿਨ ਆਪੇ ਹੀ ਅਨਾਦੀ ਧੁਨਾਂ ਤੇਰੇ ਅੰਦਰ ਵੱਜਣਗੀਆਂ। ਨਹੀਂ ਤਾਂ ਬਸ, ਜੇ ਤੂੰ ਮਿਹਨਤ ਨਾ ਕੀਤੀ ਤਾਂ ਕੰਮ ਠੁੱਸ। ਗੁਰੂ ਜੀ ਨੇ ਨਿਹੰਗਾਂ ਵਾਲੀ ਸਿੱਧ ਪੱਧਰੀ ਗੱਲ ਕਰਕੇ ਮੁਕਾ ਦਿੱਤੀ। ਜੀ ਮੈਂ ਰੱਜ ਕੇ ਮਿਹਨਤ ਕਰੂੰ, ਉਸ ਹਾਮੀ ਭਰੀ।
ਲੈ ਫਿਰ ਅੱਜ ਦੀ ਸੰਥਿਆ ਲੈ। ਜੋ ਤੂੰ ਅੱਜ ਸਬਕ ਲੈਣ ਲੱਗਾ ਉਹ ਹਰ ਵਾਰ ਹਰ ਰੋਜ਼ ਹਰ ਸਮੇਂ ਯਾਦ ਰੱਖਣਾ। ਹਰ ਦੀਵਾਨ 'ਤੇ ਵਾਰ ਸ਼ੁਰੂ ਕਰਨ ਸਮੇਂ ਇਹ ਉਚਾਰਨਾ, ਤਾਂ ਹੀ ਤੇਰੀ ਮਿਹਨਤ ਸਫਲਾ ਹੋਊ ਅਤੇ ਤੂੰ ਪੂਰਨ ਢਾਡੀ ਬਣੇਗਾ, ਉਹਨਾਂ ਕਿਹਾ। ਨਾਲ ਹੀ ਉਹਨੂੰ ਖੜ੍ਹੇ ਹੋਣ ਦੀ ਹਦਾਇਤ ਕੀਤੀ। ਉਹ ਖੜ੍ਹਾ ਹੋ ਗਿਆ। ਗੁਰੂ ਜੀ ਵੀ ਨਾਲ ਖੜ੍ਹੇ ਹੋ ਗਏ। ਉਹਨਾਂ ਵਾਂਹ ਕੱਢ ਕੇ ਉਚਾਰਿਆ, ਸਤਨਾਮ ਸ਼੍ਰੀ ਵਾਹਿਗੁਰੂ। ਨਾਲ ਹੀ ਸਾਰੇ ਬਾਲਕਿਆਂ ਆਵਾਜ਼ ਚੁੱਕ ਦਿੱਤੀ, ਸਤਨਾਮ ਸ਼੍ਰੀ ਵਾਹਿਗੁਰੂ। ਉਹਨੇ ਵੀ ਆਵਾਜ਼ ਰਲਾ ਦਿੱਤੀ। ਅੱਗੋਂ ਗੁਰੂ ਜੀ ਨੇ ਵੰਦਨਾ ਸ਼ੁਰੂ ਕੀਤੀ। ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ 'ਚੋਂ ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ। ਤੇਰੇ ਦਰਬਾਰ ਵਿੱਚੋਂ ਧੂੜੀ ਲੈ ਕੇ ਜੋੜਿਆਂ ਦੀ ਠੋਕਰਾਂ ਨਵਾਬੀਆਂ ਨੂੰ ਮਾਰੇ ਤੇਰਾ ਖਾਲਸਾ ਜੀ, ਮਾਰੇ ਤੇਰਾ ਖਾਲਸਾ। ਬਾਕੀ ਭੁਜੰਗੀਆਂ ਦੇ ਨਾਲ ਹੀ ਉਹਨੇ ਬੰਦਨਾ ਦੇ ਸੁਰ ਵਿੱਚ ਸੁਰ ਰਲਾ ਦਿੱਤੇ। ਕਿਹੜੇ ਵੇਲੇ ਬੰਦਨਾ ਵਾਰ ਵਾਰ ਦੁਹਰਾਈ ਜਾਣ ਲੱਗੀ ਅਤੇ ਕਿਵੇਂ ਉਹਦੇ 'ਤੇ ਵਜਦ ਤਾਰੀ ਹੋ ਗਿਆ। ਇੱਧਰ ਗੁਰੂ ਜੀ ਵਾਰ ਵਾਰ ਬੰਦਨਾ ਦੁਹਰਾਉਣ ਅਤੇ ਨਾਲ ਬਾਕੀ ਬਾਲਕੇ ਦੁਹਰਾਉਣ, ਨਾਲ ਨਾਲ ਉਹ ਦੁਹਰਾਵੇ। ਅਜੀਬ ਕੈਫੀਅਤ ਸਭ 'ਤੇ ਤਾਰੀ ਸੀ। ਬੜੀ ਦੇਰ ਮਗਰੋਂ ਗੁਰੂ ਜੀ ਨੇ ਆਪ ਹੀ ਇਸ ਤਲਿਸਮ ਨੂੰ ਤੋੜਿਆ, ਬਸ ਅੱਜ ਲਈ ਇੰਨਾ ਬੜਾ, ਤੂੰ ਬਾਕੀਆਂ ਨਾਲ ਅਭਿਆਸ ਕਰੀ ਚੱਲ। ਕੱਲ੍ਹ ਤੋਂ ਤੈਨੂੰ ਨਾਲੇ ਵਾਰ ਦਾ ਇਤਿਹਾਸ ਦੱਸਾਂਗੇ, ਨਾਲੇ ਗਾਉਣ ਦੀਆਂ ਵਿਧੀਆਂ ਵੀ। ਸ਼ਾਮ ਨੂੰ ਰਹਿਰਾਸ ਤੋਂ ਐਨ ਪਹਿਲਾਂ ਇੱਕ ਅਭਿਆਸ ਬੰਧਣਾ ਦਾ ਹੋਰ ਕਰ ਲਈ, ਉਹਨੇ ਸੱਤ ਵਚਨ ਕਿਹਾ। ਗੁਰੂ ਜੀ ਸਾਥੀਆਂ ਨਾਲ ਚਲੇ ਗਏ ਅਤੇ ਉਹ ਬਾਕੀ ਬਾਲਕਿਆਂ ਨਾਲ ਗੱਲੀ ਡਹਿ ਪਿਆ। ਜਿੰਨਾ ਉਹ ਇਸ ਰਾਹ ਨੂੰ ਕੂਲਾ ਸਮਝਦਾ ਸੀ, ਇਹ ਰਾਹ ਉਹਨਾਂ ਕੂਲਾ ਨਹੀਂ ਸੀ ਨਿਕਲਿਆ। ਅਗਲੇ ਦਿਨ ਸਵੇਰੇ ਅੰਮ੍ਰਿਤ ਵੇਲੇ ਗੁਰੂ ਜੀ ਨੇ ਬਾਲਕਿਆਂ ਨੂੰ ਨਿੱਤ ਕਿਰਿਆ ਲਈ ਉਠਾ ਲਿਆ। ਉਹਦੇ ਕੱਪੜੇ ਵੀ ਬਦਲ ਚੁੱਕੇ ਸਨ। ਕੂਲੀ ਮਲਮਲ ਦੀ ਥਾਂ ਉਹਦੇ ਗਲ ਮੋਟੇ ਖੱਦਰ ਦਾ ਚੋਲਾ ਸੀ। ਹੇਠ ਕੱਛ ਦੇ ਸਿਰ 'ਤੇ ਮੋਟੇ ਖੱਦਰ ਦਾ ਸਾਫਾ ਸੀ। ਸਵੇਰੇ ਹੀ ਉਹ ਲੱਸੀ ਪੀਣ ਦਾ ਆਦੀ ਸੀ, ਪਰ ਇੱਥੇ 'ਤੇ ਪਾਣੀ ਮਸਾਂ ਜੁੜਿਆ ਸੀ। ਉਧਰੋਂ ਆਸਾ ਦੀ ਵਾਰ ਦਾ ਭੋਗ ਪਿਆ, ਇੱਧਰ ਉਹਨੂੰ ਚੇਲਿਆਂ ਨਾਲ ਨਿੰਮ ਥੱਲੇ ਫਾਲਣ ਹੋਣਾ ਪੈ ਗਿਆ। ਖਾਲੀ ਢਿੱਡ ਉਹਨਾਂ ਪਹਿਲਾਂ ਬੰਦਨਾ ਉਚਾਰੀ, ਫਿਰ ਢੱਡ ਵਜਾਉਣ ਦਾ ਅਭਿਆਸ ਕੀਤਾ। ਮੁੜ ਉਹਨਾਂ ਸਾਰਿਆਂ ਨੂੰ ਮੁੱਢਲੀ ਵਾਰ ਦਾ ਸਬਕ ਦਿੱਤਾ ਗਿਆ। ਉਹਦੇ ਚੇਤਿਆਂ ਵਿੱਚ ਅੱਜ ਵੀ ਉਹ ਬੋਲ ਤਾਜ਼ਾ ਹਨ ਜਿਹੜੇ ਉਹਨੇ ਪਹਿਲੀ ਵਾਰ ਦੇ ਉਚਾਰਨ ਸਮੇਂ ਬੋਲੇ ਸਨ। ਉਹ ਗੁਰੂ ਦੇ ਨਾਲ ਰਲ ਕੇ ਗਾ ਰਹੇ ਸਨ, ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ, ਹਿੰਮਤ ਬਾਰਾਂ ਕੋਟਗੜ੍ਹ ਦਰਵਾਜ਼ਾ ਵਲਖ ਵਖੀਰ ਦੀ, ਉਹ ਪੱਗ ਤੇਰੀ ਕੇ ਜਹਾਂਗੀਰ ਦੀ। ਅੰਤ ਜਦ ਸੂਰਜ ਸਿਰ 'ਤੇ ਆ ਗਿਆ, ਉਹਨਾਂ ਦੀ ਖਲਾਸੀ ਹੋਈ। ਉਹਨੇ ਰਾਤ ਨੂੰ ਹੀ ਮਿੱਤਰ ਬਣ ਗਏ। ਨਾਲ ਦੇ ਜੋੜੀਦਾਰਾਂ ਮਿੱਤੂ ਅਤੇ ਜੱਸੇ ਨੂੰ ਲੰਗਰ ਬਾਰੇ ਪੁੱਛਿਆ। ਮਿੱਤੂ ਨੇ ਦੱਸਿਆ ਕਿ ਹੁਣ ਲੱਸੀ ਪਿੰਡਾਂ ਵਿੱਚੋਂ ਇਕੱਠੀ ਹੋ ਕੇ ਆਊ, ਫਿਰ ਹੀ ਮਿੱਠੇ ਪ੍ਰਸ਼ਾਦੇ ਵਰਤਾਏ ਜਾਣਗੇ। ਦਿਨ ਵਿੱਚ ਦੋ ਵਾਰ ਲੰਗਰ ਮਿਲਦਾ ਹੈ, ਸਵੇਰੇ ਮਿੱਠੇ ਪ੍ਰਸ਼ਾਦੇ ਅਤੇ ਸ਼ਾਮ ਨੂੰ ਰਹਿਰਾਸ ਮਗਰੋਂ ਲੰਗਰ। ਜੇ ਉਹ ਨਾ ਮਿਲੇ ਤਾਂ ਕਈ ਵਾਰ ਲੰਗਰ ਮਸਤਾਨਾ ਚੱਲਦਾ ਹੈ ਅਤੇ ਬਸ ਇੱਕੋ ਵਾਰ ਸਵਾ ਪਹਿਰ ਦੀ ਰੋਟੀ ਹੀ ਮਿਲਦੀ ਹੈ। ਬਾਬਾ ਬਿਸ਼ਨ ਸਿੰਘ ਜੀ ਦਾ ਜੱਥਾ ਬੜਾ ਸੰਤੋਖੀ ਹੈ ਅਤੇ ਬਾਕੀ ਨਿਹੰਗ ਸੰਪਰਦਾਇ ਵਾਂਗ ਧੱਕੇ ਨਾਲ ਕਿਤੋਂ ਵੀ ਰੋਟੀ ਰਸਦ ਮੰਗਣ ਦੀ ਸਖ਼ਤ ਮਨਾਹੀ ਹੈ। ਪਹਿਲੇ ਉਹਨੂੰ ਬੜੀ ਔਖ ਹੋਈ, ਬਾਸੀ ਰੋਟੀ ਪਤਲੀ ਲੱਸੀ ਨਾਲ ਅੰਦਰ ਲੰਘਾਉਣੀ ਪਈ, ਪਰ ਬਾਕੀ ਸਿੰਘਾਂ ਵਾਂਗ ਉਹਨੂੰ ਵੀ ਗੇਜ ਪੈ ਗਈ। ਸ਼ੁਰੂ ਸ਼ੁਰੂ ਵਿੱਚ ਆਂਦਰਾਂ ਕੁਲਕਦੀਆਂ, ਫਿਰ ਉਹਨੂੰ ਰੋਟੀ ਦੇ ਕਈ ਵਾਰ ਸਵਾ ਪਹਿਰ ਮਿਲਣ ਦਾ
ਅਭਿਆਸ ਹੋ ਗਿਆ। ਹੌਲੀ ਹੌਲੀ ਉਹ ਵਾਰਾਂ ਨਾਲ ਇੰਨਾ ਜੁੜ ਗਿਆ ਕਿ ਭੁੱਖ ਲੱਗਣੋਂ ਹੀ ਹਟ ਗਈ। ਉਹਦੇ ਅੰਦਰ ਸਾਜ਼ਾਂ ਦੀ ਅਤੇ ਰਾਗ ਦੀ ਮਸਤੀ ਚੱਲਦੀ। ਗੁਰੂ ਜੀ ਦੇ ਕਹਿਣ ਮੂਜਬ ਉਹ ਅਨਾਦੀ ਧੁਨਾਂ ਨਾਲ ਜੁੜਨਾ ਸ਼ੁਰੂ ਹੋ ਗਿਆ ਸੀ। ਇਸੇ ਲਈ ਜਦ ਉਹਨੂੰ 2 ਕੁ ਮਹੀਨੇ ਮਗਰੋਂ ਘਰ ਜਾਣਾ ਪਿਆ ਤਾਂ ਮਾਂ ਪਿਓ ਅਤੇ ਬਾਬਾ ਉਹਨੂੰ ਸੁੱਕ ਕੇ ਤੀਲਾ ਹੋਇਆ ਕਹਿੰਦੇ ਸਨ। ਉਹ ਹੱਸਦਾ ਰਿਹਾ ਕਿਉਂਕਿ ਉਹ ਤੇ ਅੰਦਰੋਂ ਟਹਿਕਿਆ ਪਿਆ ਸੀ। ਉਸਤਾਦ ਜੀ ਬੜੇ ਪ੍ਰਵੀਨ ਸਨ। ਦੂਸਰਾ, ਉਸ ਅੰਦਰ ਸਿੱਖਣ ਦੀ ਆਰਜ਼ਾ ਵੀ ਬੜੀ ਸੀ। ਉਹਨੂੰ ਮਹੀਨ ਬੁੱਧੀ ਵਾਲਾ ਬਾਲਕ ਜਾਣ ਕੇ ਉਸਤਾਦ ਹੋਰੀ ਉਸ ਵੱਲ ਬੜਾ ਧਿਆਨ ਦਿੰਦੇ। ਉਹ ਵੀ ਉਹਨਾਂ ਦਾ ਕਿਹਾ ਅੱਖਰ ਅੱਖਰ ਪੀ ਜਾਂਦਾ। ਉਸਤਾਦ ਹੋਰੀ ਬਹੁਤੀ ਵੇਰ ਬਾਕੀ ਭੁਚੰਗੀਆਂ ਬਾਲਕਿਆਂ ਨੂੰ ਸਬਕ ਦੇ ਕੇ ਉਹਨੂੰ ਵੱਖਰਾ ਕੋਲ ਵਹਾ ਲੈਂਦੇ। ਸੁੱਖ ਨਿਧਾਨ ਦੀ ਮੌਜ ਵਿੱਚ ਅੱਖਾਂ ਨੂੰ ਹਲਕਾ ਜਿਹਾ ਮੀਟਦੇ ਅਤੇ ਕਹਿੰਦੇ, ਪੁੱਤਰਾ ਢਾਡੀ ਬਣਨਾ ਔਖਾ ਹੈ। ਬੰਦਾ ਕਵੀਸ਼ਰ ਬਣ ਜੇ, ਬੰਦਾ ਰਾਗੀ ਬਣ ਜੇ, ਪਰ ਢਾਡੀ ਇਹ ਬਹੁਤ ਬਿਖਮ ਮਾਰ ਗਿਆ ਭਾਈ। ਉਹ ਕੰਨਾਂ ਨੂੰ ਹੱਥ ਲਾਉਂਦੇ, ਧਰਤੀ ਨਮਸਕਾਰ ਦੇ। ਬੱਚਿਆਂ, ਵਾਰਾਂ ਦੀ ਧਰਤੀ ਰਾਜਪੂਤਾਨੇ ਵਿੱਚ ਸੀ। ਉੱਥੋਂ ਇਹ ਪੰਜਾਬ 'ਚ ਆਈ। ਵੀਰ ਰਸੀ ਵਾਰਾਂ ਗੁਰੂ ਮਹਾਰਾਜ 6ਵੀਂ ਪਾਤਸ਼ਾਹੀ ਨੇ ਗੁਰੂ ਘਰ ਨਾਲ ਜੋੜੀਆਂ ਸਨ। ਉਹ ਤੇ ਉਹਨਾਂ ਆਪਣੇ ਸਿੱਖ ਭਾਈ ਬਿਧੀ ਚੰਦ ਨੂੰ ਅਕਾਲ ਤਖ਼ਤ ਸਾਹਿਬ ਲਈ ਵਾਰਾਂ ਗਾਉਣ ਵਾਲੇ ਲਿਆਉਣ ਲਈ ਕਿਹਾ। ਭਾਈ ਸਾਹਿਬ ਆਪਣੇ ਪਿੰਡ ਸੁਰ ਸਿੰਘ ਤੋਂ ਸਭ ਤੋਂ ਪਹਿਲਾਂ 2 ਮਰਾਸੀ ਲਿਆਏ, ਭਾਈ ਨੱਥਾ ਅਤੇ ਭਾਈ ਅਬਦੁੱਲਾ ਸੀ। ਉਹਨਾਂ ਦੀ ਪਹਿਲੀ ਵਾਰ ਜਿਹੜੀ ਅਕਾਲ ਤਖ਼ਤ ਸਾਹਿਬ ਤੋਂ ਗਾਈ ਗਈ ਸੀ, ਉਹੀ ਮੈਂ ਵੀ ਤੁਹਾਨੂੰ ਸ਼ੁਰੂ ਵਿੱਚ ਕੰਠ ਕਰਾਉਣਾ ਹੁੰਦਾ। ਉਹੀ 2 ਤਲਵਾਰਾਂ ਵੱਧੀਆਂ, ਇਹ ਵਾਰ ਰਸਾਲੂ ਦੀ ਧੁਨੀ ਵਿੱਚ ਗਾਉਣ ਦਾ ਹੁਕਮ ਹੈ ਪੁੱਤਰਾ। ਉਸਤਾਦ ਜੀ ਅਕਸਰ ਇਹ ਗੱਲਾਂ ਦੁਹਰਾ ਦੁਹਰਾ ਉਹਦੇ ਅੰਦਰ ਭਰੀ ਜਾਂਦੇ। ਉਸਤਾਦ ਜੀ, ਸਾਕੇ ਦੀ ਸੁਰ ਵਿੱਚ ਗਾਉਣਾ ਔਖਾ ਨਹੀਂ? ਉਹ ਕਈ ਵਾਰ ਸਵਾਲ ਵੀ ਕਰਦਾ। ਨਹੀਂ ਕਾਕਾ, ਸਾਕੇ ਦੀ ਸੁਰ ਤੇ ਅਸਲੋਂ ਨਰਮ ਹੈ। ਸਭ ਤੋਂ ਔਖਾ ਗਾਉਣਾ ਪੂਰਨ ਦੀ ਤਰਜ਼ 'ਤੇ ਗਾਉਣਾ ਹੈ। ਇਹ ਤਾਂ ਜਿਵੇਂ ਬੁੱਢੀਆਂ ਦੇ ਵਹਿਣ ਪਾਉਣ ਵਾਲੀ ਧੁਨੀ ਹੁੰਦੀ ਹੈ। ਕੋਈ ਬਿਰਲਾ ਹੀ ਪਹੁੰਚਿਆ ਢਾਡੀ ਇਸ ਧੁਨੀ ਨੂੰ ਹੱਥ ਪਾਉਂਦਾ ਹੈ। ਵੇਖੀ ਕਿਤੇ ਪੂਰੀ ਪ੍ਰਵੀਨਤਾ ਦੇ ਬਿਨਾਂ ਇਹਨੂੰ ਹੱਥ ਨਾ ਪਾ ਬੈਠੀ, ਉਹ ਗੁਰੂ ਵਾਲੀ ਚੇਤਾਵਨੀ ਦਿੰਦੇ। ਨਹੀਂ ਮਹਾਰਾਜ, ਤੁਹਾਡੇ ਹੁਕਮ ਬਿਨਾਂ ਮੈਂ ਕੀ ਹਾਂ, ਉਹ ਹੱਥ ਜੋੜਦਾ। ਉਂਝ ਕਈ ਵੇਰ ਗੁਰੂ ਦੀ ਸੇਵਾ ਵਿੱਚ ਰਹਿ ਕੇ ਉਹ ਬਹੁਤ ਪ੍ਰਵੀਨ ਹੋ ਚੁੱਕਾ ਸੀ। ਇਸ ਦੌਰਾਨ ਬਾਬਾ ਬਿਸ਼ਨ ਸਿੰਘ ਹੋਰੀ ਸਮਾ ਚੁੱਕੇ ਸਨ। ਨਵੇਂ ਜਥੇਦਾਰ ਗੁਰਦੇਵ ਸਿੰਘ ਵੀ ਬੜੀ ਕਰਨੀ ਵਾਲੇ ਸਨ। ਇਹਨਾਂ ਸਾਲਾਂ ਵਿੱਚ ਉਹ ਘਰ ਘੱਟ ਵੱਧ ਹੀ ਜਾ ਸਕਿਆ ਸੀ। ਬਾਬਾ ਮਿਲਖੀ ਪੂਰਾ ਹੋ ਗਿਆ ਸੀ। ਉਹਦਾ ਪਿਓ ਅਤੇ ਬਾਬਾ ਉਹਦੀ ਤਿਆਰੀ ਵੇਖ ਕੇ ਪ੍ਰਸੰਨ ਸਨ। ਮਾਂ ਨੂੰ ਭਾਵੇਂ ਉਹਦਾ ਹੇਰਵਾਂ ਖਾਂਦਾ ਸੀ, ਪਰ ਉਹਨੇ ਦੋਹਾਂ ਧੀਆਂ ਅਤੇ ਛੋਟੇ ਪੁੱਤਰ ਵਿੱਚ ਜੀ ਲਾ ਲਿਆ ਸੀ। ਇਹਨਾਂ ਸਮਿਆਂ ਵਿੱਚ ਉਹਨੇ ਗੁਰੂ ਕੋਲੋਂ ਜੋੜੇ ਦੀ ਕਲੀ ਗਾਉਣੀ, ਜੋੜੇ ਦੇ ਬੈਂਤ ਗਾਉਣੇ ਅਤੇ ਮਿਰਜ਼ੇ ਦੇ ਸੱਦ ਵਾਲੀ ਧੁਨੀ ਸਿੱਖੀ। ਰਸਾਲੂ ਦੀ ਧੁਨੀ 'ਤੇ ਪ੍ਰਵੀਨਤਾ ਹਾਸਲ ਕੀਤੀ। ਗੁਰੂ ਜੀ ਕਈ ਵਾਰ ਉਹਨੂੰ ਢੱਡ 'ਤੇ ਵੀ ਸੰਗਤ ਕਰਾਉਂਦੇ ਅਤੇ ਕਈ ਵਾਰ ਸਰੰਗੀ ਉੱਪਰ ਵੀ ਸੰਗਤ ਕਰਾਉਂਦੇ। ਕਹਿੰਦੇ, ਬੱਚਿਆ, ਸਰੰਗੀ ਵਿੱਚ ਅਸਲ 'ਚ 2 ਹੀ ਤਾਰਾਂ ਵੱਜਦੀਆਂ ਨੇ। ਇਵੇਂ ਹੀ ਤੂੰ ਦੋਹਾਂ ਪਾਸਿਆਂ 'ਤੇ ਹੋ ਕੇ ਰਹਿਣਾ, ਤਾਂ ਹੀ ਤੂੰ ਗੁਰੂ ਦੇ ਅਨਾਦ ਨੂੰ ਜਾਣੇਗਾ। ਫਿਰ ਸੱਚਮੁੱਚ ਹੋਇਆ ਵੀ ਇੰਜ। ਉਹ ਭਾਵੇਂ ਸਰੰਗੀ ਫੜਦਾ, ਭਾਵੇਂ ਢੱਡ, ਸ਼ਬਦ ਉਹਦੇ ਅੰਦਰ ਗੋਲਿਆਂ ਵਾਂਗ ਫਟਦੇ ਨਿਕਲਦੇ। ਫਿਰ ਜਿਸ ਦਿਨ ਉਹਨੇ ਗੁਰਦੁਆਰਾ ਸ਼ਹਿਰਟਾ ਸਾਹਿਬ ਵਿਖੇ ਅੱਸੂ ਦੇ ਮੇਲੇ 'ਤੇ ਆਪਣੇ ਗੁਰੂ ਦੇ ਸਾਹਮਣੇ ਖੜੋ ਕੇ ਸਾਕੇ ਦੀ ਧੁਨੀ ਵਿੱਚ ਗਾਇਆ ਕਿ ਕਿਵੇਂ 6ਵੇਂ ਪਾਤਸ਼ਾਹ ਰਾਜ ਕਰਦੇ ਸਨ,
ਫੱਬਣ ਸੱਚੇ ਤਖ਼ਤ ਤੇ ਸੱਚੀਆਂ ਸਰਕਾਰਾਂ, ਭਗਤੀ ਸ਼ਕਤੀ ਵੀਰਤਾ ਮਾਲਾਂ ਤਲਵਾਰਾਂ, ਤਖ਼ਤ ਦਿੱਲੀ ਦਾ ਕੰਬਦਾ ਤੱਕ ਅਣਖੀ ਕਾਰਾਂ, ਤਾਈਓ ਗੁਰਮੁਖ ਗਾਮ ਦੇ ਸਤਿਗੁਰ ਦੀਆਂ ਵਾਰਾਂ। ਦੀਵਾਨ ਦੀ ਸਮਾਪਤੀ 'ਤੇ ਉਸਤਾਦ ਜੀ ਨੇ ਉੱਠ ਕੇ ਉਹਨੂੰ ਕਲਾਵੇ ਵਿੱਚ ਲੈ ਲਿਆ ਸੀ, ਸਿਰ ਚੁੰਮਿਆ ਸੀ, ਨਾਲ ਹੀ ਅਸੀਸ ਦਿੱਤੀ ਸੀ ਕਿ ਸੁਰਾਂ ਦੀ ਦੇਵੀ ਸਰਸਵਤੀ ਉਸ ਉੱਪਰ ਤੁਰਠ ਪਈ ਸੀ। ਹੁਣ ਉਹਨੂੰ ਬੇਸ਼ੱਕ ਪੂਰਨ ਦੀ ਧੁਨੀ 'ਤੇ ਗਾਉਣ ਦੀ ਖੁੱਲ੍ਹ ਸੀ। ਉਹ ਉਸਨੂੰ ਬੜੀ ਵੱਡੀ ਪ੍ਰਾਪਤੀ ਸਮਝਦਾ ਸੀ। ਅਗਲੇ ਕੁਝ ਦਿਨਾਂ ਵਿੱਚ ਹੀ ਗੋਇੰਦਵਾਲ ਦਾ ਸਲਾਨਾ ਮੇਲਾ ਆ ਗਿਆ ਸੀ। ਉੱਥੇ ਉਹਨੇ ਅਤੇ ਉਸਤਾਦ ਜੀ ਨੇ ਰਲ ਕੇ ਪੂਰਨ ਦੀ ਧੁਨੀ 'ਤੇ ਨਵੀਂ ਲਿਖੀ ਵਾਰ ਗਾਈ ਸੀ। ਬਸ ਉਹ ਦਿਨ 'ਤੇ ਅੱਜ ਭਲਕ ਉਹਨੂੰ ਗੁਰੂ ਜੀ ਇਕੱਲਿਆਂ ਵੀ ਤਿੰਨ ਵਾਲ ਕੇ ਦੇ ਕੇ ਨਿੱਕੇ ਮੋਟੇ ਦੀਵਾਨਾਂ 'ਤੇ ਘੱਲਣ ਲੱਗ ਪਏ ਸਨ। ਇਸ ਦੌਰਾਨ ਦੇਸ਼ ਆਜ਼ਾਦ ਹੋ ਗਿਆ। ਤਰਨ ਤਾਰਨ, ਅੰਮ੍ਰਿਤਸਰ, ਪੱਟੀ ਦੇ ਆਸ ਪਾਸ ਦੇ ਪਿੰਡਾਂ ਦੇ ਹਜ਼ਾਰਾਂ ਮੁਸਲਮਾਨ ਮਾਰੇ ਗਏ, ਬਚਦੇ ਲਾਹੌਰ ਟੱਪ ਗਏ। ਇਹਨਾਂ ਘਟਨਾਵਾਂ ਨੇ ਬਾਬੇ ਦਾ ਲੱਕ ਤੋੜ ਦਿੱਤਾ। ਪਿਓ ਉਹਦਾ ਵੀ ਚੁੱਪ ਰਹਿਣ ਲੱਗ ਪਿਆ ਸੀ। ਉਹਦੇ ਵੀ ਕਈ ਯਾਰ ਬੇਲੀ ਅਤੇ ਜਾਣੂ ਮਾਰੇ ਗਏ ਸਨ। ਵੱਡੀ ਗੱਲ ਕਿ ਉਹਨਾਂ ਦੇ ਲਾਗੀਆਂ ਦੇ ਸਾਰੇ ਗਰੀਬ ਟੱਬਰ ਤਕਰੀਬਨ ਵੱਢੀ ਗਏ ਸਨ। ਬਾਬਾ ਤੇ ਸਨ 48 ਚੜ੍ਹਦਿਆਂ ਹੀ ਵਾਢੀਆਂ ਤੋਂ 15 ਕੁ ਦਿਨ ਪਹਿਲਾਂ ਇੱਕ ਦਿਨ ਐਸਾ ਸੁੱਤਾ ਮੁੜ ਉੱਠਿਆ ਹੀ ਨਾ। ਪਿਓ ਉਹਦਾ ਹੋਰ ਗੁੰਮਸੁੰਮ ਰਹਿਣ ਲੱਗ ਪਿਆ। ਉਹ ਆਪ ਵੀ ਅੰਦਰੋਂ ਜਿਵੇਂ ਬੁੱਝ ਗਿਆ ਸੀ। ਬਾਬੇ ਦਾ ਹੀ ਤੇ ਉਹਨੂੰ ਆਸਰਾ ਸੀ। ਉਹਦੇ ਜਾਣ ਮਗਰੋਂ ਘਰ ਉਹਦਾ ਤੋਰਾ ਫੇਰਾ ਬਹੁਤ ਵੱਧ ਗਿਆ ਸੀ। ਹੁਣ ਪਿਓ ਤੋਂ ਇਕੱਲਿਆਂ ਸਰਦਾ ਨਹੀਂ ਸੀ। ਵਾਹੀ ਤੇ ਭਾਵੇਂ 4 ਖੇਤਾਂ ਦੀ ਸੀ, ਪਰ ਬਾਬੇ ਦੇ ਜਾਣ ਮਗਰੋਂ ਬਾਪੂ ਵੀ ਜਿਵੇਂ ਹੰਭ ਗਿਆ ਸੀ। ਅੰਤ ਉਹ ਦਿਨ ਵੀ ਆਇਆ ਜਦ ਉਹਨੇ ਉਸਤਾਦ ਜੀ ਤੋਂ ਘਰ ਜਾਣ 'ਤੇ ਆਪਣਾ ਜਥਾ ਬਣਾਉਣ ਦੀ ਆਗਿਆ ਮੰਗੀ। ਉਹ ਉਸ ਨੂੰ ਜਥੇਦਾਰ ਗੁਰਦੇਵ ਸਿੰਘ ਕੋਲ ਲੈ ਗਏ। ਦੋਹਾਂ ਨੇ ਉਹਨੂੰ ਸਰੂਪਾ ਦੇ ਕੇ ਅਰਦਾਸ ਕਰਕੇ ਤੋਰਿਆ। ਜਥੇ ਲਈ 2 ਨਾਵਾਂ ਦੀ ਪ੍ਰਵਾਨਗੀ ਦਿੱਤੀ, ਜਿਹੜੇ ਕਈ ਸਾਲਾਂ ਤੋਂ ਉਂਝ ਹੀ ਉਹਦੇ ਨਾਲ ਸਨ। ਦੋਵੇਂ ਮਿੱਤੂ ਅਤੇ ਜੱਸਾ ਸਿੰਘ ਉਹਦੇ ਪਹਿਲੇ ਸਾਥੀ ਬਣੇ। ਘਰ ਆ ਕੇ ਵੀ ਉਹ ਅੰਦਰੋਂ ਵਿਰਾਗਿਆ ਰਿਹਾ। ਸਾਲ ਕੁ ਮਗਰੋਂ ਬਾਪੂ ਵੀ ਚੱਲ ਵਸਿਆ। ਮੌਤ ਨੂੰ ਜਿਵੇਂ ਉਹਨਾਂ ਦਾ ਘਰ ਬੜਾ ਪਸੰਦ ਆਇਆ ਸੀ। ਮਾਂ ਵਿਆਹ ਲਈ ਜ਼ੋਰ ਪਾਉਣ ਲੱਗੀ, ਪਰ ਉਹ ਟਾਲਦਾ ਰਿਹਾ ਸੀ। ਅੰਤ ਨੂੰ ਮਾਂ ਦੇ ਕਹੇ 'ਤੇ ਉਹਨੇ ਆਪਣਾ ਅਤੇ ਆਪਣੀ ਛੋਟੀ ਭੈਣ ਦਾ ਵਿਆਹ ਧਰ ਲਿਆ ਸੀ। 2 ਦਿਨ ਪਹਿਲਾਂ ਭੈਣ ਵਿਆਹੀ ਅਤੇ ਫਿਰ ਦਰਿਆ ਕੰਢੇ ਵਾਲੇ ਧੁੰਦੇ ਪਿੰਡਾਂ ਢੁੱਕਿਆ ਸੀ। ਇਸ ਸਮੇਂ ਦੌਰਾਨ ਉਹਨੇ ਸਦਾ ਗੁਰੂ ਦਾ ਇੱਕੋ ਕਿਹਾ ਬਚਨ ਚੇਤੇ ਰੱਖਿਆ ਸੀ ਕਿ ਜਾਤ ਸੱਤ ਦਾ ਪੱਕਾ ਰਿਹਾ ਸੀ। ਬਸ ਇੱਕੋ ਵਾਰ ਉਸ ਕੋਲੋਂ ਕੁਤਾਹੀ ਹੋਈ ਸੀ, ਜਿਸ ਦਾ ਉਹਨੂੰ ਵੱਡਾ ਦੇਣ ਦੇਣਾ ਪਿਆ ਸੀ। ਨਹੀਂ ਤਾਂ ਸਾਰੀ ਉਮਰ ਪਤਨੀ ਵਰਤਾ ਰਿਹਾ ਸੀ। ਉਹ ਤਾਂ ਉਦੋਂ ਵੀ ਨਹੀਂ ਸੀ ਡੋਲਿਆ ਜਦੋਂ ਇੱਕ ਵਾਰ ਉਹ ਤਰਨ ਤਾਰਨ ਦੀ ਮੱਸਿਆ 'ਤੇ ਦੀਵਾਨ ਲਾਉਣ ਗਿਆ ਸੀ। ਉੱਥੇ ਕਿਸੇ ਘਰ 3-4 ਰਾਤਾਂ ਰਿਹਾ ਸੀ। ਨਾਲ ਦੇ ਘਰ ਵਿੱਚ ਇੱਕ ਸੋਹਣੀ ਜਿਹੀ ਜਨਾਨੀ ਸੀ, ਜਿਹਦਾ ਘਰ ਵਾਲਾ ਮੁਨਿਆਰ ਸੀ। ਉਹ ਵੇਲਾ ਤੱਕ ਤਕਾ ਕੇ ਉਹਦੇ ਵੱਲ ਔਲਦੀ ਸੀ। ਅੰਤ ਹਾਰ ਕੇ ਉਹ ਹੱਥ ਜੋੜ ਗਿਆ ਅਤੇ ਘਰਦਿਆਂ ਤੋਂ ਆਗਿਆ ਲੈ ਕੇ ਵਾਪਸ ਪਿੰਡ ਤੁਰ ਗਿਆ। ਪਰ ਇੱਕ ਮੌਕਾ ਆਇਆ ਜਦੋਂ ਉਹਦਾ ਇਮਾਨ ਡੋਲ ਗਿਆ ਸੀ। ਉਨੀ ਦਿਨੀ ਉਹ ਅਨੰਦਪੁਰ ਸਾਹਿਬ ਵਿਖੇ ਬਾਬਾ ਯੋਧ ਸਿੰਘ ਜੀ ਦੇ ਡੇਰੇ ਵਿੱਚ ਰਹਿ ਰਿਹਾ ਸੀ। ਮੰਡੀ, ਵਿਲਾਸਪੁਰ, ਕੀਰਤਪੁਰ ਸਾਹਿਬ ਵੱਲ ਦੀਆਂ ਹਿਮਾਚਲੀ ਸੰਗਤਾਂ ਵਾਰੀ ਵਾਰੀ ਕੀਰਤਨ ਅਤੇ ਢਾਡੀ ਦਰਬਾਰ ਕਰਾ ਰਹੀਆਂ ਸਨ।
ਸਾਰਾ ਮਹੀਨਾ ਤਕਰੀਬਨ ਰੁੱਝਾ ਰਹਿਣਾ ਸੀ। ਉਹ ਤੇ ਉਹਦੇ ਸਾਥੀ ਬਾਬਾ ਜੋਧ ਸਿੰਘ ਦੇ ਡੇਰੇ ਤੇ ਹਮੇਸ਼ਾ ਠਹਿਰਦੇ ਸਨ। ਉਹਦਾ ਕਮਰਾ ਛੱਤ ਤੇ ਸੀ, ਬਾਕੀ ਤਿੰਨੋਂ ਸਾਥੀ ਇੱਕ ਹੀ ਕਮਰੇ ਵਿੱਚ ਰੁਕੇ ਹੋਏ ਸਨ। ਉਹਦੇ ਨਾਲ ਹੀ ਕੁਝ ਕਦਮ ਹਟ ਕੇ ਬਾਬਾ ਜੀ ਦੇ ਗੜਵਈ ਸਰੂਪ ਦਾ ਟੱਬਰ ਵੀ ਰਹਿ ਰਿਹਾ ਸੀ। ਦੋਹੇ ਨੌਜਵਾਨ ਮੀਆਂ ਬੀਬੀ ਸਨ, ਮਸਾਂ 24-25 ਦੇ ਹੋਣਗੇ। ਉਹ ਜਿੱਥੇ ਵੀ ਜਾਵੇ ਤੇ ਕੁਝ ਚਿਰ ਇਕੱਲਾ ਰਹਿ ਕੇ ਇੱਕ ਦੋ ਅਲਾਪ ਲੈਂਦਾ ਸੀ ਤੇ ਫਿਰ ਸੌਂਦਾ ਸੀ। ਵਿੱਚ ਵਿੱਚ ਉਹ ਮੂੰਹ ਵਿੱਚ ਗੁਣਗੁਣਾ ਕੇ ਵੀ ਨਵੀਂ ਵਾਰ ਦੀ ਤਿਆਰੀ ਕਰਦਾ ਰਹਿੰਦਾ ਸੀ। ਉਸ ਰਾਤ ਕਿਤੇ ਉਹ ਅਲਾਪ ਲੈ ਰਿਹਾ ਸੀ। ਅਲਾਪ ਤੇ ਹੌਲੀ ਸੀ ਪਰ ਸੁਰ ਪੂਰੇ ਸ਼ੁੱਧ ਲੱਗ ਰਹੇ ਸਨ। ਸ਼ਾਇਦ ਉਹ ਸਾਕਾ ਗਾ ਰਿਹਾ ਸੀ। ਰਾਗ ਵੀ ਤਲੰਗ ਸੀ, ਬੜਾ ਮਿੱਠਾ ਸੁਰ ਸੀ। ਅਜੇ ਉਹ ਵਿਹਲਾ ਹੋ ਕੇ ਲੇਟਿਆ ਹੀ ਸੀ ਕਿ ਨੀਂਦ ਆ ਗਈ। ਰਾਤ ਕੋਈ 12-1 ਦਾ ਸਮਾਂ ਹੋਏਗਾ ਜਦੋਂ ਸਰੂਪ ਦੇ ਘਰੋਂ ਉਹਦਾ ਬੂਹਾ ਖੋਲ੍ਹ ਕੇ ਅੰਦਰ ਆ ਗਈ। ਅਚਾਨਕ ਜਾਗ ਖੁੱਲ੍ਹੀ, ਉਹ ਡਰ ਗਿਆ। ਹਨੇਰੇ ਵਿੱਚ ਵੀ ਉਸ ਸਰੂਪ ਦੀ ਘਰਵਾਲੀ ਨੂੰ ਪਛਾਣ ਲਿਆ ਸੀ। ਆਪ ਵੀ ਉਹ ਉਦੋਂ 30 ਦਾ ਹੋਏਗਾ। ਕੀ ਗੱਲ, ਸਰੂਪ ਕਿੱਥੇ ਹੈ, ਉਹਨੇ ਘਬਰਾ ਕੇ ਪੁੱਛਿਆ ਸੀ। ਹੁਣੇ ਤੁਸੀਂ ਗਾ ਰਹੇ ਸੀ ਨਾ, ਜਵਾਬ ਦੇਣ ਦੀ ਥਾਂ ਉਹ ਕਹਿਣ ਲੱਗੀ। ਉਸਨੂੰ ਕੁਝ ਸੁੱਝੀ ਹੀ ਨਹੀਂ ਸੀ ਰਿਹਾ, ਅਖੀਰ ਪਹਿਲ ਜਨਾਨੀ ਨੇ ਕੀਤੀ ਸੀ। ਉਹਦੀ ਮੱਤ ਨੂੰ ਪਤਾ ਨਹੀਂ ਸੀ ਕੀ ਹੋਇਆ ਕਿ ਜਿਵੇਂ ਪਰਦਾ ਪੈ ਗਿਆ ਸੀ। ਵਿੱਚ ਵਿੱਚ ਉਹਦੀ ਆਤਮਾ ਨੇ ਆਵਾਜ਼ ਵੀ ਦਿੱਤੀ ਕਿ ਇਹ ਤੇ ਆਪਣੀ ਜੀਵਨ ਸਾਥੀ ਨਾਲ ਧਰੋ ਸੀ, ਪਰ ਉਸ ਵਹਿਣ ਵਿੱਚ ਉਹ ਕਦ ਵਹਿ ਗਿਆ ਉਹਨੂੰ ਪਤਾ ਹੀ ਨਾ ਲੱਗਾ ਸੀ। ਦੂਸਰੀ ਰਾਤ ਵੀ ਇਹੀ ਵਾਪਰਿਆ ਸੀ। ਤੀਸਰੇ ਦਿਨ ਸਵੇਰ ਜਦ ਉਹ ਬਾਜਾਂ ਵਾਲੇ ਦੇ ਦਰਬਾਰ ਵਿੱਚ ਗਿਆ ਤਾਂ ਉਹ ਤੋਂ ਪੌੜੀਆਂ ਨਾ ਚੜ ਹੋਈਆਂ। ਉਹਨੂੰ ਜਾਪਿਆ ਜਿਵੇਂ ਮਹਾਰਾਜ ਨੰਗੀ ਕਿਰਪਾਨ ਲੈ ਕੇ ਲਾਟਾਂ ਛੱਡਦੀਆਂ ਅੱਖਾਂ ਨਾਲ ਉਹਦੇ ਵੱਲ ਤੱਕਦੇ ਹੋਣ। ਉਹ ਭੱਜ ਆਇਆ, ਸਾਥੀਆਂ ਨੂੰ ਬਾਕੀ ਦੇ ਦੀਵਾਨ ਆਪੇ ਭੁਗਤਾਉਣ ਲਈ ਕਹਿ ਕੇ ਸਮਾਨ ਲੈ ਕੇ ਪਿੰਡ ਪਰਤ ਗਿਆ ਸੀ। ਆ ਕੇ ਅਗਲੇ ਦਿਨ ਸਿੱਧਾ ਉਸਤਾਦ ਹੋਰਾਂ ਕੋਲ ਗਿਆ। ਸਾਰੀ ਗੱਲ ਸੁਣ ਕੇ ਉਹਨਾਂ ਕੁਝ ਨਾ ਕਿਹਾ, ਬਸ ਉਸਦੇ ਸਿਰ 'ਤੇ ਹੱਥ ਧਰ ਕੇ ਗਾਉਣ ਲੱਗੇ, ਤੁਹਾਡਾ ਅੱਗੇ ਅਰਦਾਸ ਹਮਾਰੀ। ਨਾਲ ਹੀ ਇਸ਼ਾਰਾ ਕੀਤਾ ਕਿ ਮੇਰੇ ਨਾਲ ਗਾਈ ਚੱਲ। ਦੋਹੇ ਰਲ ਕੇ ਸ਼ਬਦ ਪੜ੍ਹੀ ਗਏ, ਗੁਰੂ ਬਖਸ਼ਣਹਾਰ ਹੈ, ਉਹ ਭਲੀ ਕਰੇਗਾ, ਤੂੰ ਨਿਚਿੰਤ ਹੋ ਜਾ। ਉਸਤਾਦ ਜੀ ਨੇ ਕਿਹਾ ਸੀ, ਉਹ ਹੌਲਾ ਫੁੱਲ ਹੋ ਕੇ ਘਰ ਪਰਤ ਆਇਆ ਸੀ। ਅੱਜ ਜਦੋਂ ਉਹਦੇ ਆਪਣੇ ਇਲਾਕੇ ਵਿੱਚ ਉਹਦੇ ਆਪਣਿਆਂ ਦੀ ਹਾਜ਼ਰੀ ਵਿੱਚ SSP ਬਣ ਚੁੱਕਾ ਜੀਤ ਬਿੱਲਾ ਪ੍ਰਧਾਨਗੀ ਕਰਨ ਆ ਰਿਹਾ ਸੀ, ਹੁਣ ਕੋਈ ਉਸਦੇ ਸਿਰ 'ਤੇ ਹੱਥ ਰੱਖ ਕੇ ਬਾਣੀ ਪੜ੍ਹਨ ਵਾਲਾ ਨਹੀਂ ਸੀ ਰਿਹਾ। ਲੱਖਦਾਤੇ ਦੇ ਮੇਲੇ 'ਤੇ ਉਹ ਹਮੇਸ਼ਾ ਢਾਡੀ ਜੱਥਾ ਲੈ ਕੇ ਪੁੱਜਿਆ ਕਰਦਾ ਸੀ। ਸਾਰੀ ਪੱਟੀ ਅਤੇ ਹਰੀਕੇ ਤੱਕ ਦੀ ਸੰਗਤ ਉੱਥੇ ਅੱਪੜਨੀ ਸੀ। ਇਸ ਵਾਰ ਵੀ ਉਹਦੇ ਹੀ ਚੇਲੇ ਬਾਲਕਿਆਂ ਮੇਲਾ ਗਾਉਣਾ ਸੀ, ਪਰ ਹੈ ਸੀ ਕਿਤੇ ਕਿਸੇ ਨੂੰ ਸ਼ਰਮ? ਸਾਰੇ ਇਲਾਕੇ ਦਾ ਕੋਈ ਘਰ ਹੀ ਬਚਿਆ ਹੋਣਾ ਸੀ ਜਿਹਨੂੰ ਜੀਤ ਬਿੱਲੇ ਨੇ ਮੌਤ ਜਾਂ ਮਾਰ ਕੁਟਾਈ ਦਾ ਪ੍ਰਸ਼ਾਦ ਨਾ ਦਿੱਤਾ ਹੋਵੇ। ਪਰ ਫਿਰ ਵੀ ਉਹੀ ਆ ਰਿਹਾ ਸੀ। ਅਖੇ ਤਰਨ ਤਾਰਨ ਦੇ SSP ਸਾਹਿਬ ਆ ਰਹੇ ਹਨ। ਉਹਦੇ ਅੰਦਰੋਂ ਗਾਲ ਨਿਕਲਦੀ ਜਦ ਉਹ ਪਿੰਡ ਦੇ ਸਰਪੰਚ ਦੇ ਕਹੇ ਦੀ ਨਕਲ ਲਾਉਂਦਾ। ਚੈਨ ਉਹਨੂੰ ਕਿੱਥੇ ਸੀ? ਸਭ ਤੋਂ ਪਹਿਲਾਂ ਉਹ ਨਿੱਕੀ ਮਰੜੀ ਵਾਲੇ ਸਰਦੂਲ ਸਿੰਘ ਕੋਲ ਗਿਆ। ਐਤਕੀ ਉਹਦਾ ਨਾਂ ਹੀ ਇਸ਼ਤਿਹਾਰਾਂ 'ਤੇ ਛਪਿਆ ਸੀ। ਉਹਨੇ ਸਰਦੂਲ ਦੇ ਪਿੰਡ ਲਈ ਘੁੱਕ ਦਾ ਰਿਕਸ਼ਾ ਕਿਰਾਏ 'ਤੇ ਕਰ ਲਿਆ। ਜਾ ਕੇ ਸਰਦੂਲ ਨਾਲ ਸਿੱਧ ਪੱਧਰੀ ਗੱਲ ਕੀਤੀ ਕਿ ਜੇ ਤੂੰ ਮੇਰਾ ਚੇਲਾ ਹੈ ਤਾਂ ਪੈਂਦੀ ਸੱਟੇ ਹੀ 3 ਮੋਟਰਸਾਈਕਲ ਵਾਲਿਆਂ ਵਾਲੀ ਮੁਹਾਰਨੀ ਛੇੜਨੀ ਹੈ।
ਫਿਰ ਇਲਾਕੇ ਦੇ ਨਾਮੀ ਸ਼ਹੀਦਾਂ ਦੀ ਜਿਹੜੀ ਵਾਰ ਉਹ ਸਿੰਘਾਂ ਦੇ ਭੋਗਾਂ 'ਤੇ ਪੜ੍ਹਦੇ ਸੀ ਉਹ ਪੜ੍ਹਨੀ ਹੈ। ਪਰ ਸਰਦੂਲ ਸਿੱਧੀ ਨਾ ਕਰ ਗਿਆ, ਪੈਰੀਂ ਪੈ ਕੇ ਖਿਮਾ ਮੰਗੀ ਅਤੇ ਕਿਹਾ ਕਿ ਪੁਲਿਸ ਨਾਲ ਵੈਰ ਲੈ ਕੇ ਬਥੇਰੀ ਮਾਰ ਖਾ ਲਈ, ਹੁਣ ਨਵੀਂ ਭਾਜੀ ਪਾਉਣ ਦੀ ਉਸ ਵਿੱਚ ਹਿੰਮਤ ਨਹੀਂ ਸੀ। ਖੱਪਦਾ, ਕ੍ਰਿਝਦਾ, ਗਾਲਾਂ ਕੱਢਦਾ ਉਹ ਬਿਨਾਂ ਚਾਹ ਪੀਤੇ ਕੁੱਕ ਨਾਲ ਵਾਪਸ ਪਿੰਡ ਪਰਤ ਆਇਆ ਸੀ। ਪਰ ਚੈਨ ਕਿੱਥੇ ਸੀ? ਅਗਲੇ ਦਿਨ ਉਹ ਹੀਰਾ ਨਗਰ ਵਾਲੇ ਸੁਖਦੇਵ ਸਿੰਘ BA ਵਾਲੇ ਦੇ ਜੱਥੇ ਕੋਲ ਗਿਆ। ਅੱਗੇ ਸੁਖਦੇਵ ਘਰ ਇਹ ਸੀ। ਸਾਰੀ ਗੱਲ ਸੁਣ ਕੇ ਉਹਨੇ ਟੁੱਚਰ ਡਾਹੀ ਕਿ ਸਟੇਜ ਕਿੱਥੇ ਲਾਵਾਂਗੇ। ਜਦੋਂ ਜਥੇਦਾਰ ਕਹਿਣ ਲੱਗਾ ਕਿ ਅਕਾਲੀ ਦਲ ਮਾਣ ਵਾਲਿਆਂ ਦਾ ਯੂਨਿਟ ਸਟੇਜ ਲਾਉਣ ਲਈ ਤਿਆਰ ਹੈ, ਜਥੇਦਾਰ ਗੁਰਪ੍ਰਤਾਪ ਸਿੰਘ ਗੋਰਾ ਉਹਦੇ ਇਲਾਕੇ ਦਾ ਫੈਡਰੇਸ਼ਨ ਜਾਂ ਜਥੇਦਾਰ ਵੀ ਇਸੇ ਕੰਮ ਲਈ ਤਿਆਰ ਹੈ, ਤਾਂ ਸੁਖਦੇਵ ਨੇ ਦੋ ਟੁੱਕ ਗੱਲ ਮੁਕਾ ਦਿੱਤੀ। ਬਾਪੂ, ਹਾਂ ਕੰਮ ਮੈਥੋਂ ਨਹੀਂ ਹੋਣਾ, ਨਾਲੇ ਉਸ ਤੇਰੇ ਗੋਰੇ ਜਥੇਦਾਰ ਦੇ ਭੈਣ ਦੇ ਯਾਰ ਦੇ ਡੰਗੇ ਤਾਂ ਮੇਰੇ ਅਰਗੇ ਕਈ ਅੰਦਰ ਸੜਨ ਡਏ ਆ, ਉਹ ਆਪ ਜ਼ਮਾਨਤਾਂ ਕਰਾਈ ਫਿਰਦਾ, ਨਾਲੇ ਜੀਤ ਬਿੱਲੇ ਨਾਲ ਦੁਸ਼ਮਣੀ ਕਿਹੜਾ ਲਓ, ਤੂੰ ਮਾਫ਼ ਕਰ ਬਾਪੂ। ਇੰਨਾ ਸੁਣ ਕੇ ਉਹ ਘਰ ਪਰਤ ਆਇਆ ਸੀ। ਅਗਲੇ ਦਿਨ ਵੀ ਉਹ ਦੋ ਹੋਰਨਾਂ ਕੋਲ ਗਿਆ, ਸਭਨਾ ਸਿਰ ਫੇਰ ਦਿੱਤੇ ਸੀ। ਥੱਕਿਆ ਟੁੱਟਿਆ ਉਹ ਘਰ ਪਰਤ ਆਇਆ ਸੀ। ਜਿਹੜੀ ਤਾਕਤ ਉਸ 3 ਦਿਨ ਖਰਚੀ ਸੀ, ਹੁਣ ਸਰੀਰ ਵਿੱਚੋਂ ਪਤਾ ਨਹੀਂ ਕਿੱਥੇ ਹਵਾ ਹੋ ਗਈ ਸੀ। ਆ ਕੇ ਉਹ ਮੰਜੇ 'ਤੇ ਡਿੱਗ ਹੀ ਪਿਆ ਸੀ। ਉੱਤੋਂ ਸ਼ਾਮ ਨੂੰ ਉਹਦੇ ਦੋਹੇ ਪੁੱਤਰ ਇਕੱਠੇ ਆਏ ਸਨ, ਮਲਕੜੇ ਜਿਹੇ ਪੈਰ ਧਰਦੀਆਂ, ਨੂੰਹਾਂ ਵੀ ਮਗਰ ਸਨ। ਪੁੱਤ ਤੇ ਆਉਂਦਿਆਂ ਹੀ ਔਖੇ ਹੋ ਪਏ ਸਨ। ਜਵਾਨ ਪੋਤਰਾ ਵੀ ਸਾਈਕਲ 'ਤੇ ਆ ਗਿਆ ਸੀ, ਪਰ ਉਹ ਬਾਹਰ ਹੀ ਬੈਠਾ ਰਿਹਾ ਸੀ। ਤੂੰ ਬਾਪੂ ਜਿੱਥੇ ਮਰਜ਼ੀ ਜਾ, ਜੀਤ ਬਿੱਲੇ ਨਾਲ ਕਿਸੇ ਨੇ ਮੱਥਾ ਨਹੀਂ ਲਾਉਣਾ, ਅਤੇ ਜੇ ਤੂੰ ਨਹੀਂ ਹਟਣਾ ਤਾਂ ਸਾਨੂੰ ਸਾਰਿਆਂ ਨੂੰ ਕਿਤੇ ਖੂਹ 'ਚ ਧੱਕਾ ਦੇ ਜਾ, ਸਾਥੋਂ ਨਹੀਂ ਹੁਣ ਥਾਣੇ ਹਸਪਤਾਲਾਂ ਦੇ ਚੱਕਰ ਕੱਟੀ ਦੇ। ਨਿੱਕਾ ਪੁੱਤ ਬਹੁਤ ਗਰਮ ਸੀ, ਵੱਡੇ ਦੀ ਵੀ ਇਹੋ ਹੀ ਰਹਿ ਸੀ, ਪਰ ਉਹ ਦੱਬੀ ਜ਼ਬਾਨ ਨਾਲ ਬੋਲ ਰਿਹਾ ਸੀ। ਬਾਹਰ ਉਹਦਾ ਜਵਾਨ ਪੁੱਤਰ ਵੀ ਬੈਠਾ ਸੀ, ਜਿਹਦਾ ਵਿਆਹ ਵੀ ਹੁਣੇ ਹੋਇਆ ਸੀ। ਉਹਨੂੰ ਪਤਾ ਸੀ ਜੇ ਬਾਪੂ ਛਿੜਪਿਆ ਤਾਂ ਗਾਲਾਂ ਦਾ ਪ੍ਰਸ਼ਾਦ ਦੇਵੇਗਾ, ਅਤੇ ਉਹ ਨਹੀਂ ਸੀ ਚਾਹੁੰਦਾ ਕਿ ਜਵਾਨ ਪੁੱਤਰ ਉਹਨੂੰ ਗਾਲਾਂ ਖਾਂਦਾ ਸੁਣੇ। ਉਹੀ ਗੱਲ ਹੋਈ। ਕੁਝ ਦੇਰ ਉਹ ਸਭ ਦੀ ਸੁਣਦਾ ਰਿਹਾ, ਫਿਰ ਫੁੱਟ ਪਿਆ। ਓਏ, ਮੇਰੇ 'ਤੇ ਚੇਲੇ ਬਾਲ ਕੇ ਤੱਕ ਮੈਨੂੰ ਛੱਡ ਗਏ। ਓਏ ਓਏ, ਗੁਰੂ ਕਾਹਦਾ ਮੋਇਆ ਸਮਝ, ਜਿਹਦੇ ਬਾਲ ਕੇ ਉਹਦੇ ਨਾਲ ਨਾ ਹੋਣ, ਤੁਹਾਡੇ 'ਤੇ ਕਾਹਦਾ ਰੋਸ ਹੈ? ਨਾਲੇ ਕੁੜੀ ਜਾਵਿਓ, ਨਾਚਿਓ ਜਿਓ, ਤੁਹਾਨੂੰ ਪਹਿਲਾਂ ਨਾ ਕਿਸੇ ਨੇ ਕੁਝ ਕਹਿ ਲਿਆ? ਜੋ ਝੱਲੀ ਹੈ ਮੈਂ ਹੀ ਝੱਲੀ ਹੈ ਆਪਣੇ ਪਿੰਡੇ 'ਤੇ, ਤੁਸੀਂ ਸਿਵਾਏ ਸੇਵਾ ਦੇ ਹੋਰ ਕੀ ਕੀਤਾ? ਭਾਜੋ ਇੱਥੋਂ, ਘੱਗਰੀ ਦੇ ਕੀੜੇ ਸਾਲੇ ਜੱਦੇ, ਭਾਜੋ, ਨਹੀਂ ਤੇ ਬੁਰੀ ਕਰੂੰ। ਦੋਹੇ ਪੁੱਤ ਨੂੰਹਾਂ ਚੁੱਪ ਚਾਪ ਕੰਨ ਵਲੇਟ ਕੇ ਤੁਰ ਗਏ, ਬਿਨਾਂ ਇੱਕ ਅੱਖਰ ਕਹੇ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਬਾਪੂ ਅਮੋੜ ਹੈ, ਹੁਣ ਗਾਲਾਂ ਦਾ ਛਾਂਦਾ ਹੀ ਦੇਊਗਾ। ਖੱਪਦਾ ਕ੍ਰਿਝਦਾ ਉਹ ਸੌਂ ਗਿਆ। ਰਾਤ ਦੀ ਰੋਟੀ ਵੀ ਉਸ ਨਾ ਖਾਧੀ, ਜਿੱਦਾਂ ਭਈਆ ਰੱਖ ਗਿਆ ਉਹ ਉਵੇਂ ਹੀ ਪਈ ਰਹੀ। ਅਗਲੀ ਦੁਪਹਿਰ ਕਿਰਪਾਲ ਆ ਗਿਆ। ਉਹਦਾ ਮਨ ਪੂਰਾ ਟਿਕਾਣੇ ਨਹੀਂ ਸੀ ਅਜੇ ਹੋਇਆ, ਅਤੇ ਨਾ ਹੀ ਉਹ ਅਜੇ ਕਿਸੇ ਨੂੰ ਮਿਲਣ ਦੀ ਹਾਲਤ ਵਿੱਚ ਸੀ। ਪਰ ਉਸ ਮੂੰਹੋਂ ਕੁਝ ਨਾ ਕਿਹਾ, ਬਸ ਖਾਲੀ ਖਾਲੀ ਅੱਖਾਂ ਨਾਲ ਕਿਰਪਾਲ ਵੱਲ ਵੇਂਹਦਾ ਰਿਹਾ। ਕਿਰਪਾਲ ਦਾ ਸੁਭਾਅ ਵੀ ਸਾਧੂ ਹੀ ਸੀ, ਉਹ ਵੀ ਉਸਤਾਦ ਜੀ ਕੋਲੋਂ ਕਦੀ ਕੁਝ ਨਹੀਂ ਸੀ ਮੰਗਦਾ, ਵਿਸ਼ੇਸ਼ ਤਵੱਜੋ ਤੇ ਕਦੇ ਉਹਨੂੰ ਉਂਝ ਵੀ ਨਹੀਂ ਸੀ ਮਿਲੀ। ਉਹ ਸਧਾਰਨ ਕਿਸਮ ਦੀ ਪੁੱਛ ਗਿੱਛ ਤੋਂ ਵੀ ਮਹਿਰੂਮ ਹੀ ਰਹਿੰਦਾ ਸੀ। ਉਂਝ ਉਹਨੂੰ ਪਤਾ ਸੀ ਕਿ ਉਸਤਾਦ ਜੀ ਢਿੱਡੋਂ ਉਹਨੂੰ ਬਹੁਤਾ ਪਸੰਦ ਨਹੀਂ ਕਰਦੇ, ਬਸ ਓਪਰਾ ਜਿਹਾ ਵਿਖਾਵਾ ਹੀ ਹੈ, ਤੇ ਉਹ ਵੀ ਇਸ ਲਈ
ਕਿ ਉਹ ਉਸਤਾਦ ਹੋਰਾਂ ਦੀ ਬੜੀ ਸੇਵਾ ਕਰਦਾ। ਜਦ ਵੀ ਹਫ਼ਤੇ ਦਸੀਂ ਦਿਨੀ ਆਉਂਦਾ, ਉਹ ਉਸਤਾਦ ਜੀ ਦੀਆਂ ਲੱਤਾਂ ਘੁੱਟਦਾ, ਪੁਰਾਣੇ ਮੈਲੇ ਕੱਪੜੇ ਤੱਕ ਧੋ ਦਿੰਦਾ। ਆਉਂਦਾ ਹੋਇਆ ਕਦੀ ਖੋਏ ਦੀਆਂ, ਕਦੇ ਅਲਸੀ ਜਾਂ ਵੇਸਣ ਦੀਆਂ ਪਿੰਨੀਆਂ ਲੈ ਆਉਂਦਾ। ਕਦੀ ਲਿਫਾਫੇ ਵਿੱਚ ਨਾ ਲਿਆਉਂਦਾ, ਸਗੋਂ ਹਲਵਾਈ ਕੋਲੋਂ ਡੱਬਾ ਬਣਵਾਉਂਦਾ, ਆ ਕੇ ਸਿੱਧਾ ਮੇਜ਼ 'ਤੇ ਰੱਖਦਾ। ਅੰਦਰੋਂ ਉਹਨੂੰ ਪਤਾ ਸੀ ਉਸਤਾਦ ਜੀ ਜਿੰਨਾ ਮਰਜ਼ੀ ਮਾਨਸ ਕੀ ਜਾਤ ਸਭੈ ਏਕੈ ਪਹਿਚਾਣ ਬੋ ਕਹਿਣ, ਉਹਦੇ ਮਜ਼ਬੀ ਸਿੰਘ ਹੋਣ ਦੀ ਪਿੱਟ ਮੰਨਦੇ ਸਨ। ਕਿਰਪਾਲ ਦਾ ਪਿਛਲਾ ਪਿੰਡ ਟਾਂਗਰਾ ਸੀ। ਸਨ 83 ਵਿੱਚ ਖਾੜਕੂ ਉਹਦੇ ਮਾਂ ਪਿਓ ਦੋਨਾਂ ਨੂੰ ਮਾਰ ਗਏ ਸਨ। ਦੋਹੇ ਸ਼ਰਾਬ ਕੱਢਦੇ ਅਤੇ ਵੇਚਦੇ ਸਨ, ਕਈ ਵਾਰ ਵਰਜਨ ਤੋਂ ਵੀ ਹਟੇ ਨਹੀਂ ਸਨ। ਉਹਨਾਂ ਦੇ ਇਲਾਕੇ ਦਾ ਨਾਮੀ ਖਾੜਕੂ ਦਲਜਿੰਦਰ ਸਿੰਘ ਆ ਕੇ ਉਹਦੇ ਤਾਏ ਅਤੇ ਮਾਂ ਪਿਓ ਨੂੰ ਮਾਰ ਗਿਆ ਸੀ। ਯਤੀਮ ਕਿਰਪਾਲ ਉਦੋਂ ਮਸਾਂ 7 ਸਾਲਾਂ ਦਾ ਸੀ। ਸਾਲ 2 ਸਾਲ ਨਾਨੀ ਨੇ ਉਹਨੂੰ ਰੱਖਿਆ। ਉਹਦੀ ਮੌਤ ਮਗਰੋਂ ਪਿੰਡ ਦਾ ਸਰਪੰਚ ਉਹਨੂੰ ਸੈਂਟਰਲ ਯਤੀਮ ਖਾਨੇ ਅੰਮ੍ਰਿਤਸਰ ਛੱਡ ਗਿਆ। ਉੱਥੇ ਉਹ ਜੋੜੀ ਵਜਾਉਣ ਲੱਗ ਪਿਆ ਸੀ। ਉਹਦਾ ਗਲਾ ਸੁਰ ਵਿੱਚ ਵੇਖ ਕੇ ਯਤੀਮ ਖਾਨੇ ਦੇ ਇੰਚਾਰਜ ਨੇ ਉਹਨੂੰ ਤਰਨ ਤਾਰਨ ਵਾਲੇ ਗੁਰਮਤ ਵਿਦਿਆਲਿਆ ਵਿੱਚ 2 ਸਾਲ ਦੇ ਕੋਰਸ ਲਈ ਦਾਖਲ ਕਰਵਾ ਦਿੱਤਾ। ਉੱਥੇ ਹੀ ਪੂਰਨ ਸਿੰਘ ਜੋਸ਼ ਹੋਰੀ ਬੱਚਿਆਂ ਅਤੇ ਨੌਜਵਾਨਾਂ ਨੂੰ ਵਾਰਾਂ ਗਾਉਣ ਦੀ ਟ੍ਰੇਨਿੰਗ ਦਿੰਦੇ ਸਨ। ਉਦੋਂ ਦਾ ਹੀ ਉਹ ਉਹਨਾਂ ਦੇ ਚਰਨੀ ਲੱਗਾ ਹੋਇਆ ਸੀ। ਢਾਡੀ ਪੂਰਨ ਸਿੰਘ ਹੋਰਾਂ ਨੂੰ ਪਤਾ ਨਹੀਂ ਕਿਉਂ ਕਿਰਪਾਲ ਸ਼ੁਰੂ ਵਿੱਚ ਹੀ ਪਸੰਦ ਨਹੀਂ ਸੀ ਆਇਆ। ਕਿਧਰੇ ਜਿੱਦਣ ਉਹ ਦਾਖਲ ਹੋਣ ਲਈ ਆਇਆ ਸੀ, ਉਦਣ ਹੀ ਕਿਤੇ ਆਉਂਦਿਆਂ ਉਸ ਕੋਲੋਂ ਢੱਡ ਦਾ ਤਲਾ ਪਾਟ ਗਿਆ ਸੀ। ਉੱਥੋਂ ਜੋਸ਼ ਹੋਰੀ ਆ ਗਏ ਸਨ। ਕਿਤੇ ਉਦਣ ਉਹ ਗੁੱਸੇ ਵਿੱਚ ਸਨ, ਉੱਚੀ ਉੱਚੀ ਬੋਲਣ ਲੱਗੇ, ਉਹ ਢੇਡਾਂ ਭਰਤੀ ਕਰ ਲਈਆਂ ਵਿਦਿਆਲੇ ਵਾਲਿਆਂ, ਸਹੁਰੇ ਜੱਦੇ ਵਿਦਿਆਲੇ ਬਣਾਉਣ ਦੇ। ਬਸ ਉਹ ਦਿਨ ਤੇ ਆ ਦਿਨ ਭਾਵੇਂ ਕਿਰਪਾਲ ਇੱਕ ਚੰਗਾ ਢਾਡੀ ਅਤੇ ਚੰਗਾ ਰਾਗੀ ਬਣ ਗਿਆ ਸੀ, ਪਰ ਜਥੇਦਾਰ ਜੋਸ਼ ਹੋਰੀ ਅੰਦਰੋਂ ਪੂਰੀ ਤਰ੍ਹਾਂ ਕਦੀ ਵੀ ਉਸ ਨਾਲ ਰਾਜ਼ੀ ਨਹੀਂ ਸਨ ਹੋਏ। ਇੱਕ ਉਹਨਾਂ ਨੂੰ ਹਰ ਵੇਲੇ ਇਹੀ ਜਾਪਦਾ ਰਹਿੰਦਾ ਕਿ ਜਿਹੜੀ ਇੱਕ ਸਦੀਵੀ ਬੋ ਮਜ਼ਬੀਆਂ ਦੇ ਪਿੰਡੇ 'ਚੋਂ ਉੱਠਦੀ ਏ, ਉਹ ਇਸ ਕਿਰਪਾਲ ਦੇ ਪਿੰਡੇ ਵਿੱਚ ਵੀ ਹੈ। ਸ਼ਾਇਦ ਇਹ ਕਾਰਨ ਸੀ ਕਿ ਉਹਨਾਂ ਕਿਰਪਾਲ ਨੂੰ ਕਦੇ ਵੀ ਕੋਈ ਗੁਣ ਨਹੀਂ ਸੀ ਦਿੱਤਾ। ਕਿਸੇ ਜੰਗਲੀ ਫੁੱਲ ਵਾਂਗ ਉਹ ਆਪ ਹੀ ਆਸ ਪਾਸ ਤੋਂ ਸਿੱਖਦਾ ਢਾਡੀ ਬਣ ਗਿਆ ਸੀ। ਉਹਦਾ ਆਪਣਾ ਇੱਕ ਜੱਥਾ ਸੀ। ਭਾਵੇਂ ਸਾਥੀ ਗਾਉਣ ਵਿੱਚ ਸਧਾਰਨ ਸਨ, ਪਰ ਕਿਰਪਾਲ ਵਾਹ ਵਾਹ ਗਾ ਲੈਂਦਾ ਸੀ। ਇਸੇ ਕਰਕੇ ਕੰਮ ਚੱਲੀ ਜਾਂਦਾ ਸੀ। ਉਂਝ ਕਿਰਪਾਲ ਨੇ ਮਨੋ ਉਹਨਾਂ ਨੂੰ ਉਸਤਾਦ ਮੰਨਿਆ ਹੋਇਆ ਸੀ। ਅੱਜ ਵੀ ਜਦ ਕਿਰਪਾਲ ਆਇਆ, ਉਹ ਪਿਛਲੇ ਦਿਨਾਂ ਦੇ ਸੰਤਾਪ ਵਿੱਚ ਬੈਠਾ ਸੀ। ਕਿਰਪਾਲ ਨੇ ਚਰਨ ਵੰਦਨਾ ਕੀਤੀ ਅਤੇ ਮੁੱਠੀ ਚਾਪੀ ਵਿੱਚ ਰੁੱਝ ਗਿਆ। ਜਦੋਂ ਉਹਦੀ ਲਿਵ ਟੁੱਟੀ ਤਾਂ ਕਿਰਪਾਲ ਨੂੰ ਸੇਵਾ ਕਰਦਿਆਂ ਵੇਖਿਆ। ਕੁਝ ਦੇਰ ਉਹ ਚੁੱਪ ਰਿਹਾ, ਫਿਰ ਉਹ ਫੱਟ ਹੀ ਪਿਆ। ਜਿੱਥੇ ਬਾਕੀ ਗਏ ਤੂੰ ਵੀ ਜਾ, ਤੇਰਾ ਮੇਰੇ ਨਾਲ ਕੀ ਰਿਸ਼ਤਾ ਓਏ, ਕਾਹਦਾ ਗੁਰੂ ਕਾਹਦਾ ਚੇਲਾ, ਜਾ ਤੂੰ ਵੀ ਜਾ। ਕੀ ਗੱਲ ਹੈ ਗੁਰੂ ਜੀ, ਅੱਜ ਕਿਵੇਂ ਇੰਨੇ ਘਾਬਰੇ ਫਿਰਦੇ ਹੋ, ਕਿਰਪਾਲ ਹਲੀਮੀ ਨਾਲ ਕਹਿਣ ਲੱਗਾ। ਗੁੱਸਾ ਤੇ ਉਸ ਵਿੱਚ ਜਿਵੇਂ ਹੈ ਹੀ ਨਹੀਂ ਸੀ। ਤੀਹਾਂ ਦਾ ਹੋਇਆ ਉਹ ਗੁਰੂ ਅੱਗੇ ਬੱਚੇ ਵਾਂਗ ਖੜਾ ਸੀ। ਉਹ ਜੀਤ ਬਿੱਲਾ ਐਤਕੀ ਸੱਦ ਲਿਆ ਲੱਖਦਾਤੇ ਮੇਲੇ ਵਾਲਿਆਂ ਨੇ। ਬੰਦਾ ਪੁੱਛੇ, ਭਈ ਮਾਰ ਜੀ ਨੇ ਸਾਰਾ ਕੁੱਟ ਕੁੱਟ ਮਾਰਤਾ, ਉਸੇ ਹੀ ਭਣੋਈਏ ਤੋਂ ਪ੍ਰਧਾਨਗੀ ਕਰਾਉਣੀ ਹੈ? ਮੈਂ ਸੁਖਦੇਵ ਦੇ ਜਾ ਆਇਆਂ, ਸਰਦੂਲ ਦੇ ਹੋ ਆਇਆਂ,
ਗੁਰਮੀਤ ਹੋਰਾਂ ਕੋਲ ਵੀ ਹੋ ਆਇਆ ਜਿਹੜੇ ਵੱਡੇ ਬੱਬਰ ਬਣਦੇ ਸੀ। ਮੈਂ ਕਿਹਾ ਪਈ ਕੋਈ ਜਣਾ ਤੇ ਸ਼ਹੀਦਾਂ ਦੀ ਵਾਰ ਗਾ ਦਿਓ, ਬਾਬੇ ਭਿੰਡਰਾਂ ਵਾਲੇ ਦੀ, ਬਾਬੇ ਰਾਮ ਸਿੰਘ ਭਿੱਖੀ ਪਿੰਡ ਦੀ, ਜਨਰਲ ਸ਼ੁਬੇਗ ਸਿੰਘ ਦੀ, ਆਪਣੇ ਇਲਾਕੇ ਵਾਲੇ ਗੁਰਮਿੰਦਰ ਦੀ ਹੀ ਵਾਰ ਗਾ ਦਿਓ। ਕਹਿੰਦੇ ਅਖੇ ਹਮਕੋ ਜੀਤ ਬਿੱਲੇ ਸੇ ਡਰ ਲੱਗਦਾ, ਹਮਨੇ ਪੰਗਾ ਨਹੀਂ ਲੈਣਾ। ਕੁੱਤੇ ਨਾਚੇ ਮਈਆ ਵੇ ਲੱਗਦੇ ਢਾਡੀ ਬਣਨ ਦੇ। ਉਸਤਾਦ ਜੀ, ਹੋ ਸਕਦਾ ਸਟੇਜ ਨਾ ਮਿਲਦੀ ਹੋਵੇ। ਕਿਰਪਾਲ ਨੇ ਗੱਲ ਬਦਲੀ, ਓਏ ਅਕਾਲੀ ਦਲ ਮਾਂ ਵਾਲਿਆਂ ਸਟੇਜ ਲਾਉਣੀਆਂ, ਇਹ ਆਪ ਹੀ ਭੱਜਣ ਨੇ ਮਾਂ। ਉਹ ਭਰਿਆ ਪੀਤਾ ਬੋਲੀ ਗਿਆ, ਚਲੋ ਠੰਡੇ ਹੋਵੋ ਉਸਤਾਦ ਜੀ, ਤੁਸੀਂ ਹੁਣ ਕੀ ਲੈਣਾ, ਤੁਸੀਂ ਕਿਹੜਾ ਮੇਲੇ ਜਾਣਾ, ਨਾਲੇ ਦੁਨੀਆਦਾਰੀ ਫੱਟ ਪਾਸਾ ਬਦਲਦੀ ਹੈ, ਜੀਤ ਨੂੰ ਆਪੇ ਰੱਬ ਸਜ਼ਾ ਦਊ। ਕਿਰਪਾਲ ਗੱਲ ਬਦਲਣ ਦੇ ਰੌਂ ਵਿੱਚ ਸੀ। ਰੱਬ ਕਿਹੜਾ ਰੱਬ ਓਏ, ਅਤੇ ਨਾਲੇ ਤੂੰ ਕਿਉਂ ਮੈਨੂੰ ਮੱਤਾਂ ਦਿੰਦਾ, ਤੈਨੂੰ ਇਹ ਨਹੀਂ ਪਤਾ ਭਈ ਜਿਵੇਂ ਜੀਤ ਕੁੱਤੇ ਨੇ ਮੇਰੀਆਂ ਲੱਤਾਂ ਪਾੜੀਆਂ ਸਨ, ਮੈਂ ਭੁੱਲਦਾ। ਉਹ ਕਿਰਪਾਲ ਨੂੰ ਪੈ ਗਿਆ। ਕਿਰਪਾਲ ਅੱਗੋਂ ਕੁਝ ਨਾ ਬੋਲਿਆ, ਬਸ ਉਹਦੀਆਂ ਲੱਤਾਂ ਬਾਹਾਂ ਘੁੱਟੀ ਗਿਆ, ਗਾਲਾਂ ਕੱਢਦਾ, ਖੱਪਦਾ, ਕ੍ਰਿਝਦਾ ਉਹ ਬੋਲਦਾ ਗਿਆ। ਕੁਝ ਦੇਰ ਬਾਅਦ ਕਿਰਪਾਲ ਕਦੋਂ ਉਹਨੂੰ ਮੱਥਾ ਟੇਕ ਕੇ ਤੁਰ ਗਿਆ ਉਹਨੂੰ ਪਤਾ ਨਾ ਲੱਗਾ। ਮੇਲੇ ਵਾਲੀ ਸਵੇਰ ਪਹਿਲਾਂ ਤਾਂ ਉਹ ਦੇਰ ਨਾਲ ਉੱਠਿਆ, ਫਿਰ ਚਾਹ ਵੇਲਾ ਵੀ ਦੇਰ ਨਾਲ ਖਾਧਾ। ਚਾਹ ਦੇਣ ਆਏ ਛੋਟੇ ਪੁੱਤਰ ਨੂੰ ਬਿਲਕੁਲ ਨਾ ਬੁਲਾਇਆ, ਜਦੋਂ ਵੱਡਾ ਆਇਆ ਤਾਂ ਉਹਦੇ ਨਾਲ ਵੀ ਬੋਲਿਆ ਨਾ। ਬਸ ਜਦੋਂ ਉਹ ਜਾਣ ਲੱਗਾ ਤਾਂ ਉਹਨੇ ਕਿਹਾ, ਕੁੱਕ ਨੂੰ ਭੇਜ ਦੇਈਂ, ਰਿਕਸ਼ੇ 'ਤੇ ਬਹਿ ਕੇ ਜਾਊਂ ਮੈਂ ਲੱਖ ਦਾਤੇ ਵਾਲੇ ਮੇਲੇ 'ਤੇ, ਮੇਲਾ ਤਾਂ ਵੇਖਣਾ ਹੀ ਆ ਇਸ ਵਾਰ, ਨਹੀਂ ਵਾਰਾਂ ਪੜ੍ਹ ਹੁੰਦੀਆਂ ਹੁਣ, ਤਾਂ ਕੀ ਹੈ, ਕੁਝ ਸੁਣੂ ਤਾਂ ਸਹੀ। ਵੱਡਾ ਪੁੱਤਰ ਭਮੰਤਰ ਗਿਆ, ਉਹਨੂੰ ਸੁਪਨੇ ਵਿੱਚ ਵੀ ਚੇਤਾ ਨਹੀਂ ਸੀ ਕਿ ਮੰਜੇ 'ਤੇ ਸਾਲਾਂ ਤੋਂ ਪਿਆ ਰਹਿੰਦਾ ਉਹਦਾ ਪਿਓ ਅੱਜ ਮੇਲੇ 'ਤੇ ਜਾਣ ਲਈ ਤੁਰ ਪਏਗਾ। ਉੱਤੋਂ ਉਹਨੂੰ ਜੀਤ ਬਿੱਲੇ ਦਾ ਵੀ ਭੈ ਸੀ, SSP ਆਉਣ ਕਰਕੇ ਗਾਰਦ ਵੀ ਲੱਗੀ ਹੋਣੀ ਸੀ, ਜੇ ਕਿਤੇ ਪਿਓ ਉੱਥੇ ਜਾ ਕੇ ਕੁਝ ਉਲਟਾ ਸੁਲਟਾ ਕਰ ਬੈਠਾ ਤਾਂ ਪੁਲਿਸ ਅਜੇ ਵੀ ਬੜੀ ਜਾਵਰ ਸੀ। ਭਾਵੇਂ ਨਵੀਂ ਸਦੀ ਚੜ੍ਹ ਗਈ ਸੀ ਪਰ ਪੁਲਿਸ 'ਤੇ ਉਹੀ 2 ਸਦੀਆਂ ਪੁਰਾਣੇ ਅੰਗਰੇਜ਼ਾਂ ਵਾਲੇ ਚਾਲਿਆਂ 'ਤੇ ਹੀ ਸੀ। ਉਹਨਾਂ 'ਤੇ ਕੁੱਟ ਕੁੱਟ ਬਾਪੂ ਨੂੰ ਮਾਰ ਦੇਣਾ, ਫਿਰ ਕਿਹਦੀ ਮਾਂ ਨੂੰ ਮਾਸੀ ਆਖਾਂਗੇ। ਦੇਖੀ ਬਾਪੂ, ਕਿਤੇ ਜਾ ਜਾਂਦੀ ਨਾ ਕਰਾ ਦੀ ਇਸੇ ਉਮਰੇ, ਉਸ ਡਰਦੇ ਨੇ ਕਿਹਾ। ਚਾ ਰਹਿਣ ਦਿਓ, ਨਾਚਿਆ ਜਿਹਾ, ਐਵੇਂ ਨਾ ਡਰੀ ਜਾ, ਨਾਲੇ ਉੱਥੇ ਮੇਰਾ ਕੌਣ ਹੈ ਜਿਹਦੇ ਕੋਲ ਮੈਂ ਜਾਣਾ, ਮੈਂ ਤਾਂ ਬਸ ਐਵੇਂ ਦੂਰੋਂ ਦੂਰੋਂ ਹੀ ਰੌਣਕਾਂ ਵੇਖ ਕੇ ਪਰਤਾ ਹਾਂ। ਤੂੰ ਰਿਕਸ਼ਾ ਵੀ ਰਹਿਣ ਦੇ, ਮੈਂ ਟੈਂਪੂ 'ਤੇ ਚੜ੍ਹ ਜਾਊਂ, ਉਹ ਖਿੱਚ ਕੇ ਕਹਿਣ ਲੱਗਾ। ਚੰਗਾ ਚੰਗਾ, ਐਵੇਂ ਭੜਕਣਾ, ਮੈਂ ਰਿਕਸ਼ਾ ਭੇਜ ਦਿੰਦਾ। ਪੁੱਤਰ ਜਾਨ ਛੁਡਾ ਕੇ ਚਲਾ ਗਿਆ। ਰਿਕਸ਼ੇ 'ਤੇ ਬੈਠਾ ਜਦ ਉਹ ਮੇਲੇ ਦੇ ਕੋਲ ਅਪੜਿਆ ਤਾਂ ਸਭ ਤੋਂ ਪਹਿਲਾਂ ਉਹਨੇ ਸਾਹਮਣਿਓਂ ਆਉਂਦੇ ਪੇਂਡੂ ਨੂੰ ਪੁੱਛਿਆ ਕਿ SSP ਜੀਤ ਸਿੰਘ ਅਪੜ ਗਿਆ। ਜਿਵੇਂ ਹੀ ਉਹਨੂੰ ਪਤਾ ਲੱਗਾ ਕਿ SSP ਅਪੜ ਗਿਆ ਅਤੇ ਮੇਲੇ ਵਿੱਚ ਪ੍ਰਧਾਨਗੀ ਦੀ ਕੁਰਸੀ 'ਤੇ ਬੈਠਾ ਗਾਉਣ ਸੁਣ ਰਿਹਾ ਤਾਂ ਉਸ ਧਰਤ ਨਮਸਕਾਰੀ। ਮਨ ਹੀ ਮਨ ਫੈਸਲਾ ਕੀਤਾ ਕਿ ਦੂਰੋਂ ਹੀ ਰਿਕਸ਼ੇ 'ਤੇ ਬੈਠਾ ਉਹ ਜੀਤ ਬਿੱਲੇ ਵਾਲੀ ਸਟੇਜ ਨੂੰ ਮੂੰਹ ਕਰਕੇ ਪੂਰੇ 5 ਮਿੰਟ ਉਹਨੂੰ ਗੰਦੀਆਂ ਗਾਲਾਂ ਕੱਢੇਗਾ, ਬਸ ਮੂੰਹ ਵਿੱਚ ਹੀ, ਮਤਾਂ ਕੋਈ ਸੁਣ ਨਾ ਲਵੇ, ਬਸ ਇੰਨਾ ਕੁ ਕਰਕੇ ਹੀ ਉਹ ਪਿੰਡ ਪਰਤ ਜਾਏਗਾ। ਹੋਰ ਕੋਈ ਤਮੰਨਾ ਹੁਣ ਬਾਕੀ ਨਹੀਂ ਸੀ ਰਹੀ। ਪਰ ਇਹ ਕਿ ਜਿਉਂ ਜਿਉਂ ਰਿਕਸ਼ਾ ਮੇਲੇ ਕੋਲ ਪੁੱਜ ਰਿਹਾ ਸੀ, ਜਾਣੀ ਪਛਾਣੀ ਆਵਾਜ਼ ਉਹਦੇ ਕੰਨਾਂ ਵਿੱਚ ਪੈਣ ਲੱਗ ਪਈ। ਸਭ ਤੋਂ ਪਹਿਲਾਂ ਉਹਨੇ ਨੋਟ ਕੀਤਾ, ਆਵਾਜ਼ ਮੇਲੇ ਤੋਂ ਉਰੇ ਸਭ ਤੋਂ ਪਹਿਲੇ
ਲੱਗੇ ਟੈਂਟਾਂ ਵਿੱਚੋਂ ਆ ਰਹੇ ਸੀ। ਉਹ ਇਹ ਸ਼ਮਿਆਨੇ ਤਾਂ ਅਕਾਲੀ ਦਲ ਮਾਣਦੇ ਸਨ। ਉਹ ਜਿਵੇਂ ਕਿਸੇ ਮੰਤਰ ਨਾਲ ਕੀ ਲਿਆ ਗਿਆ, ਰਿਕਸ਼ਾ ਅਕਾਲੀ ਦਲ ਮਾਣ ਦੇ ਸ਼ਮਿਆਨਿਆਂ ਕੋਲ ਰਕਵਾ ਲਿਆ। ਸਾਹਮਣੇ ਕਿਰਪਾਲ ਆਪਣੇ ਦੋ ਜੋੜੀਦਾਰਾਂ ਨਾਲ ਵਾਂਹ ਕੱਢ ਕੇ ਗਾ ਰਿਹਾ ਸੀ। ਤਿੰਨ ਮੋਟਰਸਾਈਕਲ ਵਾਲਿਆਂ ਨੇ ਬਈ ਡਿਪਟੀ ਦਾ ਟਿਕਟ ਕਟਾਤਾ ਜੀ, ਤਿੰਨ ਮੋਟਰਸਾਈਕਲ ਵਾਲਿਆਂ ਨੇ। ਸ਼ੁਕਰੀਆ।